ਸਤਿ ਸ਼੍ਰੀ ਅਕਾਲ ਦੋਸਤੋ, ਲਿਟਲ ਐਂਜਲ ਕੋਐਡ ਸਕੂਲ ਕਪੂਰਥਲਾ ਅਤੇ ਭਾਸ਼ਾ ਵਿਭਾਗ ਕਪੂਰਥਲਾ ਵੱਲੋਂ ਕਵਿਤਾ ਗਾਇਨ ਦੇ ਮੁਕਾਬਲੇ ਕਰਵਾਏ ਗਏ, ਜੋ ਕਿ 22 ਅਗਸਤ 2024 ਨੂੰ ਕਪੂਰਥਲਾ ਵਿਖੇ ਹੋਏ। ਇਸ ਵਿੱਚ ਲਗਭਗ 17 ਤੋਂ 18 ਟੀਮਾਂ ਨੇ ਪਾਰਟਿਸਪੇਟ ਕੀਤਾ। ਸਾਡੀ ਟੀਮ ਦੀ ਕੋਈ ਵੀ ਪੁਜੀਸ਼ਨ ਨਹੀਂ ਆਈ, ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ। ਲੇਕਿਨ ਤੁਸੀਂ ਇਹ ਸਾਰਾ ਪ੍ਰੋਗਰਾਮ ਸੁਣਨਾ ਅਤੇ ਖੁਦ ਹੀ ਜੱਜ ਕਰਨਾ ਕਿ ਕੀ ਸਾਡੀ ਟੀਮ ਕੋਈ ਪ੍ਰਾਈਜ਼ ਡਿਸਰਵ ਕਰਦੀ ਸੀ। ਸਾਡੀ ਟੀਮ ਦੀ ਵਾਰੀ ਸਭ ਤੋਂ ਆਖਿਰ ਵਿੱਚ ਹੈ, ਜਿਸ ਵਿੱਚ ਮੇਰੇ ਬਹੁਤ ਹੀ ਪਿਆਰੇ ਜਸ਼ਨਦੀਪ ਨੇ ਡਾਕਟਰ ਸੁਰਜੀਤ ਪਾਤਰ ਜੀ ਦੀ ਲਿਖੀ ਹੋਈ ਕਵਿਤਾ ਕੋਈ ਡਾਲੀਆ ਚਲੰਗਿਆ ਹਵਾ ਬਣ ਕੇ ਪ੍ਰਸਤੁਤ ਕੀਤੀ। ਅੱਜ ਵੀ ਇਸ ਭਾਸ਼ਾ ਵਿਭਾਗ ਪੰਜਾਬ ਤੇ ਜ਼ਿਲ੍ਹਾ ਕਪੂਰਥਲਾ ਵੱਲੋਂ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਦੇ ਵਿੱਚ ਸਭ ਦਾ ਸਵਾਗਤ ਹੈ। ਜਦੋਂ ਮਰ ਜਾਣ ਫੇਰ ਨਹੀਂ ਉਹ ਰੋਣਾ ਰੁਕਦਾ। ਵੇਖੇ ਮੜੀ
ਮੇਰੇ ਸਾਥੀ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਜਸਪ੍ਰੀਤ ਕੌਰ ਹੈ। ਮੈਂ ਗੌਰਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੀਰਾਵਾਲੀ ਦੀ ਨੌਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਹਾਂ। ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਨਾਮ ਚੂੰਝੂ ਲੱਕੂ ਹੈ ਅਤੇ ਇਸ ਦਾ ਲੇਖਕ ਨੰਦ ਲਾਲ ਨੂਰਪੁਰੀ ਹੈ। ਇਹ ਕਵਿਤਾ ਕਿਤਾਬ ਵਿੱਚੋਂ ਲਈ ਗਈ ਹੈ। ਚੁੰਮ ਚੁੰਮ ਰੱਖੋ ਨੀ ਹੈ ਕਲਗੀ ਜੁਝਾਰ ਦੀ, ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ। ਚੁੰਮ ਚੁੰਮ ਰੱਖੋ ਨੀ ਹੈ ਕਲਗੀ ਜੁਝਾਰ ਦੀ, ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ। ਜੰਗ ਵਿੱਚੋਂ ਲੜ ਕੇ ਸੀ ਭਾਈ ਮੇਰੇ ਆਉਣਗੇ, ਚੰਨਾਂ ਦੀਆਂ ਚਿਹਰਿਆਂ ਚੋਂ ਚੰਨ ਮੁਸਕਾਉਣਗੇ। ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਉਣਗੇ, ਚੰਨਾਂ ਦੀਆਂ ਚਿਹਰਿਆਂ ਚੋਂ ਚੰਨ ਮੁਸਕਾਉਣਗੇ। ਵਿਹੜੇ ਵਿੱਚ ਠਾਠਾ ਮਾਰੂ ਖੁਸ਼ੀ ਸੰਸਾਰ ਦੀ, ਚੁੰਮ ਚੁੰਮ ਰੱਖੋ ਨੀ ਹੈ ਕਲਗੀ ਜੁਝਾਰ ਦੀ, ਚੁੰਮ ਚੁੰਮ ਰੱਖੋ ਨੀ ਹੈ ਕਲਗੀ ਜੁਝਾਰ ਦੀ। ਕੂੜੇ ਕੂੜੇ ਹੱਥ ਕਿਰ ਪਾਨਾਂ ਵਿੱਚ ਗੋਰੀਆਂ, ਕਲਣੇ ਸਵੇਰੇ ਦੀਆਂ ਜੋੜੀਆਂ ਮੈਂ ਤੋਰੀਆਂ। ਕੂੜੇ ਕੂੜੇ ਹੱਥ ਕਿਰ ਪਾਨਾਂ ਵਿੱਚ ਗੋਰੀਆਂ, ਕਲਣੇ ਸਵੇਰੇ ਦੀਆਂ ਜੋੜੀਆਂ ਮੈਂ ਤੋਰੀਆਂ। ਜਿਨ੍ਹਾਂ ਦਾ ਲਬ ਛੋੜਾ ਨਾ ਮੈਂ ਪਲ ਸੀ ਸਹਾਰ ਦੀ, ਚੁੰਮ ਚੁੰਮ ਰੱਖੋ ਨੀ ਹੈ ਕਲਗੀ ਜੁਝਾਰ ਦੀ, ਚੁੰਮ ਚੁੰਮ ਰੱਖੋ ਨੀ ਹੈ ਕਲਗੀ ਜੁਝਾਰ ਦੀ। ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ, ਵੇਖਣੇ ਨੂੰ ਨੈਣੇ ਆਏ ਬੂਹੇ ਵੱਲ ਭੱਜਦੇ। ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ, ਵੇਖਣੇ ਨੂੰ ਨੈਣੇ ਆਏ ਬੂਹੇ ਵੱਲ ਭੱਜਦੇ। ਲਹੂ ਵਿੱਚ ਭਿੱਜੀ ਘੋੜੀ ਵੇਖੀ ਕੁਬਾ ਮਾਰਦੀ, ਚੁੰਮ ਚੁੰਮ ਰੱਖੋ ਨੀ ਹੈ ਕਲਗੀ ਜੁਝਾਰ ਦੀ। ਲੱਗੇ ਹੋਏ ਕਾਠੀ ਉੱਤੇ ਲਹੂ ਨੇ ਦੱਸਿਆ, ਮਾਏ ਤੇਰਾ ਜੋੜਾ ਦਾਤੇ ਕੋਲ ਜਾ ਹੈ ਵਸਿਆ। ਲੱਗੇ ਹੋਏ ਕਾਠੀ ਉੱਤੇ ਲਹੂ ਨੇ ਦੱਸਿਆ, ਮਾਏ ਤੇਰਾ ਜੋੜਾ ਦਾਤੇ ਕੋਲ ਜਾ ਹੈ ਵਸਿਆ। ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ, ਚੁੰਮ ਚੁੰਮ ਰੱਖੋ ਨੀ ਹੈ ਕਲਗੀ ਜੁਝਾਰ 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 ਦੀ। ਧੰਨਵਾਦ। ਨੌਵੀਂ ਜਮਾਤ ਦੀ ਵਿਦਿਆਰਥਣ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਸਾਹਿਤ ਪੰਜਾਬੀ ਸਾਹਿਤ ਦੇ ਸਿਰਮੌਰ ਕਵੀ ਸੰਤ ਰਾਮ ਦਾਸ ਜੀ ਦੁਆਰਾ ਲਿਖੀ ਹੋਈ ਕਵਿਤਾ ਦੇਸ਼ ਹੈ ਪਿਆਰਾ ਸਾਨੂੰ ਪੇਸ਼ ਕਰਨ ਜਾ ਰਹੀ ਹਾਂ। ਇਹ ਕਵਿਤਾ ਚੋਣਵੀ ਕਵਿਤਾ ਪੁਸਤਕ ਵਿੱਚੋਂ ਲਈ ਗਈ ਹੈ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਦੇ ਲੋਕ ਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ ਸਾਡੀ ਪੈੜੀਆਂ ਦਾ ਨੂਰ ਚੜੇ ਵੇਖ ਕੇ ਸਰੂਰ, ਸਾਡੀ ਪੈੜੀਆਂ ਦਾ ਨੂਰ ਚੜੇ ਵੇਖ ਕੇ ਸਰੂਰ, ਤੋੜ ਦੇਵਾਂਗੇ ਜ਼ਰੂਰ ਤੇਰਾ ਜ਼ੋਰ ਵੇਲਣਾ, ਹੁਣੇ ਚੱਲਣਾ ਨੀ, ਹੁਣੇ ਚੱਲਣਾ ਨੀ ਤੇਰਾ ਕੋਈ ਜ਼ੋਰ ਵੇਲਣਾ, ਹੁਣੇ ਚੱਲਣਾ ਨੀ
ਹੁਣੇ ਚੱਲਣਾ ਨੀ ਤੇਰਾ ਕੋਈ ਜ਼ੋਰ ਵੇਲਣਾ, ਹੁਣੇ ਚੱਲਣਾ ਨੀ ਗੱਜਣਗੇ ਸ਼ੇਰ ਜਦੋਂ ਭੱਜਣਗੇ ਕਾਇਰ ਸਭੇ, ਗੱਜਣਗੇ ਸ਼ੇਰ ਜਦੋਂ ਭੱਜਣਗੇ ਕਾਇਰ ਸਭੇ, ਰੱਜਣਗੇ ਕਿਰਤੀ ਕਿਸਾਨ ਜੁੜਗੇ, ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜਗੇ, ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜਗੇ, ਜਰਾ ਹੱਲਾ ਮਾਰੋ ਰੁੱਸੀਆਂ ਬਾਹਰ ਐਸੀ ਮੋੜ ਕੇ ਲਿਆਉਣੀਆਂ ਨੇ, ਰੁੱਸੀਆਂ ਬਾਹਰ ਐਸੀ ਮੋੜ ਕੇ ਲਿਆਉਣੀਆਂ ਨੇ, ਆਖਦੇ ਨੇ ਲੋਕ ਦੀ ਕਾਠੋ ਕਹਾਣੀਆਂ, ਹੜ ਲੋਕ ਦਾਦਾ ਹੜੇ ਲੋਕ ਦਾਦਾ ਕਿਹੜਾ ਸਕੇ ਰੋਕ ਹਾਣੀਆਂ, ਹੜੇ ਲੋਕ ਦਾਦਾ ਹੜੇ ਲੋਕ ਦਾਦਾ ਕਿਹੜਾ ਸਕੇ ਰੋਕ ਹਾਣੀਆਂ, ਹੜੇ ਲੋਕ ਦਾਦਾ ਬਣ ਕੇ ਕਟਾਇਆ ਸੀ ਧਰਤੀ ਤੇ ਵਸਣਾ ਏ, ਬਣ ਕੇ ਕਟਾਇਆ ਸੀ ਧਰਤੀ ਤੇ ਵਸਣਾ ਏ, ਤੋਂ ਅੱਗੇ ਗੁਬਾਰ ਜਿਹੜਾ ਵਿੱਚ ਪਾਉਣ ਦੇ ਸਿਰ ਵੱਢਣੇ ਨੇ, ਸਿਰ ਵੱਢਣੇ ਨੇ ਵੀਵੀਂ ਸਦੀ ਦੇ ਰੋਣ ਦੇ, ਸਿਰ ਵੱਢਣੇ ਨੇ ਸਿਰ ਵੱਢਣੇ ਨੇ ਵੀਵੀਂ ਸਦੀ ਦੇ ਰੋਣ ਦੇ, ਸਿਰ ਵੱਢਣੇ ਨੇ ਵੇਲਣਾ ਨੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ, ਵੇਲਣਾ ਨੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ, ਕਾਮਿਆਂ ਦੀ ਜਾਨ ਲੀ ਰੋਲੀ ਹੋਈ ਏ ਤੇਰੇ ਜ਼ੁਲਮਾਂ ਦੀ, ਤੇਰੇ ਜ਼ੁਲਮਾਂ ਦੀ ਜਾਨ ਅਖੀਰ ਹੋਈ ਏ, ਤੇਰੇ ਜ਼ੁਲਮਾਂ ਦੀ ਤੇਰੇ ਜ਼ੁਲਮਾਂ ਦੀ ਜ਼ਾਲਮਾ ਅਖੀਰ ਹੋਈ ਏ, ਤੇਰੇ ਜ਼ੁਲਮਾਂ ਦੀ ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ, ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ, ਘੁੱਗੀਆਂ ਦੇ ਬੱਚਿਆਂ ਨੂੰ ਕੌਣ ਵਾਲਿਓ, ਰੋਟੀ ਬੱਚਿਆਂ ਦੇ ਰੋਟੀ ਬੱਚਿਆਂ ਦੇ ਹੱਥਾਂ ਵਿੱਚੋਂ ਖੋਣ ਵਾਲਿਓ, ਰੋਟੀ ਬੱਚਿਆਂ ਦੇ ਰੋਟੀ ਬੱਚਿਆਂ ਦੇ ਹੱਥਾਂ ਵਿੱਚੋਂ ਖੋਣ ਵਾਲਿਓ, ਰੋਟੀ ਬੱਚਿਆਂ ਦੇ। ਧੰਨਵਾਦ। ਅੱਜ ਮੈਂ ਆਪ ਜੀ ਦੇ ਸਾਹਮਣੇ ਕਰਤਾਰ ਸਿੰਘ ਸਰਾਭਾ ਜੀ ਦੀ ਲਿਖੀ ਹੋਈ ਕਵਿਤਾ ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼ ਪੇਸ਼ ਕਰਨ ਜਾ ਰਿਹਾ ਹਾਂ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ, ਖਾਤਿਰ ਵਤਨ ਦੇ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਾ ਘਬਰਾ ਜਾਣਾ, ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ, ਖਾਤਿਰ ਵਤਨ ਦੇ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਾ ਘਬਰਾ ਜਾਣਾ, ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ ਦਿੱਲੀ ਵਤਨ ਦਾ ਇਸ਼ਕ ਜਗਾ ਜਾਣਾ, ਕਰਕੇ ਦੇਸ਼ ਦੇ ਨਾਲ ਤਰੋ ਯਾਰੋ, ਦਾਗ ਕੌਮ ਦੇ ਮੱਥੇ ਨਾ ਲਾ ਜਾਣਾ, ਮੁਲਾ ਸਿੰਘ ਕਿਰਪਾਲ ਨਵਾਬ ਵਾਂਗੂ ਅਮਰ ਸਿੰਘ ਨਾ ਕਿਸੇ ਕਹਾ ਜਾਣਾ, ਜੇਲਾ ਹੋਣ ਕਾਲਜ ਵਤਨ ਸੇਵਕਾਂ ਦੇ ਦਾਖਿਲ ਹੋਏ ਕੇ ਡਿਗਰੀਆਂ ਪਾ ਜਾਣਾ,
ਹੁੰਦੇ ਫੇਲ ਬਹੁਤੇ ਹੁੰਦੇ ਪਾਸ ਥੋੜੇ ਵਤਨ ਵਾਸੀ ਦਿਲ ਨਾ ਤਾ ਜਾਣਾ ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ ਉਸੇ ਰਸਤੇ ਤੇ ਤੁਸੀਂ ਵੀ ਆ ਜਾਣਾ ਵਤਨ ਵਾਸੀ ਚਮਕਣਾ ਚੰਦ ਵਾਂਗੂ ਕਿਤੇ ਬਦਲਾ ਹੇਠ ਨਾ ਆ ਜਾਣਾ ਕਰਕੇ ਦੇਸ਼ ਦੇ ਨਾਲ ਤਰੋ ਯਾਰੋ ਦਾਗ ਕੌਮ ਦੇ ਮੱਥੇ ਨਾ ਲਾ ਜਾਣਾ ਦਾਗ ਕੌਮ ਦੇ ਮੱਥੇ ਨਾ ਲਾ ਜਾਣਾ ਸਦਾ ਜੀਵਣਾ ਨਹੀਂ ਜਹਾਨ ਅੰਦਰ ਖਿੜੀ ਰਹੇਗੀ ਸਦਾ ਗੁੰਜਾਰ ਨਹੀਂ ਰੰਗ ਬਦਲਦੀ ਦੇਖ ਸਦਾ ਕੁਦਰ ਬਣਦਾ ਵਕਤ ਕਿਸੇ ਦਾ ਯਾਰ ਨਹੀਂ ਬਣਦਾ ਵਕਤ ਕਿਸੇ ਦਾ ਯਾਰ ਨਹੀਂ ਸਦਾ ਧਰਮ ਦੀ ਜਿੱਤ ਅਖੀਰ ਬੰਦੇ ਅਖੀਰ ਬੰਦੇ ਅਖੀਰ ਬੰਦੇ ਸਦਾ ਧਰਮ ਦੀ ਜਿੱਤ ਅਖੀਰ ਬੰਦੇ ਬੇੜੀ ਪਾਪ ਦੀ ਲੱਗਣੀ ਪਾਰ ਨਹੀਂ ਹੁੰਦੇ ਵਾਸੀ ਉਹ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ ਖਾਤਿਰ ਵਤਨ ਦੇ ਲੱਗੇ ਹਾਂ ਚੜ੍ਹਨ ਫਾਂਸੀ ਸਾਨੂੰ ਦੇਖ ਕੇ ਨਾ ਘਬਰਾ ਜਾਣਾ 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 ਸ਼ਿਕਲਾ ਯਾਰ ਬਣਾਇਆ ਉਹਦੇ ਸਿਰ ਤੇ ਕਲਗੀ ਤੇ ਉਹਦੇ ਪੈਰੀ ਚਾਂਜਰ ਉਹਦੇ ਸਿਰ ਤੇ ਕਲਗੀ ਤੇ ਉਹਦੇ ਪੈਰੀ ਚਾਂਜਰ ਤੇ ਉਹ ਚੌਂਕ ਚੁੰਗੀ ਦਾ ਆਇਆ ਨੀ ਮੈਂ ਵਾਰੀ ਜਾਂ ਨੀ ਮੈਂ ਵਾਰੀ ਜਾਂ ਇੱਕ ਉਹਦੇ ਰੂਪ ਦੀ ਧੁੱਪ ਚ ਖੇਰੀ ਦੂਜਾ ਉਹ ਮੈਂ ਕਾਂ ਦਾ ਦਿਰਹਾਇਆ ਦੂਜਾ ਉਹ ਮੈਂ ਕਾਂ ਦਾ ਦਿਰਹਾਇਆ ਤੀਜਾ ਉਹਦਾ ਰੰਗ ਗੁਲਾਬੀ ਕਿਸੇ ਗੋਰੀ ਮਾਂ ਦਾ ਜਾਇਆ ਕਿਸੇ ਗੋਰੀ ਮਾਂ ਦਾ ਜਾਇਆ ਨੀ ਮੈਂ ਵਾਰੀ ਜਾਂ ਨੀ ਮੈਂ ਵਾਰੀ ਜਾਂ ਨੈਣੀ ਉਹਦੇ ਚੀਤ ਦੀ ਆਥਣ ਅਤੇ ਜ਼ੁਲਫੀ ਸਾਵਣ ਛਾਇਆ ਅਤੇ ਜ਼ੁਲਫੀ ਸਾਵਣ ਛਾਇਆ ਹੋਠਾਂ ਦੇ ਵਿੱਚ ਕੱਤੇ ਦਾ ਕੋਈ ਜਿਉਂ ਚੜ੍ਹਨੇ ਤੇ ਆਇਆ ਹੋਠਾਂ ਦੇ ਵਿੱਚ ਕੱਤੇ ਦਾ ਕੋਈ ਜਿਉਂ ਚੜ੍ਹਨੇ ਤੇ ਆਇਆ ਨੀ ਮੈਂ ਵਾਰੀ ਜਾਂ ਨੀ ਮੈਂ ਵਾਰੀ ਜਾਂ ਛਾਵਾਂ ਦੇ ਵਿੱਚ ਫੁੱਲ ਸੋਇਆਂ ਦੇ ਕਿਸੇ ਬਾਗ ਚ ਨਣ ਦਾ ਲਾਇਆ ਪਰਾਗਾ ਪੁੰਨ ਦੇ ਪੱਠੀ ਵਾਲੀਏ ਨੀ।
ਦਾ ਸੁਣੀ ਦਾਰਾ ਮਾਣਾ ਨੀ ਪੀੜਾਂ ਦਾ ਪਰਾਗਾ ਪੁੰਨਦੇ ਪੱਠੀ ਵਾਲੀਏ ਨੀ ਪੀੜਾਂ ਦਾ ਪਰਾਗਾ ਪੁੰਨਦੇ ਤੈਨੂੰ ਦਿਆਂ ਜੁਆਂ ਦਾ ਪਾਣਾ ਨੀ ਪੀੜਾਂ ਦਾ ਪਰਾਗਾ ਪੁੰਨਦੇ ਪੱਠੀ ਵਾਲੀਏ ਨੀ ਪੀੜਾਂ ਦਾ ਪਰਾਗਾ ਪੁੰਨਦੇ ਮੇਰੀ ਵਾਰੀ ਪੱਤਿਆਂ ਦੀ ਪੰਡ ਸਿਲੀ ਹੋ ਗਈ ਮੇਰੀ ਵਾਰੀ ਪੱਤਿਆਂ ਦੀ ਪੰਡ ਸਿਲੀ ਹੋ ਗਈ ਮਿੱਟੀ ਦੀ ਕੜਾਹੀ ਤੇਰੀ ਕਾਨੂੰ ਪੀਲੀ ਹੋ ਗਈ ਮਿੱਟੀ ਦੀ ਕੜਾਹੀ ਤੇਰੀ ਕਾਨੂੰ ਪੀਲੀ ਹੋ ਗਈ ਸੇਕੇ ਸੇਕ ਦਾ ਕੇ ਬੱਜੇ ਆਦੂ ਗਾਣਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਪੱਠੀ ਵਾਲੀਏ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਤੈਨੂੰ ਦਿਆਂ ਜੁਆਂ ਦਾ ਪਾਣਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਪੱਠੀ ਵਾਲੀਏ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਤੈਨੂੰ ਦਿਆਂ ਜੁਆਂ ਦਾ ਪਾਣਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਤੇਰੇ ਸੇਕ ਦਾ ਕੇ ਵੱਜੇ ਆਦੂ ਗਾਣਾ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਤੈਨੂੰ ਦਿਆਂ ਜੁਆਂ ਦਾ ਪਾਣਾ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਧੰਨਵਾਦ Thank you.
ਕੁਝ ਰੁੱਖ ਲੱਗਦੇ ਮਾਲਾ
ਜੁਮਾ ਤੇ ਗੜ ਲਾ ਕੁਝ ਰੁੱਖ ਯਾਰਾ ਵਰਗੇ ਲੱਗਦੇ ਜੁਮਾ ਤੇ ਗੜ ਲਾ ਇੱਕ ਰੁੱਖ ਮੇਰੀ ਮਹਿਬੂਬਾ ਮਾਕੜ ਮਿਠਾ ਤੇ ਦੁਖਾਵਾ ਕੁਝ ਰੁੱਖ ਮੇਰਾ ਦਿਲ ਕਰਦਾ ਏ ਮੁੜੇ ਚੁੱਕ ਖਿੜਾਵਾ ਕੁਝ ਰੁੱਖ ਮੇਰਾ ਦਿਲ ਕਰਦਾ ਓ ਚੁੰਮਾ ਕੇ ਮਰ ਜਾਵਾ ਕੁਝ ਰੁੱਖ ਜਦ ਹੀ ਰੜਕੇ ਚੁੰਮਣ ਤੇਜ ਲਗਣ ਜਦ ਰੱਬ ਨੂੰ
ਵੰਡ ਕੇ ਹਰ ਦਿਨ ਜੋ ਜਪਦੇ ਰਹਿੰਦੇ ਨੇ ਬੱਲੇ ਧਰਮ ਕਦੇ ਨਾ ਬਣਦੇ ਬੱਲੇ ਧਰਮ ਕਦੇ ਨਾ ਬਣਦੇ ਜਿੰਦੇ ਆਪਣੇ ਹੁਸ਼ਿਆਰ ਬਣੇ ਨੇ ਰੰਗ ਨਸਲ ਤੇ ਧਰਮ ਨੂੰ ਲੈ ਕੇ ਵੰਡਣ ਦੇ ਪ੍ਰਚਾਰ ਬੜੇ ਨੇ ਰੰਗ ਨਸਲ ਤੇ ਧਰਮ ਨੂੰ ਲੈ ਕੇ ਵੰਡਣ ਦੇ ਪ੍ਰਚਾਰ ਬੜੇ ਨੇ ਅੱਜ ਲੋੜ ਹੈ ਸਾਨੂੰ ਸਭਨਾਂ ਨੂੰ ਸਮਝਣ ਦੀ ਤੇ ਸਮਝਾਵਣ ਦੀ ਸਭੇ ਸਾਂਝੀ ਬਾਲ ਸਦਾਇਣ ਤੇ ਸੱਚ ਨੂੰ ਅਪਣਾਵਣ ਦੀ ਇੱਕ ਮਾਲਾ ਦੇ ਮੋਤੀ ਬਣ ਕੇ ਆਪਣਾ ਦੇਸ਼ ਸੰਭਾਲਣ ਦੀ ਕਾਲੇ ਗੋਰੇ ਰੰਗ ਨੂੰ ਛੱਡ ਕੇ ਮਾਨਵਤਾ ਨੂੰ ਪਾਲਣ ਦੀ ਹਰ ਇੱਕ ਨੂੰ ਅੱਜ ਰਲ ਮਿਲ ਕੇ ਇਹ ਉਦਮ ਕਰਨਾ ਪੈਣਾ ਏ ਸੋ ਚੁੱਕ ਲਈਏ ਇਸ ਗੱਲ ਦੀ ਕਿ ਇਕੱਠਿਆਂ ਰਲ ਮਿਲ ਰਹਿਣਾ ਏ ਹੁਣ ਨਸਲ ਤੇ ਧਰਮ ਨੂੰ ਲੈ ਕੇ ਵੰਡਣ ਦੇ ਪ੍ਰਚਾਰ ਬੜੇ ਨੇ ਰੰਗ ਨਸਲ ਤੇ ਧਰਮ ਨੂੰ ਲੈ ਕੇ ਵੰਡਣ ਦੇ ਪ੍ਰਚਾਰ ਬੜੇ ਨੇ ਵੰਡਣ ਦੇ ਪ੍ਰਚਾਰ ਬੜੇ ਨੇ ਧੰਨਵਾਦ ਤੁਹਾਡੇ ਸਾਹਮਣੇ ਸੁਰਜੀਤ ਪਾਤਰ ਜੀ ਦੀ ਲਿਖੀ ਹੋਈ ਇੱਕ ਕਵਿਤਾ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਪੇਸ਼ ਕਰਨ ਜਾ ਰਹੀ ਹਾਂ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੋ ਹੋ ਜੀਣਾ ਮੇਰੇ ਯਾਰ ਕਿਝ ਸਹਿਣਗੇ ਗੀਤ ਦੀ ਮੌਤ ਇਸ ਰਾਤ ਜੋ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿਝ ਸਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁੱਕ ਗਏ ਫੈਸਲੇ ਸੁਣਦਿਆਂ ਸੁੱਕ ਗਏ ਇਹਨਾਂ ਆਖੋ ਆਪਣੇ ਕਰੀ ਜਾਣ ਗੁਣ ਇਹਨਾਂ ਆਖੋ ਆਪਣੇ ਕਰੀ ਜਾਣ ਗੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ ਇਹ ਕਦੋਂ ਤੀਕ ਇੱਥੇ ਖੜੇ
ਜਿੱਕੇ ਹਾਤਾ ਹਨੇਰਾ ਜਾਏਗਾ ਕਿਵੇਂ, ਜੋ ਮੇਰੇ ਹਾਤਾ ਸ਼ਮਾਦਾਨ ਕੀ ਕਹਿਣਗੇ, ਕੋ ਜਿੱਕੇ ਹਾਤਾ ਹਨੇਰਾ ਜਾਏਗਾ ਕਿਵੇਂ, ਜੋ ਮੇਰੇ ਹਾਤਾ ਸ਼ਮਾਦਾਨ ਕੀ ਕਹਿਣਗੇ, ਯਾਰ ਯਾਰ ਮੇਰੇ ਆਸ ਤੇ ਮਰ ਗਏ, ਕੀ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂ ਗੀਤ, ਯਾਰ ਮੇਰੇ ਜੋ ਇਸ ਆਸ ਤੇ ਮਰ ਗਏ, ਕੀ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂ ਗੀਤ, ਜੇ ਮੈਂ ਕੁਝ ਨਾ ਕਿਹਾ, ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ, ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ, ਕੁਝ ਕੇ ਹਾਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਹੇ ਹਾਤਾਂ ਸ਼ਮਾਦਾਨ ਕੀ ਕਹਿਣਗੇ, ਕੁਝ ਕੇ ਹਾਤਾਂ ਹਨੇਰਾ ਜਰੇਗਾ ਕਿਵੇਂ, ਛੁਪੇ ਹਾਤਾਂ ਸ਼ਮਾਦਾਨ ਕੀ ਕਹਿਣਗੇ, ਜੋ ਵਿਦੇਸ਼ਾਂ ਚ ਰੁੜਦੇ ਨੇ ਰੋਜ਼ੀ ਲਈ, ਉਹ ਆਪਣੇ ਦੇਸ਼ ਪਰਤਣਗੇ ਜਦੋਂ ਕਦੀ, ਜੋ ਵਿਦੇਸ਼ਾਂ ਚ ਰੁੜਦੇ ਨੇ ਰੋਜ਼ੀ ਲਈ, ਜਦ ਉਹ ਆਪਣੇ ਦੇਸ਼ ਪਰਤਣਗੇ ਕਦੀ, ਕੁਝ ਤਾਂ ਸਿੱਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਰੁੱਖ ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ, ਕੁਝ ਤਾਂ ਸਿੱਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ, ਕੁਝ ਕੇ ਹਾਤਾਂ ਹਨੇਰਾ ਜਾਏਗਾ ਕਿਵੇਂ, ਚੁੱਪ ਰਹੇ ਹਾਤਾਂ ਸ਼ਮਾਦਾਨ ਕੀ ਕਹਿਣਗੇ, ਕੁਝ ਕੇ ਹਾਤਾਂ ਹਨੇਰਾ ਜਾਏਗਾ ਕਿਵੇਂ, ਚੁੱਪ ਰਹੇ ਹਾਤਾਂ ਸ਼ਮਾਦਾਨ ਕੀ ਕਹਿਣਗੇ, ਚੁੱਪ ਰਹੇ ਹਾਤਾਂ ਸ਼ਮਾਦਾਨ ਨੌਵੀਂ ਜਮਾਤ ਦੇ ਪੰਜਾਬੀ ਦੇ ਪੁਸਤਕ ਵਿੱਚ ਲਿਆ ਗਿਆ ਹੈ। ਮੈਂ ਦੇਖ ਹੀ ਮਾਕਤ ਦੁਨੀਆ ਦੀ ਹੁੰਦਾ ਹਾਂ ਦੋਹਰਾ ਹੱਸ ਹੱਸ ਕੇ, ਪਹਿਲੋਕ ਮੁਸੀਬਤ ਚੱਲ ਗਲਤ ਫਹਿਮੀਆਂ ਫਸ ਫਸ ਕੇ, ਕੋਝੇ ਨੂੰ ਲਗਾ ਫੁਲੇਖਾ ਹੈ, ਬਣ ਬਣ ਕੇ ਸੋਹਣਾ ਫੁੱਲਦਾ ਹੈ, ਜਦ ਲੋਕ ਟਿਚਕਰਾਂ ਕਰਦੇ ਨੇ ਤਾਂ ਅੰਦਰ
ਸੰਗੀਤ ਢੋਲਾ ਮਾਇਆ ਹਿਤ ਮਿਰਜ਼ਾ ਇਹ ਸਾਡਾ
ਗਈ ਹੈ ਅਤੇ ਉਹ ਸਾਡੀ ਪਾਠ ਪੁਸਤਕ ਵਿੱਚੋਂ ਲਈ ਗਈ ਹੈ। ਤੁਸੀਂ ਹਸ਼ੇਰ ਬਹਾਦਰ ਦੂਲੇ ਕਦੇ ਵੀ ਨਾ ਘਬਰਾਇਓ, ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ, ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ। ਤੁਸੀਂ ਹਾਂ ਗੋਬਿੰਦ ਸਿੰਘ ਦੇ ਜਾਏ ਦਾਦਾ ਤੇਗ ਬਹਾਦਰ, ਤੁਸੀਂ ਹਾਂ ਦੇਸ਼ ਤੁਸੀਂ ਹਾਂ ਗੋਬਿੰਦ ਸਿੰਘ ਦੇ ਜਾਏ ਦਾਦਾ ਤੇਗ ਬਹਾਦਰ, ਇਸ ਕੌਮ ਦੀ ਕੁਰਬਾਨੀ ਦਾ ਜਜ਼ਬਾ ਨਵਾਂ ਸਿਖਾਇਓ, ਸੂਬੇ ਦੇ ਦਰਬਾਰ ਚ ਜਾ ਕੇ ਕੱਚ ਕੇ ਫਤਿਹ ਬੁਲਾਇਓ। ਸੂਬੇ ਆਉਂਦਾ ਤੁਝੋ ਗਵਾਚ ਗਿਆ, ਉਹ ਜੋ ਬਨ ਨਹੀਂ ਮੁੜਦਾ, ਜੋ ਪੱਤਰਾ ਵਾਚ ਗਿਆ ਪਾਣੀ ਦਰਿਆਵਾਂ ਦੀ, ਇੱਕ ਵਾਰ ਚ ਮੈਂ ਗਏ ਪਰਤਣਾ ਪੱਤਰਾ ਤੇ, ਇੱਕ ਦਾਣੀ ਕਹਿ ਗਏ ਪਰਤਣਾ ਪੱਤਰਾ ਤੇ, ਇੱਕ ਦਾਣੀ ਕਹਿ ਗਏ ਤਬਦੀਲ ਲਿਆਵੇਂ ਕਿਵੇਂ, ਤਕਦੀਰ ਚ ਲੈ ਗਈ ਤਬਦੀਲ ਲਿਆਵੇਂ ਕਿਵੇਂ, ਤਕਦੀਰ ਚ ਲੈ ਗਈ ਗੱਲਾਂ ਚਲੀਆਂ ਤਾਂ ਗੱਲ ਕਰਨੀ ਪੈ ਗਈ, ਗੱਲਾਂ ਚਲੀਆਂ ਤਾਂ ਗੱਲ ਕਰਨੀ ਪੈ ਗਈ, ਤਹਿਜ਼ੀਬ ਗਵਾਈ ਨਹੀਂ ਅਸ ਅਕਲ ਗਵਾ ਲਈ, ਤਹਿਜ਼ੀਬ ਗਵਾਈ ਨਹੀਂ ਅਸ ਅਕਲ ਗਵਾ ਲਈ, ਕਪਲਾ ਗਊਆਂ ਦੇ ਕੇ ਕੁਰਕ ਖੇਤੀ ਵਟਾ ਲਈ, ਕਪਲਾ ਗਊਆਂ ਦੇ ਕੇ ਕੁਰਕ ਖੇਤੀ ਵਟਾ ਲਈ, ਦੁੱਧ ਪੀਣ ਨੂੰ ਰਹਿ ਗਏ ਦੁੱਧ ਚੋਲੀ ਪਾ ਲਈ, ਦੁੱਧ ਪੀਣ ਨੂੰ ਰਹਿ ਗਏ ਚੋਲੀ ਪਾ ਲਈ। ਜੇ ਇਹ ਗੀਤਾ ਕਹਿ ਦਈਏ ਮਸ ਝੂਠ ਨਹੀਂ ਕੋਈ, ਜੇ ਇਹ ਵੀ ਕਹਿ ਦਈਏ ਮਸ ਝੂਠ ਨਹੀਂ ਕੋਈ, ਜੇ ਇਹ ਗੀਤਾ ਕਹਿ ਦਈਏ ਮਸ ਝੂਠ ਨਹੀਂ ਕੋਈ, ਭਾਰਤ ਦਾ ਸੌਂਕਣਾ ਸਭ ਜਣ ਕੇ ਖਾ ਬੈਠੀ, ਭਾਰਤ ਦਾ ਸੌਂਕਣਾ ਲੰਘਿਆ ਹਵਾ ਬਣ ਕੇ, ਇਹ ਕਵਿਤਾ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਦੇ ਦੁਆਰਾ ਲਿਖੀ ਗਈ ਹੈ। ਅਤੇ ਮੈਂ ਆਪਣੀ ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਇਹ ਆਪੇ ਬੜੇ ਦੁੱਖ ਵਾਲੀ ਗੱਲ ਹੈ ਕਿ ਸੁਰਜੀਤ ਪਾਤਰ ਜੀ ਲਗਭਗ 3 ਕੁ ਮਹੀਨੇ ਪਹਿਲਾਂ ਹੀ ਇਸ ਦੁਨੀਆਂ ਤੋਂ ਚਾਲੇ ਪਾ ਗਏ ਹਨ, ਅਤੇ ਇਹ ਕਵਿਤਾ ਮੇਰੀ ਉਹਨਾਂ ਨੂੰ ਸਮਰਪਿਤ ਹੈ। ਡਾਲੀਆਂ ਚੋਲ ਕੇ ਆਓ
ਪਾਰਟੀਸਪੇਟ ਕੀਤਾ ਔਰ ਇਹ ਸਾਡੇ ਲਈ ਬਹੁਤ ਹੀ ਗਰਵ ਔਰ ਖੁਸ਼ੀ ਦੀ ਗੱਲ ਹੈ ਕਿ ਡਿਸਟ੍ਰਿਕਟ ਲੈਂਗੁਏਜ ਆਫਿਸ ਜ਼ਿਲ੍ਹਾ ਭਾਸ਼ਾ ਵਿਭਾਗ ਨੇ ਸਾਡੇ ਸਕੂਲ ਨੂੰ ਇਹ ਮੌਕਾ ਦਿੱਤਾ ਇਸ ਮੁਕਾਬਲੇ ਨੂੰ ਕੰਡਕਟ ਕਰਨ ਦਾ ਔਰ ਇਸ ਲਈ ਮੈਂ ਜਸਪ੍ਰੀਤ ਮੈਮ ਜੀ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੀ ਹਾਂ ਔਰ ਮੈਂ ਆਪਣਾ ਤਜੁਰਬਾ ਆਪਣਾ ਐਕਸਪੀਰੀਅੰਸ ਇਹ ਦੱਸਦੀ ਹਾਂ ਕਿ ਕੱਲ੍ਹ ਤੋਂ ਜਦੋਂ ਅਸੀਂ ਤਿਆਰੀ ਸ਼ੁਰੂ ਕੀਤੀ ਤਾਂ ਜਿੰਨੇ ਵੀ ਸਾਹਿਤਕਾਰਾਂ ਦੇ ਅੱਜ ਤੁਸੀਂ ਕਵਿਤਾ ਸ਼ੇਅਰ ਕੀਤੀ ਤੁਸੀਂ ਗਾਇਨ ਕੀਤਾ ਉਹਨਾਂ ਦਾ ਇੰਨੇ ਅੱਛੀ ਤਰ੍ਹਾਂ ਨਾਲ ਉਸ ਬਾਰੇ ਕੱਲ੍ਹ ਤੋਂ ਸਾਡੇ ਬਿਗ ਮੈਮ ਨਾਲ ਅਸੀਂ ਕੱਲ੍ਹ ਤੋਂ ਹੀ ਉਸਦੀ ਰਿਸਰਚ ਉਹਨਾਂ ਦੇ ਕੋਟਸ ਉਹਨਾਂ ਦੇ ਫੇਮਸ ਕਵਿਤਾਵਾਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਉਹਨਾਂ ਦੇ ਲੇਖ ਉਹਨਾਂ ਦੀ ਰਚਨਾ ਬਾਰੇ ਪੜ੍ਹਨਾ ਤੋ ਇਹ ਉਪਰਾਲਾ ਜਿਹੜਾ ਜਸਪ੍ਰੀਤ ਮੈਮ ਨੇ ਸ਼ੁਰੂ ਕੀਤਾ ਕਿ ਇਸ ਮੁਕਾਬਲੇ ਰਾਹੀਂ ਰੁਚੀ ਔਰ ਸ਼ੌਕ ਪੈਦਾ ਹੋਵੇ ਤੋ ਆਈ ਥਿੰਕ ਉਹ ਕਾਮਯਾਬ ਹੋਏ ਆ ਜਸਪ੍ਰੀਤ ਮੈਮ ਇਸ ਐਫਰਟ ਲਈ ਔਰ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਇਹ ਮੌਕਾ ਦਿੱਤਾ ਔਰ ਬੱਚਿਆਂ ਨੂੰ ਵੀ ਇਹ ਮੌਕਾ ਮਿਲਿਆ ਅਤੇ ਮੈਂ ਇਸ ਦੇ ਵਿੱਚ ਜ਼ਿਆਦਾ ਕੰਟਰੀਬਿਊਸ਼ਨ ਸਾਡੇ ਬਿਗ ਮੈਮ ਦਾ ਹੈ ਤੋ ਆਈ ਵੁੱਡ ਨਾਓ ਇਨਵਾਈਟ ਮੈਮ ਟੂ ਸ਼ੇਅਰ ਹਰ ਵਿਊਜ਼ ਬਿਕੋਜ਼ ਮੈਨੂੰ ਸਾਹਿਤ ਦੀ ਨੌਲੇਜ ਜਿੰਨੀ ਕੁ ਹੈ ਲਿਮਿਟਿਡ ਹੈ ਬਟ ਮੈਮ ਨੂੰ ਇਸ ਬਾਰੇ ਜ਼ਿਆਦਾ ਨੌਲੇਜ ਹੈ ਅਤੇ ਉਹ ਆਪਣੇ ਵਿਚਾਰ ਸਾਡੇ ਅੱਗੇ ਰੱਖਣਗੇ ਸੋ ਬਟ ਮੈਂ ਆਪਣੇ ਵੱਲੋਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰੇ ਬਹੁਤ ਅੱਛਾ ਮਤਲਬ ਮੈਨੂੰ ਬਹੁਤ ਹੀ ਮਜ਼ਾ ਆਇਆ ਸਾਰਿਆਂ ਦੀ
ਜਿੰਨੀ ਵੀ ਕਵਿਤਾਵਾਂ ਗਾਇਨ ਜਿਸ ਤਰ੍ਹਾਂ ਨੇ ਪੂਰੇ ਲੈ ਸੁਰਤਾਲ ਨਾਲ ਅੱਜ ਸਾਰਿਆਂ ਨੇ ਗਾਇਆ, ਬਹੁਤ ਅੱਛਾ ਲੱਗਿਆ। ਤੋ ਸ਼ਾਬਾਸ਼ ਸਾਰਿਆਂ ਨੂੰ, ਬਹੁਤ ਬਹੁਤ ਵਧਾਈ। ਔਰ ਆਉਣ ਵਾਲੇ ਜਿਹੜੇ ਸਾਰੇ ਵਿਦਿਆਰਥੀਆਂ ਦੇ ਨਾਲ ਜਿੰਨੇ ਅਧਿਆਪਕ ਆਏ ਹਨ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਆਪਣੀ ਓਨਰੇਬਲ ਚੇਅਰਪਰਸਨ ਮੈਮ ਮਿਸਿਸ ਕਿਰਨਦੀਪ ਕੌਰ ਖਿੰਦਾ, ਚੇਅਰਪਰਸਨ ਜਿਹੜੀ ਇੰਗਲਿਸ਼ ਪੋਇਟ ਸਕੂਲ, ਔਰ ਸਮੂਹ ਸਟਾਫ ਵੱਲੋਂ ਜਸਪ੍ਰੀਤ ਮੈਮ ਦੇ ਨਾਲ ਨਾਲ ਜਿੰਨੇ ਵੀ ਆਪਣੇ ਜੱਜਿਸ ਹੈਗੇ ਆ, ਸ਼੍ਰੀ ਹਰਿੰਦਰ ਭੰਡਾਲ ਜੀ ਜਿਹੜੇ ਮਸ਼ਹੂਰ ਲੇਖਕ ਅਤੇ ਆਲੋਚਕ ਹਨ, ਸ਼੍ਰੀ ਸ਼ਾਹਬਾਜ਼ ਖਾਨ ਜੀ ਅਧਿਆਪਕ ਅਤੇ ਲੇਖਕ, ਤੇ ਸ਼੍ਰੀ ਜਗਜੀਤ ਸਿੰਘ ਜੀ ਲੇਖਕ ਅਤੇ ਰੰਗਕਰਮੀ ਜੀ ਹੈਗੇ ਆ, ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ। ਔਰ ਇਸ ਤੋਂ ਇਲਾਵਾ ਸੁਨੀਤਾ ਜਸਪ੍ਰੀਤ ਮੈਮ, ਹੁਣ ਮੈਂ ਤੁਹਾਨੂੰ ਇਨਵਾਈਟ ਕਰਦੀ ਹਾਂ, ਤੁਸੀਂ ਵੀ ਆਪਣੇ ਵਿਊ ਸ਼ੇਅਰ ਕਰੋ ਬੱਚਿਆਂ ਦੇ ਨਾਲ ਵਿਚਾਰ ਸਾਂਝੇ ਕਰੋ। ਸਾਰੇ ਹੀ ਆਏ ਹੋਏ ਵਿਦਿਆਰਥੀਆਂ ਨੂੰ, ਉਹਨਾਂ ਦੇ ਨਾਲ ਗਾਈਡ ਟੀਚਰ, ਉਹਨਾਂ ਨੂੰ ਪਹਿਲਾਂ ਤਹਿ ਦਿਲੋਂ ਜੀਆਂ ਆਖਦੀ ਹਾਂ। ਔਰ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਖਿੰਡਾ ਮੈਮ, ਪ੍ਰਿੰਸੀਪਲ ਮੈਮ, ਔਰ ਉਹਨਾਂ ਦਾ ਸਾਰਾ ਹੀ ਸਟਾਫ, ਔਰ ਸਾਡੇ ਜੱਜਿਸ ਸਾਹਿਬਾਨ, ਇਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਚਾਹੁੰਦੀ ਸੀ ਕਿ ਪਹਿਲਾਂ ਸਾਡੇ ਮੁੱਖ ਮਹਿਮਾਨ ਜੋ ਪ੍ਰੋਟੋਕੋਲ ਹੁੰਦਾ ਹੈ ਕਿ ਉਹਨਾਂ ਦਾ ਪ੍ਰਸ਼ਨ ਅਸੀਂ ਸੁਣੀਏ, ਉਹਨਾਂ ਦੇ ਅਨੁਭਵ, ਉਹਨਾਂ ਦੇ ਤਜਰਬੇ ਸੁਣ ਕੇ ਆਪਣੇ ਅੰਦਰ ਗ੍ਰਹਿਣ ਕਰੀਏ। ਪਰ ਮੈਮ ਦੀ ਜਾਣੀ ਸੀ ਕਿ ਪਹਿਲਾਂ ਜਸਟ ਬੋਲੇ ਤੇ ਬੋਲਣਾ ਮੈਨੂੰ ਨਹੀਂ ਆਉਂਦਾ। ਮੈਂ ਅੱਛੇ ਤਰੀਕੇ ਨਾਲ ਸ਼ਾਇਦ ਸ਼ਬਦਾਂ ਦੀ ਸਾਂਝ ਨਾ ਪਾ ਸਕਾਂ, ਜਾਂ ਮੇਰਾ ਅਨੁਭਵ ਜਿੰਨਾ ਕੁ ਹੈ ਮੈਂ ਉਹਨਾਂ ਕੁ ਤੁਹਾਡੇ ਨਾਲ ਸਾਂਝ ਪਾਵਾਂਗੀ। ਅੱਜ ਪਹਿਲੀ ਵਾਰ ਹੋਇਆ, ਫਸਟ ਟਾਈਮ 2 ਸਾਲਾਂ ਦੇ ਵਿੱਚ, ਕਿ ਮੰਚ 'ਤੇ ਬੋਲਣ ਦੀਆਂ ਮੈਨੂੰ ਕੀ ਪੁਆਇੰਟਸ ਲਿਖਣੇ ਪਏ। ਅਦਰਵਾਈਜ਼ ਮੈਂ ਬਿਲਕੁਲ ਸਿੰਪਲੀ ਵੇ ਨਾਲ ਬੋਲਦੀ ਹਾਂ, ਮੈਂ ਕਦੀ ਕੁਛ ਨਹੀਂ ਲਿਖਿਆ, ਔਰ ਜੋ ਮੇਰੇ ਮਨ 'ਚ ਆਇਆ ਉਹ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਲੈਂਦੇ। ਬਟ ਅੱਜ ਇੰਨੀ ਪੋਜ਼ਿਟਿਵ ਵਾਈਬ ਸੀ, ਸਭ ਤੋਂ ਪਹਿਲਾਂ ਪਹਿਲੀ ਗੱਲ ਮੈਨੂੰ ਇਹ ਮਹਿਸੂਸ ਹੋਈ, ਸਾਰੇ ਸਿਰਜਣ ਮੁਕਾਬਲੇ ਬਹੁਤ ਵਾਰ ਮੈਂ ਭਾਸ਼ਾ ਵਿਭਾਗ ਵੱਲੋਂ ਕਰਵਾਏ ਨੇ, ਔਰ ਜਿੰਨੇ ਤੁਸੀਂ ਟੀਚਰ ਆਏ ਔਰ ਤੁਸੀਂ ਸਭ ਜਾਣਦੇ ਹੋ, ਮੇਰੇ ਨਾਲ ਬਹੁਤ ਵਾਰ ਰੂਬਰੂ ਹੋਏ ਵੀ ਹੋਵੋਗੇ, ਬਟ ਜਿੰਨੀ ਪੋਜ਼ਿਟਿਵ ਵਾਈਬ ਅੱਜ ਆਈ ਹੈ ਸ਼ਾਇਦ ਹੀ ਮੈਨੂੰ ਪਹਿਲਾਂ ਕਦੀ ਮਹਿਸੂਸ ਹੋਈ ਹੋਵੇ। ਔਰ ਤੁਸੀਂ ਸਭ ਜਾਣਦੇ ਹੋ ਜਦੋਂ ਤੁਹਾਡਾ ਆਲਾ ਦੁਆਲਾ, ਤੁਹਾਡਾ ਔਰਾ ਐਨਰਜੈਟਿਕ ਹੋਵੇ, ਪੋਜ਼ਿਟਿਵ ਹੋਵੇ, ਤਾਂ ਉੱਥੇ ਕੀਤੇ ਗਿਆ ਕੰਮ ਦਾ ਨੂੰ ਜਿਹੜੇ ਫਲ ਉਹ ਜ਼ਰੂਰ ਲੱਗਦੇ ਆ। ਔਰ ਆਈ ਫੀਲ ਸਕਸੈਸਫੁਲ ਟੂਡੇ, ਮੈਨੂੰ ਲੱਗ ਰਿਹਾ ਕਿ ਅੱਜ ਦੇ ਇਵੈਂਟ ਮੈਂ ਸਕਸੈਸਫੁਲ ਹੀ ਹਾਂ। ਸਭ ਤੋਂ ਪਹਿਲਾਂ ਜਿਹੜੀ ਮੈਂ ਵਿਦਿਆਰਥੀਆਂ ਨਾਲ ਸਾਂਝ ਪਾਵਾਂਗੀ ਕਿ ਵਿਦਿਆਰਥੀ ਦੀ ਪੋਜੀਸ਼ਨਸ ਕੋਈ ਵੀ ਆਵੇ, ਫਸਟ ਆਏ, ਸੈਕਿੰਡ ਆਏ, ਥਰਡ ਆਏ, ਲਗਭਗ 50 ਦੇ ਬੱਚੇ ਪਾਰਟੀਸਪੇਟ ਕੀਤੇ ਨੇ। ਔਰ ਤੁਹਾਨੂੰ ਪਤਾ ਹੈ ਕਿ ਰੂਲਸ ਅਕੋਰਡਿੰਗ ਫਸਟ ਸੈਕਿੰਡ ਥਰਡ ਆਉਣਾ ਹੀ ਆਉਣਾ, ਜੱਜਿਸ ਇਸੇ ਲਈ ਹੈ ਕਿ ਫਸਟ ਸੈਕਿੰਡ ਥਰਡ। ਪਰ ਤੁਸੀਂ ਇਹ ਦੇਖੋ ਕਿ ਸਾਰੇ ਹੀ ਬੱਚਿਆਂ ਨੇ ਇੰਨਾ ਸੋਹਣਾ ਗਾਇਆ ਵੀ ਅਤੇ ਪੇਸ਼ਕਾਰੀ ਕੀਤੀ, ਇੱਕ ਇੱਕ ਨੰਬਰ ਦਾ ਫਰਕ ਹੈ ਹਰ ਬੱਚੇ ਦੇ ਵਿੱਚ। ਤੁਸੀਂ ਆਪਣੇ ਆਪ ਦੇ ਵਿੱਚ
ਟੈਲੈਂਟ ਫੀਲ ਕਰੋ ਕਿ ਤੁਹਾਡੇ ਵਿੱਚ ਕਿੰਨਾ ਟੈਲੈਂਟ ਹੈ। ਜੇ ਕੋਈ ਇੱਕ ਅੱਧਾ ਬੱਚਾ ਇੱਥੇ ਘਬਰਾ ਗਿਆ ਕਿ ਐਵੇਂ ਫਗਵਾੜਾ ਦੀ ਸੀ, ਇੰਨਾ ਜੋਸ਼, ਇੰਨੀ ਖੂਬਸੂਰਤੀ ਨਾਲ ਬੋਲੀ, ਦੋ ਸ਼ਬਦ ਅਗਰ ਉਹਦੇ ਮਨ ਚੋਂ ਮਿਸ ਹੋ ਗਏ ਹਾਰਡਲੀ ਮੈਟਰਸ, ਬਟ ਉਹ ਫਿਰ ਵੀ ਫਸਟ ਹੈ। ਪਹਿਲੀ ਗੱਲ ਮੰਚ ਤੇ ਆਉਣਾ ਔਰ ਪੇਸ਼ਕਾਰੀ ਕਰਨੀ ਆਪਣੇ ਆਪ ਦੇ ਵਿੱਚ ਹੀ ਇੱਕ ਮੁਹਾਰਤ ਹੈ, ਪਹਿਲੀ ਪੋਜੀਸ਼ਨ ਦੇ ਵਿੱਚ ਆਉਣ ਦੇ ਬਰਾਬਰ ਹੈ। ਔਰ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਮੈਂ ਹੁਣੇ ਬੈਠੇ ਸੋਚਿਆ ਔਰ ਮੈਂ ਆਪਣੀ ਡਾਇਰੀ 'ਚ ਵੀ ਨੋਟ ਕੀਤਾ ਕਿ ਹੁਣ ਜਦੋਂ ਅਗਲਾ ਸਾਹਿਤ ਸਿਰਜਣ ਆਪਾਂ ਅਗਲੇ ਸਾਲ ਕਰਾਉਣਾ ਤਾਂ ਹਰ ਬੱਚੇ ਨੂੰ ਮੈਂ ਪ੍ਰਾਈਜ਼ ਦੇਣਾ। ਵਿਭਾਗ ਵੱਲੋਂ ਤਾਂ ਸਾਨੂੰ ਸਿਰਫ 3 ਪੋਜੀਸ਼ਨਾਂ ਦਾ ਕੈਸ਼ ਪ੍ਰਾਈਜ਼ ਆਉਂਦਾ, ਪਰ ਮੇਰਾ ਮਨ ਸੀਗਾ ਕਿ ਹਰ ਬੱਚਿਆਂ ਨੂੰ ਦੇਵਾਂ। ਕੋਈ ਬਿਆਸ ਤੋਂ ਆਇਆ, ਕੋਈ ਫਗਵਾੜੇ ਤੋਂ ਆਇਆ, ਕੋਈ ਕਿਤੋਂ ਦੂਰੋਂ ਪਿੰਡੋਂ ਚੱਲ ਕੇ ਆਇਆ, ਇੰਨੇ ਮਾਣ ਦੇ ਨਾਲ ਆਇਆ ਔਰ ਉਹਨੇ ਪੇਸ਼ਕਾਰੀ ਕੀਤੀ ਹੈ, ਅਤੇ ਹਰੇਕ ਦਾ ਸਨਮਾਨ ਮੇਰੇ ਵੱਲੋਂ ਬਣਨਾ ਮੇਰੀ ਡਿਊਟੀ ਹੈ, ਮੇਰਾ ਕਰਤੱਵ ਹੈ। ਤੁਹਾਨੂੰ ਮੋਟੀਵੇਸ਼ਨ, ਕਿਉਂਕਿ ਲੱਖਾਂ ਹੀ ਬੱਚੇ ਸਕੂਲਾਂ 'ਚ ਪੜ੍ਹ ਰਹੇ, ਚੁਣ ਕੇ ਤੁਸੀਂ ਆਏ ਹੋ ਔਰ ਤੁਹਾਡੇ ਗਾਈਡ ਟੀਚਰ ਵੀ ਐਪਰੀਸ਼ੀਏਬਲ ਨੇ, ਆਪਣੇ ਗਾਈਡ ਟੀਚਰ ਲਈ ਜ਼ਰੂਰ ਕਲੈਪਿੰਗ ਕਰੋ। ਸਭ ਤੋਂ ਜ਼ਿਆਦਾ ਐਪਰੀਸ਼ੀਏਬਲ, ਸਭ ਤੋਂ ਜ਼ਿਆਦਾ ਹਿੰਮਤੀ, ਡੈਡੀਕੇਟਿਡ ਤੁਹਾਡੇ ਗਾਈਡ ਟੀਚਰ ਹੁੰਦੇ ਆ, ਜੋ ਸਕੂਲ ਵਿੱਚ ਵੀ ਤੁਹਾਨੂੰ ਸਮਾਂ ਦਿੰਦੇ ਆ ਔਰ ਇੱਥੇ ਲੈ ਕੇ ਵੀ ਆਏ ਨੇ, ਅਤੇ ਉਹਨਾਂ ਦੇ ਪਿੱਛੇ ਉਹਨਾਂ ਦੀਆਂ ਕਿੰਨੀਆਂ ਕੁ ਮਜ਼ਬੂਰੀਆਂ ਹੋਣਗੀਆਂ ਇਹ ਮੈਂ ਚੰਗੀ ਤਰ੍ਹਾਂ ਸਮਝ ਸਕਦੀ ਹਾਂ, ਕਿਉਂਕਿ ਮੈਂ ਬਹੁਤ ਸਾਰੇ ਸਮਾਗਮ ਕਰਾਏ ਆ। ਮੈਨੂੰ ਪਤਾ ਹੁੰਦਾ ਵੀ ਕਿਹੜੀਆਂ ਮਜ਼ਬੂਰੀਆਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਬੱਚਿਆਂ ਲਈ ਡਿਵੋਟ ਕੀਤਾ ਹੋਇਆ। ਕੁਇਜ਼ ਮੁਕਾਬਲੇ ਅਤੇ ਸਾਹਿਤ ਸਿਰਜਣ ਮੁਕਾਬਲੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਹੋਣਗੇ। ਕੋਸ਼ਿਸ਼ ਕਰਿਓ ਕਿ ਭਾਸ਼ਾ ਵਿਭਾਗ ਨਾਲ ਜ਼ਰੂਰ ਜੁੜਿਓ। ਜਿੰਨੇ ਵੀ ਗਾਈਡ ਟੀਚਰ ਹੈ, ਅਸੀਂ ਇੱਕ ਗਰੁੱਪ ਬਣਾਇਆ ਉਹਨਾਂ ਦੇ ਵਿੱਚ। ਇਹ ਮੈਂ ਪੁਆਇੰਟ ਇਸ ਲਈ ਇੱਥੇ ਅਨਾਊਂਸ ਕਰ ਰਹੀ ਹਾਂ, ਕਈ ਵਾਰੀ ਡੇਟ ਸਕਿਪ ਹੋ ਜਾਂਦੀ ਹੈ, ਅਤੇ ਕੱਲ੍ਹ ਵੀ ਮੈਨੂੰ ਬਹੁਤ ਸਾਰੇ ਫੋਨ ਆਏ ਸੀ ਡੇਟ ਦੇ ਮਿਸਕਨਸੈਪਸ਼ਨ ਸੀਗੇ, ਕਿਉਂਕਿ ਸਾਨੂੰ ਇੱਕ ਦਿਨ ਪ੍ਰੀ ਫੋਨ ਕਰਨਾ ਪਿਆ। ਅਤੇ ਤੁਸੀਂ ਗਰੁੱਪ ਬਣਾਇਆ, ਇੱਥੇ ਗਗਨਦੀਪ ਸਿੰਘ ਹੈ, ਤੁਸੀਂ ਉਹਨਾਂ ਦੇ ਕੋਲੋਂ ਗਰੁੱਪ ਦੇ ਵਿੱਚ ਜ਼ਰੂਰ ਐਡ ਹੋਵੋ, ਤਾਂ ਕਿ ਤੁਹਾਨੂੰ ਟਾਈਮ ਟੂ ਟਾਈਮ ਇਨਫੋਰਮੇਸ਼ਨ ਮਿਲਦੀ ਹੈ। ਇਹ ਇੱਕ ਸਰਕਾਰੀ ਅਧਾਰਾ ਹੈ ਔਰ ਇਹਦੇ ਵਿੱਚ ਪਾਰਟੀਸਪੇਟ ਕੀਤੇ ਹੋਏ ਬੱਚੇ ਨੂੰ ਮੁੱਖ ਦਫ਼ਤਰ ਵੱਲੋਂ, ਹੈੱਡ ਡਿਪਾਰਟਮੈਂਟ ਵੱਲੋਂ ਤੁਹਾਨੂੰ ਇੱਕ ਸਰਟੀਫਿਕੇਟ ਵੀ ਮਿਲਣਾ, ਜੋ ਤੁਹਾਡੇ ਆਉਣ ਵਾਲੇ ਸਮੇਂ 'ਚ ਕਿਤੇ ਕੰਮ ਵੀ ਆਏਗਾ, ਨਹੀਂ ਤਾਂ ਇੱਕ ਐਪਰੀਸੀਏਸ਼ਨ ਤਾਂ ਹੈ ਹੀ ਹੈ। ਠੀਕ ਹੈ, ਜ਼ਰੂਰ ਆਪਣਾ ਨੰਬਰ ਜਿਹੜਾ ਹੈ ਗਰੁੱਪ ਦੇ ਵਿੱਚ ਐਡ ਕਰਾਓ, ਤਾਂ ਕਿ ਤੁਸੀਂ ਕਿਸੇ ਵੀ ਮੌਕੇ ਨੂੰ ਪੁੰਝੋ ਨਾ। ਅਤੇ ਦੂਸਰੀ ਗੱਲ ਕਿੱਡਾ ਮੈਮ, ਕੋ ਐਜੂਕੇਸ਼ਨ ਸਕੂਲ ਪਲੱਸ CBSE ਸਕੂਲ ਦੇ ਵਿੱਚ ਕਰਵਾਉਣ ਦਾ ਮੇਰਾ ਇੱਕ ਖਾਸ ਮਕਸਦ ਹੁੰਦਾ ਹੈ। ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਵੀ ਮੈਂ ਐਕਟੀਵਿਟੀ ਕਰਦੀ ਹਾਂ ਜਾਂ ਜਿਹੜੀ ਕਿਸੇ ਨੂੰ ਵੀ ਚੁਣਿਆ ਹੁੰਦਾ, ਉਹਦੇ ਵਿੱਚ ਇੱਕ ਰੀਜ਼ਨ ਜ਼ਰੂਰ ਹੁੰਦਾ। ਮੈਂ ਡਿਸਕਲੋਜ਼ ਨਹੀਂ ਕਰਦੀ, ਕਿਉਂਕਿ ਮੈਂ ਕੰਮ ਕਰਨ ਤੋਂ ਪਹਿਲਾਂ ਉਹਦੀ ਬਰੀਕੀ ਤੱਕ ਜਾਣੀ ਹਾਂ। ਹੁਣ ਜਿਵੇਂ ਅੱਜ ਕੱਲ੍ਹ ਬਹੁਤ ਸ਼ੋਰ ਹੈ, ਸ਼ਾਇਦ ਸੁਰਜੀਤ ਪਾਤਰ ਜੀ ਨੇ ਵੀ ਕਿਹਾ ਹੈ ਕਿ ਉਹ ਕਿਹੜਾ ਦੇਸ਼ ਹੈ, ਕਿਹੜਾ ਸਕੂਲ ਹੈ ਜਿੱਥੇ ਮਾਂ ਬੋਲੀ ਬੋਲਣ ਦੇ ਵੀ ਜੁਰਮਾਨਾ। ਠੀਕ ਹੈ, ਇਸੇ ਚੀਜ਼ ਨੂੰ ਪਰੂਫ ਕਰਨ ਵਾਸਤੇ ਮੈਂ ਹਮੇਸ਼ਾ CBSE ਸਕੂਲ 'ਚ ਹੁੰਦੀ ਹਾਂ। ਪੰਜਾਬੀ ਦਾ ਕੋਈ ਵੀ ਇਵੈਂਟ ਕਰਵਾਉਣਾ ਹੋਵੇ, ਗਵਰਨਮੈਂਟ ਸਕੂਲਸ, ਏਡਿਡ ਸਕੂਲਸ ਔਰ PSEB ਦੇ ਪ੍ਰਾਈਵੇਟ ਸਕੂਲਸ ਦੇ ਵਿੱਚ ਪੰਜਾਬੀ ਹੈ, ਪੰਜਾਬੀ ਬੋਲੀ ਜਾਂਦੀ ਹੈ। ਬੱਚੇ ਉਹਨਾਂ ਘਰਾਂ 'ਚੋਂ ਆਉਂਦੇ ਆ ਜਿੱਥੇ ਠੇਠ ਪੰਜਾਬੀ ਬੋਲੀ ਜਾਂਦੀ ਹੈ, ਕੁਝ ਸ਼ਬਦ ਸਾਨੂੰ ਨਹੀਂ ਪਤਾ ਹੋਣਗੇ ਜੇ ਉਹਨਾਂ ਨੂੰ ਯਾਦ ਹੁੰਦੇ ਨੇ। ਪਰ ਜੇ ਆਪਾਂ CBSE ਸਕੂਲਸ ਦੀ ਗੱਲ ਕਰੀਏ, ਅੱਜ ਦਾ ਦੌਰ ਹੈ ਕਿ ਪੇਰੈਂਟਸ ਚਾਹੁੰਦੇ ਆ ਕਿ ਬੱਚੇ ਸਾਡੇ ਆਈਲੈਂਡਸ ਹੀ ਕਰਨੀ ਹੈ ਅਤੇ ਕਨੇਡਾ ਅਮਰੀਕਾ ਹੀ ਜਾ ਕੇ ਵਸਣਾ ਹੈ, ਅਤੇ ਬੱਚਿਆਂ ਨੂੰ CBSE ਸਕੂਲ ਦੇ ਵਿੱਚ ਪਾਇਆ ਜਾਵੇ, ਸਿਰਫ ਅਤੇ ਸਿਰਫ ਉਹਨਾਂ ਦਾ ਇੱਕੋ ਰੀਜ਼ਨ ਹੁੰਦਾ ਹੈ ਇੰਗਲਿਸ਼ ਬੋਲਣੀ। ਹੋਰ ਕੋਈ ਮੋਟਿਵ ਨਹੀਂ ਹੈ CBSE ਸਕੂਲ ਜਾਂ ਕੈਮਬ੍ਰਿਜ ਸਕੂਲ ਜਾਂ ਬਾਬਾ ਲਾਲ ਵਾਲੀ। ਈਵਨ ਮੈਂ ਆਪਣੇ ਬੇਟੇ ਨੂੰ ਛੋਟੇ ਹੁੰਦੇ BLPS ਪਾਏ ਸੀ, ਸਿਰਫ ਐਕਟੀਵਿਟੀ ਬੇਸਡ
ਸਟੱਡੀ ਹੋਵੇ, ਇਹ ਸਾਡਾ ਮਾਈਂਡਸੈਟ ਹੈ ਪੇਰੈਂਟਸ ਦਾ। ਇਸੇ ਲਈ ਆਉਂਦੇ ਹਾਂ, ਮੇਰਾ ਜੇ ਮੈਂ ਭਾਸ਼ਾ ਸਰ ਹਾਂ ਤਾਂ ਮੇਰਾ ਇਹ ਡਿਊਟੀ ਵੀ ਹੈ ਕਿ ਪੰਜਾਬੀ ਪੰਜਾਬੀ ਸਕੂਲਾਂ ਤੱਕ ਨਹੀਂ, ਹਰ ਸਕੂਲ ਦੇ ਵਿੱਚ ਹੋਵੇ। ਕਿਸੇ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਕਿ CBSE ਸਕੂਲ ਦੇ ਵਿੱਚ ਪੰਜਾਬੀ ਨਾ ਤਾਂ ਬੋਲੀ ਜਾਂਦੀ ਹੈ ਨਾ ਪੜ੍ਹਾਈ ਜਾਂਦੀ ਹੈ। ਹੁਣ ਜਦੋਂ ਮੇਰੇ ਨਾਲ ਗੱਲ ਹੁੰਦੀ ਹੈ, ਵੱਡੇ ਵੱਡੇ ਅਹੁਦੇਦਾਰ ਮੈਨੂੰ ਕਹਿੰਦੇ ਨੇ, ਤਾਂ ਮੈਂ ਉੱਥੇ ਮੂੰਹ ਤੋੜ ਕੇ ਜਵਾਬ ਦਿੰਦੀ ਹਾਂ ਕਿ ਕਪੂਰਥਲੇ ਆ ਕੇ ਦੇਖੋ, ਕੋਈ ਵੀ ਇੱਦਾਂ ਦਾ CBSE ਸਕੂਲ ਨਹੀਂ ਹੈ ਜੋ 10ਵੀਂ ਤੱਕ ਪੰਜਾਬੀ ਨਾ ਪੜ੍ਹਾਉਂਦਾ ਹੋਵੇ, ਪੰਜਾਬੀ ਨਾ ਬੋਲਦਾ ਹੋਵੇ, ਔਰ ਬੱਚਿਆਂ ਦਾ ਪਹਿਰਾਵਾ ਪੰਜਾਬੀ ਨਾ ਬੋਲਦਾ ਹੋਵੇ। ਮਿਡਲ ਇੰਟਰ ਸਕੂਲ, MGM ਸਕੂਲ, BLPS ਕੈਮਰੇ, ਜੋ ਭੰਗੜੇ ਦੀ ਛਾਪ, ਗਿੱਧਿਆਂ ਦੀ ਛਾਪ ਇਹ ਸਕੂਲ ਰੱਖਦੇ ਨੇ, ਸ਼ਾਇਦ ਸਰਕਾਰੀ ਸਕੂਲ ਵੀ ਨਾ ਰੱਖਦੇ ਹੋਣ। ਮੈਨੂੰ ਇਹਨਾਂ ਸਕੂਲਾਂ ਦੀ ਲੋੜ ਹੈ। ਬਹੁਤ ਅੱਛੇ ਤਰੀਕੇ ਨਾਲ ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਸ਼ਬਦਾਵਲੀ ਨੂੰ ਇਹਨਾਂ ਨੇ ਸੰਭਾਲਿਆ ਹੋਇਆ ਹੈ, ਕਾਬਿਲੇ ਤਾਰੀਫ ਹੈ। ਅਸੀਂ ਸਾਰੇ ਰਲ ਕੇ, ਬਾਕੀ ਜ਼ਿਲ੍ਹਿਆਂ ਦੀ ਤਾਂ ਮੈਂ ਗਰੰਟੀ ਨਹੀਂ ਦਿੰਦੀ, ਪਰ ਕਪੂਰਥਲਾ ਜ਼ਿਲ੍ਹੇ ਨੂੰ ਆਪਾਂ ਜ਼ਰੂਰ ਉੱਪਰ ਪੰਜਾਬੀ ਭਾਸ਼ਾ ਦੇ ਵਿੱਚ ਲੈ ਕੇ ਜਾਵਾਂਗੇ। ਔਰ ਸਾਡੀਆਂ ਸੱਜੀਆਂ ਖੱਬੀਆਂ ਬਾਹਾਂ ਹਰਵਿੰਦਰ ਸਰ, ਜਿਹਨਾਂ ਦੇ ਆਸਰੇ ਆਪਾਂ ਤੁਰੇ ਫਿਰਦੇ ਹਾਂ, ਸ਼ਹਿਬਾਜ਼ ਸਰ, ਜੱਜੀ ਸਰ ਮਿਊਜ਼ਿਕ ਦੇ ਨੇ, ਤੁਹਾਡਾ ਹੀ ਆਸਰਾ ਹੈ, ਤੁਹਾਡੇ ਕਰਕੇ ਅਸੀਂ ਸਿੱਖ ਸਿੱਖ ਕੇ ਅੱਗੇ ਵੱਧ ਰਹੇ ਹਾਂ ਅਤੇ ਨਵੀਂ ਪੀੜ੍ਹੀ ਤੱਕ ਜਿਹੜਾ ਸੁਨੇਹਾ ਹੈ ਪੰਜਾਬੀ ਦਾ ਪਹੁੰਚਾ ਰਹੇ ਹਾਂ। ਅਤੇ ਇੱਕ ਬੱਚੇ ਕੋਸ਼ਿਸ਼ ਕਰੋ, ਜਿੰਨੇ CBSE ਸਕੂਲ ਦੇ ਬੱਚੇ ਨੇ, ਸਕੂਲ ਦੇ ਵਿੱਚ ਤਾਂ ਤੁਹਾਡੇ ਹੁੰਦੇ ਨਾ ਪ੍ਰੋਟੋਕੋਲ ਕਿ ਇੰਗਲਿਸ਼ ਪੀਰੀਅਡ ਇੰਗਲਿਸ਼, ਪੰਜਾਬੀ 'ਚ ਪੰਜਾਬੀ, ਔਰ ਘਰ ਜਾ ਕੇ ਪੰਜਾਬੀ ਬੋਲਿਆ ਕਰੋ। ਫੋਰਨ ਦੇ ਵਿੱਚ ਜਿਹੜੇ ਪੰਜਾਬੀ ਪੇਰੈਂਟਸ ਹੈ, ਬਾਹਰ ਤਾਂ ਉਹ ਆਪਣੀ ਲੈਂਗੁਏਜ ਬੋਲਦੇ ਨੇ ਪਰ ਘਰ ਉਹ ਪੰਜਾਬੀ ਬੋਲਦੇ ਨੇ। ਇਹ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਬੱਚੇ ਘਰੇ ਹਿੰਦੀ ਬੋਲਦੇ ਨੇ। ਮੈਂ ਵੀ ਇੱਕ ਰਾਸ ਦੀ ਹੰਢਾ ਰਹੀ ਹਾਂ, ਕੋਸ਼ਿਸ਼ ਕਰ ਰਹੀ ਹਾਂ, ਇੱਕ ਮੇਰਾ ਬੱਚਾ ਸਿੱਖ ਗਿਆ ਅਤੇ ਦੂਜਾ ਸਿੱਖਣ ਦੇ ਰਾਹ 'ਤੇ ਹੈ। ਅਤੇ ਤੁਸੀਂ ਵੀ ਸਾਰਿਆਂ ਨੇ ਇਹ ਜ਼ਰੂਰ ਕਰਨਾ ਕਿ ਆਪਣੇ ਮਾਂ ਪਿਓ ਨਾਲ ਪੰਜਾਬੀ ਬੋਲੋ, ਬਾਹਰ ਚਾਹੇ ਇੰਗਲਿਸ਼ ਬੋਲੋ, ਹਿੰਦੀ ਬੋਲੋ, ਭਾਸ਼ਾ ਕੋਈ ਮਾੜੀ ਨਹੀਂ ਹੈ। ਅਸੀਂ ਹੁਣ ਮੈਡਮ ਦੇ ਵਿੱਚ ਹਿੰਦੀ ਵੀ ਯੂਜ਼ ਕੀਤੀ ਹੈ, ਇੰਗਲਿਸ਼ ਵੀ ਯੂਜ਼ ਕੀਤੀ ਹੈ, ਪਰ ਮੈਡਮ ਨੇ ਅੱਜ ਪੰਜਾਬੀ ਦੇ ਅੰਗਰੇਜ਼ੀ ਅਧਿਆਪਕਾਂ ਹੋਣ ਦੇ ਬਾਵਜੂਦ ਤੁਹਾਡੇ ਨਾਲ ਕਿੰਨੇ ਪੰਜਾਬੀ ਸ਼ਬਦਾਂ ਦੀ ਸਾਂਝ ਪਾਈ ਹੈ। ਬਹੁਤ ਵਧੀਆ ਤਰੀਕਾ, ਮੰਚ ਤੋਂ ਜੋ ਚੀਜ਼ ਇੱਥੇ ਬੋਲੀ ਜਾਏਗੀ ਉਹ ਤੁਹਾਡੇ 'ਤੇ ਛਾਪ ਛੱਡ ਜਾਏਗੀ। ਔਰ ਮੇਰੀ ਇਹ ਰਿਕੁਐਸਟ ਹੀ ਮੰਨ ਲਓ ਕਿ ਤੁਸੀਂ ਘਰ ਜਾ ਕੇ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਪੰਜਾਬੀ ਜ਼ਰੂਰ ਬੋਲਣੀ ਆ, ਇੰਗਲਿਸ਼ ਦੀ ਪ੍ਰੈਕਟਿਸ ਕਰਦੇ ਰਹੋ, ਇੰਗਲਿਸ਼ ਨਿਊਜ਼ ਚੈਨਲ ਸੁਣੋ, ਪਰ ਪੰਜਾਬੀ ਨਾ ਭੁੱਲਿਓ। ਸਾਹਮਣੇ ਤੁਹਾਡੇ ਲਿਖਿਆ ਹੋਇਆ ਸਲੋਕ ਹੈ, ਇਹ ਰੱਟ ਲਿਓ, ਮਨੋ ਨਾ ਵਸਾਰਿਓ ਸਾਡੀ ਮਾਂ ਬੋਲੀ ਨੂੰ। ਅਤੇ ਮੁੱਖ ਮਹਿਮਾਨ ਮੈਮ, ਇਹਦਾ ਵੀ ਇੱਕ ਮੋਟਿਵ ਹੈ, ਉਹ ਤੁਹਾਨੂੰ ਫਿਰ ਦੱਸਾਂਗੇ ਕਿ ਤੁਸੀਂ ਮੁੱਖ ਮਹਿਮਾਨ ਕਿਉਂ। ਮੁੱਖ ਮਹਿਮਾਨ ਉਸ ਸਮਾਗਮ ਦਾ ਮੈਨੂੰ ਆਪਣੇ ਬੱਚੇ ਹਰਵਿੰਦਰ ਸਿੰਘ ਜੀ ਬਟਾਲ, ਸ਼ਹਿਬਾਜ਼ ਖਾਨ ਸਾਹਿਬ ਸਰ, ਤੁਹਾਨੂੰ ਮੈਂ ਪਤਾ ਨਹੀਂ ਐਡਰੈਸ ਵੀ ਕਰ ਸਕਦੀ ਬਾਰੇ ਮੇਰੇ ਬੱਚੇ ਨੇ, ਠੀਕ ਹੈ, ਤੁਸੀਂ ਵੀ ਮੇਰੇ ਬੱਚਿਆਂ ਵਰਗੇ ਹੋਵੋਗੇ। ਯੈਸ, ਮੇਰਾ ਖਿਆਲ ਹੈ ਅੱਜ ਮੁੱਖ ਮਹਿਮਾਨ ਦਾ ਆਉਂਦਾ, ਇਸੇ ਲਈ ਸਮਝ ਲਓ ਕਿ ਮੈਂ ਆਈ ਐਮ ਆਫ ਦੈਟ ਏਜ ਕੈਟੇਗਰੀ, ਨਥਿੰਗ ਐਲਸ, ਬਟ ਇਹ ਮੇਰੇ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਮੈਡਮ ਜ਼ਿਲ੍ਹਾ ਭਾਸ਼ਾ ਵਿਭਾਗ ਅਫਸਰ ਨੇ ਇਸ ਸਕੂਲ ਨੂੰ ਵੈਨਿਊ ਚੁਣਿਆ, ਇਹ ਇੱਜ਼ਤ ਅਫਸਾਈ ਹੈ ਸਾਡੀ, ਮੌਕਾ ਮਿਲਿਆ ਇੱਕ ਸਾਰਿਆਂ ਨਾਲ ਇੰਟਰੈਕਟ ਕਰਨ ਦਾ,
ਬੱਚਿਆਂ ਦਾ ਟੈਲੈਂਟ ਅੱਖਾਂ ਦੇ ਬੜੇ ਅਸੀਂ ਸਹੂਲਤਾਂ ਦੇ ਆਪਾਂ ਬਹੁਤ ਕੁਛ ਕਰਾਉਂਦੇ ਸਾਰੇ ਬੱਚੇ ਇੱਥੇ ਹਾਜ਼ਰ ਨੇ ਉਹਨਾਂ ਨੂੰ ਪਤਾ ਹੈ ਪਰ ਅੱਜ ਫਗਵਾੜੇ ਤੋਂ ਵੀ ਆਏ ਹੋਏ ਬੱਚਿਆਂ ਨਾਲ ਇੰਟਰਸਟ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਹੌਸਲਾ ਉਹਨਾਂ ਦੇ ਉਹਨਾਂ ਦੀ ਨੌਲੇਜ ਉਹਨਾਂ ਦੀ ਜਾਣਕਾਰੀ ਪੰਜਾਬੀ ਸਾਹਿਤ ਬਾਰੇ ਬੜਾ ਚੰਗਾ ਲੱਗਿਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਕਰਗੁਜ਼ਾਰ ਹਾਂ ਤੁਹਾਡੀ ਕਿ ਮੇਰਾ ਲੈਕਚਰ ਸਿਰਫ ਮੈਂ ਬੱਚਿਆਂ ਨਾਲ ਇੰਟਰੈਕਟ ਕਰਨਾ ਤੁਸੀਂ ਆਪਣੇ ਜਜਮੈਂਟਸ ਕਰ ਸਕਦੇ ਹੋ ਕਿਉਂਕਿ ਤੁਹਾਡੇ ਨਾਲ ਸਾਹਿਤ ਤੁਸੀਂ ਸਾਹਿਤਕਾਰ ਪਰਸਨੈਲਿਟੀਜ਼ ਨੂੰ ਇੰਨੀਆਂ ਕਿਤਾਬਾਂ ਲਿਖੀਆਂ ਨੇ ਤੁਸੀਂ ਤੁਸੀਂ ਔਰ ਹਰਵਿੰਦਰ ਸਿੰਘ ਭੰਗਾਲ ਨੇ ਔਰ ਸ਼ਹਿਬਾਜ਼ ਖਾਨ ਸਾਹਿਬ ਦੀਆਂ ਕਿਤਾਬਾਂ ਤੁਸੀਂ ਤਾਂ ਆਪ ਸਾਹਿਤਕਾਰ ਹੋ ਤੁਹਾਨੂੰ ਤਾਂ ਫਿਰ ਜਿਸ ਤਰ੍ਹਾਂ ਮੈਡਮ ਕਹਿੰਦੀ ਕਿ ਤੁਹਾਡੇ ਨਾਲ ਸਾਹਿਤ ਦੀ ਗੱਲ ਕਰਨਾ ਮੇਰੇ ਵਾਸਤੇ ਰੋਗ ਨਹੀਂ ਚਿਰਾਗ ਸੂਰਜ ਨੂੰ ਚਿਰਾਗ ਮੈਂ ਨਹੀਂ ਦਿਖਾ ਸਕਦੀ ਸੂਰਜ ਨੂੰ ਪਾਣੀ ਦੇ ਰੱਬ ਦੇਣਾ ਤਾਂ ਗੁਰੂ ਨਾਨਕ ਨੇ ਮਨਾ ਕੀਤਾ ਸੀ ਕਿ ਜੇ ਪਾਣੀ ਉੱਥੇ ਜਾਂਦਾ ਹੋਵੇ ਤਾਂ ਇੱਥੇ ਜ਼ਮੀਨ 'ਤੇ ਹੀ ਫਿਰ ਮੈਂ ਪਾਣੀ ਇੱਧਰ ਦੇਖਾਂ ਤੁਹਾਨੂੰ ਮੈਂ ਸੂਰਜ ਦੀ ਨੂੰ ਚਿਰਾਗ ਨਹੀਂ ਦਿਖਾਉਣਾ ਮੈਂ ਸਿਰਫ ਬੱਚਿਆਂ ਨਾਲ ਗੱਲ ਕਰਦੀ ਹਾਂ ਕਿਉਂਕਿ ਮੈਂ ਸਾਹਿਤਕਾਰ ਨਹੀਂ ਮੈਂ ਟੀਚਰ ਹਾਂ ਮੈਂ ਅਧਿਆਪਕ ਹਾਂ ਔਰ ਹੋਰ ਵੀ ਅਗਰ ਡਿਟੇਲ 'ਚ ਜਾਣਨਾ ਚਾਹੋ ਤਾਂ ਮੈਂ ਆਪਣੇ ਸਟਾਫ ਦੀ ਆਪਣੇ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਪਹਿਰੇਦਾਰ ਹਾਂ ਮੈਂ ਬੜੀ ਸਖ਼ਤ ਪਹਿਰੇਦਾਰ ਚੱਲਦੇ ਚੱਲਦੇ ਗੱਲਾਂ ਕਰਾਂਗੀ ਜਿਵੇਂ ਜਿਵੇਂ ਮੈਂ ਬੱਚਿਆਂ ਨਾਲ ਗੱਲਾਂ ਕਰਾਂਗੀਆਂ ਜਿਹੜੀਆਂ ਜਿਹੜੀਆਂ ਤੁਸੀਂ ਅੱਜ ਕਵਿਤਾਵਾਂ ਮਾਇੰਡ ਬਣਾਈਆਂ ਜਿਸ ਤਰ੍ਹਾਂ ਮੈਡਮ ਜੈਸ ਕਿ ਕਹਿੰਦੇ ਕੀ ਨੋਟਸ ਨਾਲ ਵੀ ਕਦੇ ਕੀ ਨੋਟਸ ਨਾਲ ਗੱਲ ਨਹੀਂ ਕਰਦੀ ਪਰ ਮੈਂ ਅੱਜ ਸਾਹਿਤ ਬਾਰੇ ਤੁਹਾਡੇ ਨਾਲ ਗੱਲ ਨਾ ਕਰਦੀ ਹੋਈ ਬੱਚਿਆਂ ਨੇ ਜੋ ਜੋ ਗਾਇਆ ਉਹਦੇ 'ਤੇ ਮੈਂ ਕੁਝ ਪੁਆਇੰਟ ਲਿਖੇ ਨੇ ਸਭ ਤੋਂ ਪਹਿਲਾਂ ਬੱਚਾ ਪਾਰਟੀਸਪੈਂਟ ਸੀ ਜਿਹਦੇ ਮੈਨੂੰ ਬੜੇ ਅੱਛੇ ਲੱਗੇ ਉਹਨਾਂ ਨੇ ਨਾਮ ਲਿਖੇ ਸ਼ਾਇਦ ਕੁਝ ਭੁੱਲ ਗਏ ਹੋਣ ਬਿਕੋਜ਼ ਕਰੋ ਬੱਚਿਓ ਤੁਹਾਡੇ ਕਿਸੇ ਦੇ ਨਾਮ ਮਿਸ ਹੋ ਗਏ ਹੋਣ ਤਾਂ ਦਿਲ 'ਤੇ ਨਾ ਲੱਗੋ ਤੁਸੀਂ ਫਿਰ ਹੋ ਕੇ ਹੱਥ ਰੱਖ ਸਕਦੇ ਹੋ ਫਿਰ ਆਪਾਂ ਨੂੰ ਰਿਵਾਈਂਡ ਰਿਵਾਈਜ਼ ਕਰ ਸਕਦੇ ਇੱਥੇ ਮੈਂ ਗੱਲ ਕਰਾਂਗੀ ਜਿੱਥੇ ਮੈਡਮ ਨੇ ਭਾਸ਼ਾ ਵਿਭਾਗ ਵਾਲੇ ਮੈਮ ਨੇ ਗੱਲ ਕੀਤੀ ਹੈ ਮੈਂ ਦੋਨਾਂ ਸਾਹਿਤਕਾਰ ਜਿਹੜੇ ਬੈਠੇ ਨੇ ਥੀਏਟਰ ਐਂਡ ਮਿਊਜ਼ਿਕ ਨਾਲ ਰਿਲੇਟਿਡ ਤਾਂ ਆਪਾਂ ਨੂੰ ਇਹਨਾਂ ਨਾਲ ਹੌਲੀ ਹੌਲੀ ਜਾਣਕਾਰੀ ਸਮਝ ਆ ਜਾਣੀ ਹੈ ਪਰ ਇਹਨਾਂ ਦੋਨਾਂ ਦੀ ਮਹਾਰਤ ਹੈ ਕਿ ਇਹ ਇਕੱਲੇ ਪੰਜਾਬੀ ਦੇ ਮਹਾਰਥੀ ਨਹੀਂ ਇਹਨਾਂ ਦੀਆਂ ਇਹਨਾਂ ਦੀ ਇੰਗਲਿਸ਼ ਦੋਨਾਂ ਦੀ ਇਸ ਅਮੇਜ਼ਿੰਗ ਔਰ ਸਾਹਿਤ ਸਾਨੂੰ ਕਿਸੇ ਇੱਕ ਭਾਸ਼ਾ ਨਾਲ ਯੈਸ ਅਗਰ ਅਸੀਂ ਮਹਾਰਤ ਪਾਉਣੀ ਹੈ ਤਾਂ ਕਿਸੇ ਇੱਕ ਚੀਜ਼ 'ਚ ਪਾਵਾਂਗੇ ਇੱਕ ਦੋ ਤਿੰਨ ਚਾਰ ਦੋ ਕਿਸ਼ਤੀਆਂ ਦਾ ਸਵਾਰ ਕਦੇ ਪਾਰ ਨਹੀਂ ਉਤਰਦਾ ਤਾਂ ਉਸ ਕਿਸ਼ਤੀ ਇੱਕੋ ਹੋਵੇ ਅਗਰ ਅਸੀਂ ਕੋਈ ਰਸਤਾ ਲਿਖਣ ਲਈ ਚੁਣਿਆ ਸਾਡੇ ਸ਼ਬਦਾਂ ਦਾ ਭੰਡਾਰ ਸਾਡੇ ਕੋਲ ਹੈ ਪੂਰਾ ਸ਼ਬਦ ਕੋਸ਼ ਜਿਹੜਾ ਇੰਨਾ ਸਮੁੰਦਰ ਹੈ ਇੰਨਾ ਡੂੰਘਾ ਅਥਵਾ ਸਮੁੰਦਰ ਹੈ ਇੰਨੇ ਸ਼ਬਦ ਸ਼ਾਇਦ ਸਾਹਿਤਕਾਰਾਂ ਨੂੰ ਵੀ ਬੜੇ ਲੱਭਣੇ ਪੈਂਦੇ ਹੋਣਗੇ ਜਦੋਂ ਸਹੀ ਸਹੀ ਜਗ੍ਹਾ 'ਤੇ ਉਹ ਸ਼ਬਦ ਪਾਉਣੇ ਹੋਣ ਅਤੇ ਜਿਹਨਾਂ ਕੋਲ ਸ਼ਬਦ ਭੰਡਾਰ ਹੋਵੇ ਉਹ ਸ਼ਬਦਾਂ ਦਾ ਸਫ਼ਰ ਜਦੋਂ ਕਲਮ ਦੇ ਰਸਤੇ ਰਾਹੀਂ ਕਾਗਜ਼ ਦੇ ਕੈਨਵਸ 'ਤੇ ਉਤਰਦਾ ਫਿਰ ਉਸ ਵੇਲੇ ਬਣਦਾ ਸਾਹਿਤ ਉਹ ਚਾਹੇ ਕਵਿਤਾ ਹੋਵੇ ਚਾਹੇ ਨਾਵਲ ਚਾਹੇ ਸ਼ਾਰਟ ਸਟੋਰੀਜ਼ ਆ ਜਿੰਨੇ ਆਪਣੇ ਸਾਹਮਣੇ ਤੁਹਾਨੂੰ ਕੁਛ ਹੈਂਡਫੁਲਸ ਇੱਥੇ ਜਗ੍ਹਾ ਹੀ ਸੀ ਪਰ ਨੀਤਾ ਗਰਚਾਂਦੇ ਦੇ ਆਪਣੇ ਕੋਲ ਖਜ਼ਾਨਾ ਹੈ ਅਨਮੋਲ ਰਤਨਾਂ ਦਾ ਜਿਨ੍ਹਾਂ ਨੇ ਸਾਹਿਤ ਨੂੰ ਆਪਣੇ ਵੱਲੋਂ ਬੜੀ ਇੱਕ ਵਿਰਾਸਤ ਦਿੱਤੀ ਹੈ ਬੜਾ ਵੀ ਇਨ ਪੰਜਾਬੀ ਸਾਹਿਤ ਆਲਸੋ ਵੀ ਆਰ ਵੈਰੀ ਰਿਚ ਤੋ ਅਗਰ ਬਾਬਾ ਬੁੱਲਾ ਦੀ ਗੱਲ ਕਰੀਏ
ਔਰ ਅਰਸ਼ਪ੍ਰੀਤ ਨੇ ਗਾਇਆ ਮਾਪੇ ਨਹੀਂ ਲੱਭਦੇ। ਇਹਦੀ ਕਵਿਤਾ 'ਚ ਬੱਚੀ ਦੀ ਇਹ ਗੱਲ ਸੀ, ਪੁੱਤਰ ਮਾਪੇ ਵੀ ਨਹੀਂ ਲੱਭਦੇ। ਔਰ ਕਿਸੇ ਸ਼ਾਇਰ ਨੇ ਬੜਾ ਸੋਹਣਾ ਕਿਹਾ, ਸ਼ਾਇਦ ਤੁਸੀਂ ਮੈਂ ਦੱਸ ਸਕਦੇ ਹੋ, ਸ਼ਾਇਦ ਮੈਨੂੰ ਇਸ ਵੇਲੇ ਸ਼ਾਇਰ ਦਾ ਨਾਮ ਨਾ ਹੋਵੇ, ਤਿੰਨ ਰੰਗ ਨਹੀਂ ਉਹ ਲੱਭਦੇ ਹੁਸਨ ਜਵਾਨੀ ਮਾਪੇ। ਪੁੱਤਰ ਇਹ ਜ਼ਿੰਦਗੀ ਦਾ ਸਫ਼ਰ ਹੈ ਨਾ ਜਿਹੜਾ ਬੱਚਿਓ, ਇਹ ਆਪਣਾ ਬਚਪਨ ਤੋਂ ਸ਼ੁਰੂ ਹੁੰਦਾ। ਬਚਪਨ ਤਾਂ ਚੱਕ ਲੈਂਦਾ ਤਾਂ ਪਤਾ ਵੀ ਨਹੀਂ ਲੱਗਦਾ, ਜਦੋਂ ਜਵਾਨੀ ਆਉਂਦੀ ਉਦੋਂ ਬੰਦੇ ਨੂੰ ਆਪਣਾ ਆਪ ਸੰਭਾਲਿਆ ਨਹੀਂ ਜਾਂਦਾ। ਔਰ ਉਦੋਂ ਹੀ ਹੈ ਜਿਹੜਾ ਰਸਤੇ ਉਲੀਕਣੇ ਹੁੰਦੇ ਜ਼ਿੰਦਗੀ 'ਚ, ਉਹੀ ਇੱਕ ਟਾਈਮ ਹੁੰਦਾ ਬੰਦੇ ਦਾ ਗੋਲ ਕੀ ਹੈ, ਬੰਦੇ ਦੀ ਮਿਸ਼ਨ ਕੀ ਹੈ, ਜ਼ਿੰਦਗੀ 'ਚ ਆਉਣ ਦਾ ਪਰਪਸ ਕੀ ਹੈ, ਉਸ ਉਮਰੇ ਸਮਝ ਆਉਂਦਾ। ਜਿਹੜਾ ਬੱਚਾ ਉਸ ਰਸਤੇ ਨੂੰ ਸਮਝ ਲਵੇ, ਉਲੀਕ ਲਵੇ ਕਿ ਆਹ ਮੇਰੀ ਜ਼ਿੰਦਗੀ ਦਾ ਪਰਪਸ ਹੈ, ਫਿਰ ਉਹ ਲਾਈਨ 'ਤੇ ਹੈ, ਫਿਰ ਉਹ ਕੁਛ ਵੀ ਹੋ ਸਕਦਾ ਹੈ। ਸਾਹਿਤਕਾਰ ਹੋ ਸਕਦਾ ਹੈ, ਉਹ ਕਲਾਕਾਰ ਹੋ ਸਕਦਾ ਹੈ, ਉਹ ਸਾਇੰਸਦਾਨ ਹੋ ਸਕਦਾ ਹੈ। ਡਾਕਟਰ ਇੰਜੀਨੀਅਰ ਹੋਣਾ ਬਹੁਤ ਆਸਾਨ ਹੈ ਬੱਚੋ, ਕਿਉਂਕਿ ਪੜ੍ਹਾਈਆਂ ਸਾਨੂੰ ਸਰਟੀਫਾਈ ਕਰ ਦਿੰਦੀਆਂ, ਸਾਡੀ ਕੇਪੇਬਿਲਿਟੀ ਐਂਡ ਇਨਫੋਰਮੇਸ਼ਨ, ਵਿਜ਼ਨ ਐਂਡ ਨੌਲੇਜ ਵੀ ਦੈਟ ਕੈਨ ਆਫਟਰ ਦ ਡਿਗਰੀਜ਼ ਦੈਟ ਵੀ ਹੋਏ। ਬਟ ਸਭ ਤੋਂ ਮੁਸ਼ਕਿਲ ਹੁੰਦਾ ਇਨਸਾਨ। ਅੱਜ ਦੇ ਜ਼ਮਾਨੇ ਦੀ ਗੱਲ ਨਹੀਂ ਹੈ, ਹੈਵਾਨ ਦੁਨੀਆਂ 'ਚ ਜਦੋਂ ਤੋਂ ਸਿਵਲਾਈਜੇਸ਼ਨ ਹੋਈਆਂ ਤਾਂ ਹੈਵਾਨ ਹੈਵਾਨੀਅਤ ਦੇ ਰੰਗ ਆਪਣੀ ਹਿਸਟਰੀ ਬੜੀ ਬੜੀ ਨਾਮ ਲੈਣ ਲੱਗੋ, ਅਤੇ ਸ਼ਾਇਦ ਅੱਜ ਵੀ ਉਹ ਚੱਲਿਆ ਆ ਰਿਹਾ ਸਾਡੀ ਹੈਵਾਨੀਅਤ। ਉਹ ਅੱਜ ਕੱਲ੍ਹ ਇਹ ਮੈਂ ਇੱਕ ਬੱਚੀ ਨੇ ਗਾਇਆ ਗੱਲ ਕੀ ਜੁਝਾੜਦੀ, ਔਰ ਦੇਸ਼ ਵਾਸੀ ਉਹ ਯਾਦ ਰੱਖਣਾ। ਹੁਣੇ 15 ਅਗਸਤ ਸੀ ਪਿੱਛੇ ਜੇ, ਸਾਡੇ ਅਫਸੋਸ ਹੈ ਕਿ ਸਾਡੇ ਬੱਚਿਆਂ ਨੂੰ ਆਪਣੇ ਦੇਸ਼ ਨਾਲ ਪਿਆਰ ਖਤਮ ਹੋ ਗਿਆ। ਇਹ ਕਿਹੜੀ ਕਵਿਤਾ ਸੀ ਜਿਹੜੀ ਕਹਿੰਦੀ ਸੀ ਜਦੋਂ ਪਰਦੇਸ ਜਾਈਏ ਤਾਂ ਵਾਪਸ ਆਉਣਾ ਅਤੇ ਮਾਪਿਆਂ ਦੀ ਕਬਰਾਂ 'ਤੇ ਦੀਵੇ ਬਾਲਣੇ। ਪਾਤਰ ਸਾਹਿਬ ਬੱਚੋ, ਇੱਥੇ ਰਹਿ ਕੇ ਤਾਂ ਸਾਰੇ ਬੱਚੇ ਇੱਕੋ ਫੈਸਲਾ ਕਰ ਲੈਂਦੇ, ਕਲਾਸ 1-2 ਤੋਂ ਬਾਅਦ ਜਾਣਾ ਕੈਨੇਡਾ ਆਸਟ੍ਰੇਲੀਆ। ਬਾਹਰ ਜਾ ਕੇ ਬੇਟਾ ਆਪਾਂ ਉਹ ਨਹੀਂ ਹੋ ਜਾਂਦੇ। ਹੁਣ ਅੱਜ ਕੱਲ੍ਹ ਅਗਰ ਕੈਂਡੀਡੇਟ ਹੈ ਸਾਡੀ ਅਮੈਰੀਕਨ ਪ੍ਰੈਜ਼ੀਡੈਂਸੀ ਵਾਸਤੇ, ਸ਼ੀ ਇਜ਼ ਨੋਨ ਐਸ ਓਰੀਜਨ ਇੰਡੀਅਨ ਹੈ, ਸ਼ੀ ਇਜ਼ ਨੋ ਮੋਰ ਇੰਡੀਅਨ, ਬਾਇਓਲੋਜੀਕਲ ਓਰੀਜਨ ਹੈ, ਸ਼ੀ ਇਜ਼ ਨੋ ਮੋਰ ਇੰਡੀਅਨ, ਬਟ ਯੂ ਦੈਨ ਅਗੇਨ ਯੋਰ ਰੂਟਸ ਟ੍ਰੇਸ ਯੂ ਬੈਕ ਟੂ ਵੇਅਰ ਯੂ ਬਿਲੋਂਗ। ਕਿਹੜੀ ਮਿੱਟੀ 'ਚ ਪੈਦਾ ਹੋ, ਕਿਹੜੀ ਮਿੱਟੀ 'ਚ ਜੰਮ ਪਲ ਕੇ ਪਰਵਾਨ ਚੜ੍ਹੇ ਹੋ, ਉਹ ਮਿੱਟੀ ਇਨਸਾਨ 'ਤੇ ਬੋਲਦੀ ਹੈ। ਔਰ ਪੰਜਾਬੀ ਮਿੱਟੀ ਦਾ ਤਾਂ ਬੜਾ ਮਾਣ ਸੀ ਸਾਰੀ ਦੁਨੀਆ 'ਚ। ਵੈਨ ਵੀ ਵਾਸ ਗਰੋਇੰਗ ਅਪ ਇਨ ਮਹਾਰਾਸ਼ਟਰ ਮੁੰਬਈ, ਉਸ ਵਕਤ ਸਿੱਖਾਂ ਦੀ ਟੈਕਸੀ 'ਚ ਟਰੈਵਲ ਕਰਨਾ ਸੇਫੈਸਟ ਟਰੈਵਲ ਮੰਨਿਆ ਜਾਂਦਾ ਸੀ। ਮੇਰਾ ਖਿਆਲ ਅੱਜ ਵੀ ਉਹ ਦੁਨੀਆ 'ਚ ਕਾਇਮ ਹੈ। ਔਰ ਜਿਹੜਾ ਮਤਲਬ ਕਹਿੰਦਾ ਇਹ ਹੈ ਕਿ ਪੰਜਾਬੀਅਤ ਹੈ ਜਿਹੜੀ, ਪੰਜਾਬੀ ਹਿੰਦੂ ਸਿੱਖ ਮੁਸਲਮਾਨ ਨਹੀਂ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇਹ ਕਾਨੂੰਨ 'ਤੇ ਸਭ ਜਗ੍ਹਾ ਕੌਣ ਭਲੇ ਹੋ ਬੰਦੇ, ਗੁਰਬਾਣੀ ਕਹਿੰਦੀ।
ਤੇ ਫੁੱਲਾਂ ਦੇ ਰੰਗ ਕਿਹੜੀ ਕਵਿਤਾ ਸੀ ਬਰਤਾ ਮੈਮ ਪਲੀਜ਼ ਮੈਨੂੰ ਹੌਲੀ ਹੌਲੀ ਦੱਸੀ ਚਲੋ ਫੁੱਲਾਂ ਦੇ ਰੰਗ ਵੀ ਸੁਰਜੀਤ ਪਾਤਰ ਸਾਹਿਬ ਦੀ ਸੀ ਸ਼ਾਮ ਬੱਚੇ ਕਿਹੜੇ ਬੱਚੇ ਨੇ ਫੁੱਲਾਂ ਦੇ ਰੰਗਾਂ ਦੀ ਗਾਈ ਖੜਾ ਹੋ ਜਾਏ ਪਲੀਜ਼ ਜ਼ਰਾ ਮੈਨੂੰ ਹਾਂਜੀ ਪੁੱਤਰ ਗਿਵ ਮੀ ਦ ਨੇਮ ਆਫ ਦ ਰਾਈਟਰ ਭਾਈ ਵੀਰ ਸਿੰਘ ਯੈਸ ਭਾਈ ਵੀਰ ਸਿੰਘ ਹੁਣ ਇੱਥੇ ਲਿਆਵਾਂ ਮੈਂ ਤੁਹਾਨੂੰ ਫੁੱਲਾਂ ਦੇ ਰੰਗ ਜਾਂ ਇਨਸਾਨਾਂ ਦੇ ਰੰਗ ਕੁਦਰਤ ਨੇ ਜੋ ਇੱਕ ਕੁਦਰਤ ਰਚਨਾ ਹੈ ਚਾਹੇ ਉਹ ਫੁੱਲ ਨੇ ਚਾਹੇ ਉਹ ਬੂਟੇ ਨੇ ਚਾਹੇ ਇਨਸਾਨ ਨੇ ਚਾਹੇ ਜਾਨਵਰ ਨੇ ਅਨੇਕ ਰੰਗਾਂ ਦੇ ਇਨਸਾਨ ਨੇ ਅਨੇਕ ਰੰਗਾਂ ਤੇ ਰੂਪਾਂ ਦੇ ਜਾਨਵਰ ਫਲ ਬੂਟੇ ਬਨਸਪਤੀ ਔਰ ਇਨਸਾਨ ਨੇ ਲੇਕਿਨ ਉਹਨਾਂ ਅਨੇਕ ਰੰਗਾਂ ਤੇ ਅਸੀਂ ਵੰਡ ਗਏ ਧਰਮਾਂ 'ਚ ਵੰਡ ਲਿਆ ਇਹ ਧਰਮ ਦੀ ਵੀ ਗੱਲ ਆਈ ਸੀ ਇੱਥੇ ਕੋਈ ਮੈਂ ਲਿਖਿਆ ਹੋਇਆ ਕਿ ਧਰਮ ਮੀਨਸ ਅਸੀਂ ਧਰਮ ਨੂੰ ਮਜ਼ਹਬ ਲੈ ਲਿਆ ਕਿਹਨੂੰ ਬਿਲੀਫ ਨੂੰ ਲੈ ਲਿਆ ਕੀ ਮੰਨਦੇ ਹਾਂ ਗੁਰਦੁਆਰਾ ਮੰਦਿਰ ਮਸਜਿਦ ਚਰਚ ਕਿੱਥੇ ਪੂਜਣ ਜਾਂਦੇ ਹਾਂ ਇਸ ਚੀਜ਼ ਨੂੰ ਅਸੀਂ ਸਮਝ ਲਿਆ ਧਰਮ ਪਰ ਬੇਟਾ ਧਰਮ ਡਿਊਟੀ ਹੁੰਦੀ ਧਰਮ ਇਸ ਡਿਊਟੀ ਜੇ ਅਸੀਂ ਆਪਣੀ ਡਿਊਟੀ ਆਪਣੀ ਸੰਸਕ੍ਰਿਤ ਔਰ ਹਿੰਦੀ ਭਾਸ਼ਾ 'ਚ ਸੰਸਕ੍ਰਿਤ ਭਾਸ਼ਾ 'ਚ ਧਰਮ ਕਹਿੰਦੇ ਨੇ ਔਰ ਮੈਡਮ ਤੁਸੀਂ ਬੜੀ ਸੋਹਣੀ ਐਂਕਰਿੰਗ ਕੀਤੀ ਹੈ ਪਰ ਤੁਸੀਂ ਦੁਨੀਆ ਦੀਆਂ ਲੈਂਗੁਏਜਿਸ ਨੂੰ ਕਿਹਾ ਕਿ ਇਸ ਲੈਂਗੁਏਜਿਸ 'ਚ ਆਹ ਬੜਾ ਸਾਡਾ ਹਿੰਦੁਸਤਾਨੀ ਹੈ ਆਹ ਸਾਡਾ ਹਿੰਦੁਸਤਾਨੀ ਹੈ ਪਰ ਇੱਕ ਲਫ਼ਜ਼ ਮੈਂ ਵੀ ਤੁਹਾਨੂੰ ਦੱਸਾਂ ਜਿਹੜਾ ਇੰਟਰਨੈਸ਼ਨਲੀ ਸਾਡੀ ਸੰਸਕ੍ਰਿਤੀ 'ਚੋਂ ਸਾਰੀ ਦੁਨੀਆ 'ਚ ਟਰੈਵਲ ਹੋਇਆ ਉਹ ਹੈ ਕਰਮਾ ਜਿਹੜਾ ਸਾਨੂੰ ਸਾਡੇ ਵੇਦ ਪੁਰਾਣ ਗ੍ਰੰਥ ਪੁਰਾਣ ਸਿਖਾਉਂਦੇ ਨੇ ਕਰਮਾਂ ਦੇ ਤੋ ਧਰਮ ਔਰ ਕਰਮ ਧਰਮ ਸਿੱਖ ਹਿੰਦੂ ਮੁਸਲਿਮ ਹੋਣਾ ਧਰਮ ਨਹੀਂ ਧਰਮ ਹੈ ਡਿਊਟੀ ਕੀ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ ਐਜ਼ ਅ ਸਟੂਡੈਂਟ ਸਟੂਡੈਂਟਸ ਦੀ ਲਾਈਫ ਦੇ ਵਿੱਚ ਡੂ ਯੂ ਹੈਵ ਅ ਜਰਨਲ ਟੂ ਮੇਨਟੇਨ ਵਾਟ ਇਜ਼ ਯੋਰ ਡਿਊਟੀ ਐਜ਼ ਅ ਸਟੂਡੈਂਟ ਫਰੋਮ ਡੇ ਟੂ ਰਾਈਟ ਫਰੋਮ ਦ ਡੇ ਦੈਟ ਯੂ ਸਟਾਰਟ ਐਂਡ ਟਿਲ ਦ ਈਵਨਿੰਗ ਦੈਟ ਯੂ ਵੈਨ ਯੂ ਗੋ ਟੂ ਬੈਡ Do you think you have a journal to know what your duty is? No. I will say no. Because my teacher has told me that I have to do my duty every day. I don't know my duty. Whatever I do, I do. 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 This is wrong. So you have to start defining your duties as a student and then ਜਿਸ ਤਰ੍ਹਾਂ ਵੱਡੇ ਹੁੰਦੇ ਜਾਓਗੇ ਤੁਹਾਡੀਆਂ ਡਿਊਟੀਆਂ ਦੇ ਭੰਡਾਰ ਵੀ ਵੱਡੇ ਹੁੰਦੇ ਜਾਣਗੇ ਟੋਕਰਾ ਭਾਰਾ ਹੁੰਦਾ ਜਾਏਗਾ ਸਿਰ ਔਰ ਉਸ ਭਾਰ ਨੂੰ ਚੱਕਣ ਵਾਸਤੇ ਜਦੋਂ ਤੁਸੀਂ ਆਪਣੇ ਅਡਲਟਹੁੱਡ ਜਾਂਦੇ ਹੋ ਤਦੋਂ ਜ਼ਿੰਦਗੀ ਦਾ ਭਾਰ ਚੱਕਣ ਦੇ ਕਾਬਿਲ ਹੁੰਦੇ ਹੋ ਹਾਲੇ ਤਾਂ ਤੁਹਾਡਾ ਭਾਰ ਤੁਹਾਡੇ ਪੇਰੈਂਟਸ ਦੇ ਮੋਢਿਆਂ 'ਤੇ ਹੈ ਤੁਹਾਡੇ ਟੀਚਰਾਂ ਦੇ ਮੋਢਿਆਂ 'ਤੇ ਟੀਚਰਸ ਨੂੰ ਤਾਂ ਅਦਬ ਅੱਜ ਕੱਲ੍ਹ ਦੀਆਂ ਕੁਛ ਘੱਟ ਗਿਆ ਫਿਰ ਮੈਂ ਬੋਲਾਂਗੀ ਤਾਂ ਬੜਾ ਲੰਬਾ ਹੋ ਜਾਏਗਾ I will cut short few things. So, duties towards your parents, if you have to do something, then you will become a dharmic. So, you will not have karam in your mind, because dharam and karam, hand in glove, sath-sath chalde, kadam-kadam chalde. Jira karam karungi, oda dharam, jira dharam karungi, oda karam. Oda, jino ke liye, effects to on jo kaam karoge wale jo consequences face karne hain good or bad so make sure that you as students
afternoon chalked down your duties towards not only parents, towards your neighborhood, towards your society, towards your school, inside the school, all those things, jis sare bacche apni zimmedari aap chak lae, to jehda is vele mahol bigda hoya sari shanti da sari duniya ch aur shayad woh kafi thand rahe ho. Dooji gal main karna hai, garmi ek sawal puchne hai, rozi roti layi assi bahar jaane hai, ek ode vich aaya rozi roti sochi ਚਲੇਗਾ. ਪਹਿਲਾਂ ਜਿਹੜੇ ਬੱਚੇ ਨੇ ਸਭ ਤੋਂ ਪਹਿਲਾਂ ਮੈਂ ਬੋਲਿਆ ਸੀ, ਖੜੇ ਹੋ ਦਾ ਪੁੱਤਰ ਬੋਲੋ ਜਰਾ, ਦੋ ਲਾਈਨਾਂ ਕਹੀ. ਕੁਝ ਕਿਹਾ ਤਾਂ ਹਨੇਰਾ ਚਲੇਗਾ, ਕੁਝ ਕਿਹਾ ਤਾਂ ਹਨੇਰਾ ਚਲੇਗਾ. ਮੈਨੂੰ ਜਰੇਗਾ ਦਾ ਮੀਨਿੰਗ ਦੱਸੀ ਕੀ ਜਰ ਖਾਲੀ ਜਰੇਗਾ. ਮੈਨੂੰ ਜਰੇਗਾ ਦਾ ਮੀਨਿੰਗ ਆਉਂਦਾ ਹੈ ਤੇ ਇਹਦਾ ਮਤਲਬ ਹੈਗਾ ਤੁਸੀਂ ਪੜ੍ਹ ਕੇ ਉਹਦੇ ਮੀਨਿੰਗ ਸੁਣਦੇ ਹੋਏ ਸਮਝੇ ਹੋਏ. ਤੂੰ ਕਦੇ ਵੀ ਕਿਸੇ ਵੀ ਚੀਜ਼ ਵਿੱਚ ਅਗਰ ਪਾਰਟੀਸਪੇਟ ਕਰੀਏ, ਸਾਡੇ ਅਗਰ ਪਾਰਟੀਸਪੇਸ਼ਨ ਲਈ ਜਾਣਾ ਹੋਵੇ ਤਾਂ ਜਿਹੜਾ ਤੁਹਾਡਾ ਟੋਪਿਕ ਹੈ ਉਹਨੂੰ ਸਮਝ ਕੇ ਜਦੋਂ ਤੁਸੀਂ ਉਲੀਕਦੇ ਹੋ ਫਿਰ ਉਹਦੇ ਪੂਰੇ ਅਰਥ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਤਾਂ ਕਿ ਕਦੇ ਤੁਹਾਨੂੰ ਇਸ ਤਰ੍ਹਾਂ ਪੁੱਛ ਲਿਆ ਜਾਵੇ ਤੇ ਤੁਹਾਨੂੰ ਉਹਦੀ ਜਾਣਕਾਰੀ ਹੋਣੀ ਚਾਹੀਦੀ. ਈਵਨ ਮੈਡਮ ਪਲੀਜ਼, ਮੈਂ ਤਾਂ ਸੋਚ ਰਹੀ ਸੀ ਸਿਰਫ ਮੇਰੇ ਸਕੂਲ ਵਿੱਚ ਹੀ ਇਹ ਕਮੀ ਹੈ. ਆਪਣੇ ਪੰਜਾਬੀ ਟੀਚਰਾਂ ਨੂੰ ਪੰਜਾਬੀ ਦੀ ਪ੍ਰੋਨਾਂਸੀਏਸ਼ਨ ਇਜ਼ ਨੋਟ ਵੈਰੀ ਇੰਟਰਸਟਿੰਗ. ਉਹ ਅੱਜ ਮੈਂ ਸਰਕਾਰੀ ਸਕੂਲਾਂ 'ਚ ਵੀ ਦੇਖੀ, ਭਾਰੀ ਨੂੰ ਪਾਈ ਕਹਿੰਦੇ ਠੇਠ, ਜਿਵੇਂ ਸਵੇਰੇ ਆਪਾਂ ਗੱਲ ਕਰਦੇ ਸੀ. ਸੋ ਇਹ ਜਿਹੜਾ ਬੇਟਾ, ਜੇ ਆਪਾਂ ਜਿਹੜੀ ਵੀ ਲੈਂਗੁਏਜ ਬੋਲੀਏ ਨਾ, ਉਹਦੀ ਗਹਿਰਾਈ ਸਮਝ ਲਈਏ ਕਿ ਇਹਦਾ ਪਰ ਉੱਥੇ ਟੀਚਰਾਂ ਦੇ ਅਤੇ ਪੇਰੈਂਟਸ 'ਤੇ ਵੀ ਉਹ ਜਾਂਦੀ ਹੈ ਜ਼ਿੰਮੇਵਾਰੀ ਕਿ ਇਹਨੂੰ ਅਸੀਂ ਮੂੰਹ 'ਚੋਂ ਕਹਿਣਾ ਕਿਸ ਤਰ੍ਹਾਂ, ਇਹਦਾ ਐਕਸਪ੍ਰੈਸ਼ਨ ਕੀ ਹੈ, ਅੱਖਰਾਂ ਦਾ ਭਾਵ ਕੀ ਹੈ. ਜਦੋਂ ਉਹ ਆ ਜਾਏਗਾ ਤਾਂ ਫਿਰ ਬੋਲੀ ਆ ਜਾਏਗੀ. ਹਾਂ, ਮਾਂ ਬੋਲੀ, ਮਾਂ ਬੋਲੀ ਹੈ ਜਿਹੜੀ ਅਸੀਂ ਮਾਂ ਦੀ ਗੋਦ 'ਚੋਂ ਸਿੱਖ ਕੇ, ਮਾਂ ਸਾਨੂੰ ਪਹਿਲੇ ਲਫ਼ਜ਼ ਕੰਨਾਂ 'ਚ ਪੈਂਦੇ ਨੇ ਮਾਂ ਦੇ. ਹੁਣ ਆਪਾਂ ਇੱਥੇ ਕਿਹਦੇ ਬਾਪ ਦੀ ਵੀ ਤਾਂ ਬੋਲੀ ਹੋ ਗਈ ਹੁੰਦੀ ਹੈ, ਪਰ ਜਿੰਨਾ ਜਿੰਨੀ ਬੋਲੀ ਬੱਚਾ ਮਾਂ ਦੀ ਮਾਣਦਾ ਬਾਪ ਦੀ ਉੱਨੀ ਨਹੀਂ ਹੁੰਦੀ, ਕਿਉਂਕਿ ਬਾਪਿਆਂ ਨੂੰ ਜ਼ਿੰਮੇਵਾਰੀਆਂ ਹੁੰਦੀਆਂ. ਜਦੋਂ ਬੱਚਾ ਦੁਨੀਆਂ ਜਾਂਦਾ ਤਾਂ ਮਾਂ ਦੀ ਬੋਲੀ ਉਹਦੇ ਸੰਸਾਰ, ਕਿਉਂਕਿ ਸਾਰੀ ਦੁਨੀਆਂ ਮਾਂ ਦੀ ਬੋਲ ਹੁੰਦੀ. ਇਸ ਲਈ ਹਰ ਬੋਲੀ ਦੁਨੀਆਂ ਦੀ ਹਰ ਲੈਂਗੁਏਜ ਇਸ ਕਾਲ ਮਦਰ ਲੈਂਗੁਏਜ. ਜਿਸ ਤਰ੍ਹਾਂ ਇੱਕ ਮਾਂ ਲਫ਼ਜ਼ ਹੈ ਉਹ ਸਾਰੀ ਦੁਨੀਆਂ 'ਚ, ਸਾਰੀ ਦੁਨੀਆਂ 'ਚ ਤਕਰੀਬਨ ਮਾਂ ਦੇ ਨਾਲ, ਕਿਤੇ ਮੰਮੀ ਹੋ ਗਿਆ, ਕਿਤੇ ਮਾਂ ਹੋ ਗਿਆ, ਕਿਤੇ ਮਾਂ ਹੋ ਗਿਆ, ਕਿਤੇ ਮਾਦਰੇ ਹੋ ਗਿਆ. ਯੂ ਨੋ ਇਟ ਸਟਾਰਟਸ ਵਿਦ ਦ ਵਰਡ ਐਮ. ਤਾਂ ਮਾਂ ਬੋਲੀ ਕੋਈ ਵੀ ਹੋ ਸਕਦੀ ਹੈ. ਅਸੀਂ ਕਿਉਂਕਿ ਪੰਜਾਬ 'ਚ ਰਹਿੰਦੇ ਹਾਂ, ਪੰਜਾਬੀ ਮਾਪਿਆਂ ਦੇ ਘਰ ਜੰਮੇ ਹਾਂ, ਅਤੇ ਸਾਡੀ ਮਾਂ ਬੋਲੀ ਪੰਜਾਬੀ ਹੈ. ਇਹਦਾ ਸਤਿਕਾਰ, ਇਹਦਾ ਅਰਥ ਕਰਨਾ ਆਪਣੀ ਸਾਰਿਆਂ 'ਤੇ ਲਾਜ਼ਮ ਹੈ. ਜੋ ਤੁਹਾਡਾ ਜੋ ਪ੍ਰੋਬਲਮ ਹੈ ਨਾ, ਮੇਰੇ ਕੋਲ ਜਿਸ ਤਰ੍ਹਾਂ ਤੁਹਾਨੂੰ ਬੁਰਾ ਲੱਗਦਾ, ਮੇਰੇ ਕੋਲ ਵੀ ਕੁਝ ਇੱਕ ਪੇਰੈਂਟਸ ਆਉਂਦੇ. ਤੁਸੀਂ ਕਿਹਾ ਕਿ ਬੱਚੇ ਘਰ ਪੰਜਾਬੀ ਬੋਲੋਗੇ, ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸਦੀ ਹਾਂ ਸਾਡੀ ਹਾਰ ਕਿੱਥੇ. ਬੱਚੇ ਇੰਗਲਿਸ਼ ਨਹੀਂ ਬੋਲਦੇ, ਕਹਿੰਦੇ ਕਿ ਵੈਰੀ ਨਾਟ ਬੋਲ, ਬਿਕੋਜ਼ ਦੇਰ ਇਜ਼ ਨੋ ਕਲਚਰ ਆਫ ਇੰਗਲਿਸ਼ ਸਪੀਕਿੰਗ ਐਟ ਹੋਮ. ਹਿੰਦੀ ਹੈਜ਼ ਬਿਕਮ ਅ ਫੈਸ਼ਨ ਮੇਬੀ, ਪਰ ਪੰਜਾਬੀ ਵੀ ਜਦੋਂ ਬੱਚੇ ਬੋਲੋ, ਪੰਜਾਬੀ ਇੰਨੀ ਮਿੱਠੀ ਜ਼ੁਬਾਨ ਹੈ ਜੇ ਇਹਨੂੰ ਸੋਹਣਾ ਬੋਲੀਏ.
ਜੇ ਇਹਨੂੰ ਜੋ ਅਸਲੀਅਤ ਹੈ ਤੇ ਜਿਹੜੀ ਇਹਦੀ ਅਸਲੀ ਨੁਹਾਰ ਹੈ ਉਹਦੇ ਨਾਲ ਗੱਲ ਕਰੀਏ ਤਾਂ ਬੜੀ ਜ਼ੁਬਾਨ, ਹਰ ਜ਼ੁਬਾਨ ਮਿੱਠੀ ਹੈ, ਕੋਈ ਆਪਣੀ ਜ਼ੁਬਾਨ ਨੂੰ ਮਰਾਠੀ ਕਹਿੰਦੇ ਸਾਡੀ ਜ਼ੁਬਾਨ ਜ਼ਿਆਦਾ ਖੂਬਸੂਰਤ ਹੈ, ਗੁਜਰਾਤੀ ਕਹਿੰਦੇ ਕੋਈ ਜ਼ੁਬਾਨ ਕੰਪੈਰੇਟਿਵਲੀ ਚੰਗੀ ਜਾਂ ਮਾੜੀ ਨਹੀਂ ਹੈ, ਲੇਕਿਨ ਉਹ ਸਾਨੂੰ ਇਸ ਲਈ ਪਿਆਰੀ ਹੋ ਜਾਂਦੀ ਕਿਉਂਕਿ ਉਹ ਸਾਡੀ ਮਾਂ ਬੋਲੀ, ਅਸੀਂ ਉਹਦੇ 'ਚ ਜੰਮੇ ਹਾਂ, ਅਸੀਂ ਉਹਦੇ 'ਚ ਪੱਲੇ ਹਾਂ, ਅਤੇ ਜਿਹਨੂੰ ਆਪਣੀ ਮਾਂ ਬੋਲੀ ਦਾ ਗਿਆਨ ਹੋ ਜਾਵੇ, ਜਿਹਦੇ ਕੋਲ ਸ਼ਬਦ ਭੰਡਾਰ ਹੋ ਜਾਵੇ, ਫਿਰ ਉਹ ਸਾਹਿਤਕਾਰ ਹੋ ਸਕਦਾ ਆਪਣੀ ਆਪਣੀ ਮਾਂ ਬੋਲੀ ਦੇ ਵਿੱਚ। ਸੋ ਬੱਚੇ, ਤੁਹਾਡਾ ਜਿਹੜਾ ਅੱਜ ਦਾ ਉਪਰਾਲਾ ਹੈ, ਪਾਰਟੀਸੀਪੇਸ਼ਨ ਹੈ, ਇਹਨੂੰ ਸਿਰਫ ਇਸ ਤਰ੍ਹਾਂ ਨਾ ਲੈ ਲਓ ਕਿ ਅਸੀਂ ਪਾਰਟੀਸਪੇਟ ਕਰੂੰਗੇ, ਅਸੀਂ ਤਾਂ ਮੁਕਾਬਲਾ ਜਿੱਤ ਕੇ ਆਏ ਹਾਂ। ਇਹ ਮੁਕਾਬਲੇ ਨਹੀਂ, ਇਹ ਤੁਹਾਡੇ ਲਈ, ਮੈਡਮ ਜਸਪ੍ਰੀਤ ਨੇ ਜਿੱਦਾਂ ਕਿਹਾ, ਤੁਹਾਨੂੰ ਤੁਹਾਡੇ ਛੋਟੇ ਛੋਟੇ ਟੈਂਡਰ ਬ੍ਰੇਨਸ ਨੂੰ ਐਨਲਾਈਟਨ ਕਰਨ ਲਈ, ਉਜਾਗਰ ਕਰਨ ਲਈ, ਜਾਗਰਿਤ ਕਰਨ ਲਈ, ਸੈਂਸੀਟਾਈਜ਼ ਕਰਨ ਲਈ ਤੁਹਾਡੇ ਲਈ ਇਹ ਮੁਕਾਬਲੇ ਕਰਾਏ ਜਾਂਦੇ ਆ। ਤਾਂ ਬੇਟੇ, ਟੇਕ ਦੀਸ ਥਿੰਗਸ ਸੀਰੀਅਸਲੀ। ਦੂਜੀ ਮੈਂ ਤੁਹਾਨੂੰ ਅਪੀਲ ਕਰਾਂਗੀ, ਸਾਹਿਤਕਾਰ ਕੁਝ ਬਖਸ਼ਿਸ਼ ਵੱਲੋਂ ਹੁੰਦੇ ਨੇ, ਜਿਸ ਤਰ੍ਹਾਂ ਅਗਰ ਸਾਰੇ ਜਿਨ੍ਹਾਂ ਦੇ ਬਾਬਾ ਫਰੀਦ ਤੋਂ ਲੈ ਕੇ ਬਾਬਾ ਬੁੱਲੇ ਸ਼ਾਹ, ਬਾਬਾ ਬਾਰਿਸ ਸ਼ਾਹ, ਹਸਨ ਸੁਲਤਾਨ ਬਾਬ, ਕਿੱਥੇ ਲਿਆ, ਇਹ ਸਾਰੇ ਜਿੰਨੇ ਜਿਹੜੇ ਹੈ ਇਹਨਾਂ ਨੂੰ ਬਖਸ਼ਿਸ਼ ਹੋਏਗੀ। ਜਿਹੜਾ ਉੱਪਰ ਤਾਂ ਬਿਲਕੁਲ ਹੀ ਰੂਹਾਨੀ ਬਖਸ਼ਿਸ਼ ਸੀ, ਤਾਂ ਸਾਹਿਤ ਇਸ ਹੈਜ਼ ਡਿਫਰੈਂਟ ਕਲਰਸ ਵਿਦ ਡਿਫਰੈਂਟ ਫਲੇਵਰਸ। ਜਿਸ ਤਰ੍ਹਾਂ ਫੁੱਲਾਂ 'ਚ ਕਈ ਰੰਗ ਹੁੰਦੇ, ਸਾਹਿਤ ਦੇ ਆਪਣੇ ਆਪਣੇ ਰੰਗ, ਕਾਵੀ, ਸੂਫੀ, ਡਰਾਮਾ, ਨਾਟਕ, ਪੋਇਟਰੀ, ਯੂ ਨੋ ਆਲ ਦੋਸ ਕਲਰਸ। ਹੁਣ ਕਿਸੇ 'ਤੇ ਕਵਿਤਾ ਦਾ ਰੰਗ ਹੈ, ਕਿਸੇ 'ਤੇ ਨਾਟਕ ਲਿਖਣ ਦਾ ਰੰਗ ਹੈ, ਕਿਸੇ 'ਤੇ ਨਾਵਲ ਲਿਖਣ ਦਾ ਰੰਗ ਹੈ, ਕਿਸੇ 'ਤੇ ਫਿਕਸ਼ਨ ਲਿਖਣ ਦਾ ਰੰਗ ਹੈ, ਕਿਸੇ 'ਤੇ ਫੈਕਚੁਰੇਸ਼ਨ, ਕਿਤੇ ਹਿਸਟਰੀ, ਰਾਜਨੀਤਿਕ, ਉਹਨਾਂ ਜਿਹੜਾ ਚੁੰਮ ਚੁੰਮ ਰੱਖਾਂ ਨੇ, ਮੈਂ ਕਲੀ ਵੀ ਉਘਾੜਦੀ, ਇਹ ਉਸ ਵੇਲੇ ਦੀ ਗੱਲ ਹੈ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਹ ਗੀਤ ਲਿਖਿਆ ਗਿਆ। ਔਰ ਜੁਝਾਰ ਦਾ ਤਾਂ ਮਤਲਬ ਹੀ ਹੁੰਦਾ ਜਿਹੜਾ ਜਾਨ ਕੁਰਬਾਨ ਕਰਨ ਵਾਲਾ ਬਹਾਦਰ ਹੋਵੇ, ਜਿਹੜਾ ਜਾਨ ਕੁਰਬਾਨ ਕਰਕੇ ਬਹਾਦਰ ਹੋਵੇ, ਉਹਦਾ ਨਾਂ ਜੁਝਾਰ ਦੇ, ਫਿਰ ਆਪਣੇ ਨਾਮ 'ਤੇ ਜੀਣਾ ਸਿੱਖਣਾ ਚਾਹੀਦਾ। ਨੋ ਨੇਮ ਕਮਸ ਟੂ ਯੂ ਬਾਏ ਐਕਸੀਡੈਂਟ, ਯੂ ਨੋ ਵਟ ਐਵਰ ਨੇਮ ਕਮਸ ਟੂ ਡੂ ਕਮਸ ਟੂ ਯੂ, ਆਈ ਥਿੰਕ ਐਸ ਆਈ ਬਿਲੀਵ, ਯੂ ਮੇ ਨੋਟ ਅਗਰੀ ਵਿਦ ਮੀ, ਬਟ ਦੇਰ ਇਜ਼ ਸਮ ਯੂਨੀਵਰਸਲ ਪਲਾਨ ਦੈਟ ਯੂਰ ਨੇਮ ਕਮਸ ਟੂ ਯੂ। ਆਪਣੇ ਆਪਣੇ ਰਿਚੁਅਲਸ ਨੇ, ਟ੍ਰੈਡੀਸ਼ਨਸ ਨੇ, ਟ੍ਰੈਡੀਸ਼ਨਸ ਨੇ, ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਮ ਕੇ ਨਾਮ ਕਰ ਅਜ਼ਾਨ ਕਰਨ 'ਚ ਦਿੱਤੀ ਜਾਂਦੀ, ਫਿਰ ਨਾਮ ਕੀਤਾ ਕਢਾਇਆ ਜਾਂਦਾ, ਔਰ ਫਿਰ ਕ੍ਰਿਸਚਨਸ ਨੂੰ ਕ੍ਰਿਸਚਨ ਕ੍ਰਿਸਚਨ ਕਰਕੇ ਫਿਰ ਉਹਨਾਂ ਦਾ ਨਾਮਕਰਨ ਹੁੰਦਾ। ਤਾਂ ਜਿਹੜਾ ਨਾਮਕਰਨ ਆਪਣੇ ਹਿੰਦੁਸਤਾਨੀ ਕਲਚਰ 'ਚ ਕਾਫੀ ਇੰਪੋਰਟੈਂਸ ਰੱਖਦਾ, ਤਾਂ ਉਹ ਜਿਹੜੇ ਨਾਮ 'ਤੇ ਜੀਣਾ, ਹੁਣ ਕਈਆਂ ਦੇ ਨਾਮ ਨੇ, ਲੱਗੀ ਸੇ ਪੰਜਾਬੀ ਦੀ ਗੱਲ ਕਰੀਏ, ਇੱਥੇ ਬੱਚਿਆਂ ਦੇ ਨਾਂ ਨੇ ਮੇਰੇ ਕੋਲ ਅਰਸ਼ਪ੍ਰੀਤ, ਤੂੰ ਅਰਸ਼ ਤਾਂ ਪਹਿਲਾਂ ਹੀ ਬਹੁਤ ਵੱਡੀ ਉੱਚੀ ਚੀਜ਼ ਹੈ, ਹੁਣ ਆਪਣੇ ਨਾਮ ਨੂੰ ਜੀਣਾ ਸੀ। ਪਰ ਉਹ ਕੋਲ ਉਡਾਨ ਭਰ ਗਿਆ ਆਸਮਾਨ ਦੇਖਦਾ, ਸ਼ਾਇਰ ਮੰਗਾਂਦੇ ਨੇ ਤੁਹਾਨੂੰ, ਜ਼ਮੀਨ 'ਤੇ ਬੈਠ ਕੇ ਕਿਆ ਆਸਮਾਨ ਦੇਖਦਾ। ਅਤੇ ਜਿਹੜੇ ਬੱਚੇ ਅਰਸ਼ 'ਚ ਉੱਡਣਾ ਚਾਹੁਣ, ਅਰਸ਼ 'ਚ ਉੱਡਣ ਦਾ ਪਾਇਲਟ ਬਣਨਾ ਨਹੀਂ ਹੈ, ਤੁਸੀਂ ਜ਼ਿੰਦਗੀ 'ਚ ਕਾਮਯਾਬੀ ਅਰਸ਼ 'ਤੇ ਪਹੁੰਚਣਾ ਹੈ। ਜ਼ਿੰਦਗੀ ਦੀ ਕਾਮਯਾਬੀ ਕੁਛ ਨਹੀਂ ਹੋਣਾ, ਸਾਹਿਤਕਾਰ ਹੋ ਜਾਓ, ਗਾਇਕ ਗੁਲੂਕਾਰ ਹੋ ਜਾਏ, ਮਿਊਜ਼ਿਕ ਏਆਰ ਰਹਿਮਾਨ ਹੋ ਜਾਓ, ਰਾਜਨੀਤਿਕ ਸੋਚ ਵਾਲੇ ਰਾਈਟਰ ਹੋ ਜਾਓ, ਅੰਮ੍ਰਿਤਾ ਪ੍ਰੀਤਮ ਔਰ ਬਲਰਾਜ ਸਿੰਘ ਹੀ ਪੈਦਾ ਹੋਏ ਪਾਕਿਸਤਾਨ ਦੇ ਕੱਲੂ ਤਾਰਿਆਂ 'ਚੋਂ, ਔਰ ਅੰਮ੍ਰਿਤਾ ਪ੍ਰੀਤਮ ਨੇ ਜੋ ਜ਼ੁਲਮ ਹੁੰਦੇ ਦੇਖੇ ਤੇ ਬਗਾੜੀਏ ਵਾਰਿਸ ਸ਼ਾਹ ਨੇ, ਪਰ ਅੱਜ ਆਪਣੇ ਬੰਗਾਲ 'ਚ ਕੀ ਹੋਇਆ,
ਉਹ ਚੀਜ਼ਾਂ ਤਾਂ ਹੈਵਾਨੀਅਤ ਤਾਂ ਸਾਡੇ ਅੰਦਰੋਂ ਗਈ ਨਹੀਂ ਨਾ ਜੀ। ਅਸੀਂ ਤਾਂ ਸਾਰੇ ਐਵੇਂ ਗੋ ਥੋੜ੍ਹਾ ਜਿਹਾ ਅਗਰ ਮੈਂ ਮੁੱਦੇ ਤੋਂ ਇੱਧਰ ਬੋਲਾਂ ਤੁਹਾਨੂੰ ਆਈ ਹੋਪ ਯੂ ਡੋਂਟ ਮਾਈਂਡ। ਮੈਂ ਬੱਚਿਆਂ ਨੂੰ ਹੀ ਗੱਲ ਕਰੀ, ਤੁਹਾਡੇ ਨਾਲ ਤਾਂ ਨਹੀਂ ਗੱਲ ਕਰਦੀ, ਮੈਨੂੰ ਦੱਸਦੇ ਜੇ ਮੈਂ ਛੱਡ ਦੇ ਮਨ। ਦੀਵਾਲੀ 'ਚ ਆਪਾਂ ਸਾਰੇ ਰਾਵਣ ਸਾੜਨ ਜਾਂਦੇ, ਮੈਂ ਆਪਣੇ ਸਕੂਲ ਦੇ ਬੱਚਿਆਂ ਨੂੰ ਸਮਝਾਈ ਆਪਣੇ ਅੰਦਰ ਦਾ ਰਾਵਣ ਤਾਂ ਅਸੀਂ ਅੱਜ ਤੱਕ ਨਹੀਂ ਮਾਰ ਸਕੇ। ਰਾਵਣ ਨੇ ਤਾਂ ਸੀਤਾ ਹਰੀ ਸੀ ਜੈਸ, ਪਰ ਉਹਨੂੰ ਚੋਇਸ ਔਫ ਡਿਸੀਜਨ ਦਿੱਤੀ ਸੀ ਰਿਸਪੈਕਟ। ਸਾਡੇ ਅੰਦਰ ਦੇ ਰਾਵਣ ਤਾਂ ਅਸੀਂ ਅੱਜ ਵੀ ਨਾਂ ਲੈ ਕੇ ਦਿੰਦੇ ਹਾਂ। ਉਹ ਕਦੇ ਬੰਗਾਲ 'ਚ ਹਾਦਸਾ ਹੋ ਜਾਂਦਾ, ਕਦੇ ਦਿੱਲੀ 'ਚ ਹੋ ਜਾਂਦਾ, ਕਦੇ ਬੰਬੇ ਦੇ ਨਰਸਰੀ ਸਕੂਲ 'ਚ ਹੋ ਜਾਂਦਾ। ਇਸ ਤੋਂ ਮਾੜੀ ਹੱਕ ਤੋਂ ਬੋਇਸ ਐਂਡ ਗਰਲਸ ਇਕੁਅਲੀ, ਕਿਉਂਕਿ ਜੈਂਡਰ ਇਕੁਆਲਿਟੀ ਦੀ ਅਗਰ ਗੱਲ ਕਰਦੇ ਹਾਂ ਤਾਂ ਨਥਿੰਗ ਕੈਨ ਹੈਪਨ ਵਿਦਆਊਟ ਮਿਊਚੁਅਲ ਇੰਟੈਂਸ਼ਨਸ। ਬਟ ਇਨ ਦ ਕੇਸ ਲਾਈਕ ਡਾਕਟਰ ਇਨ ਬੈਂਗੋਲ ਔਰ ਨਰਸਰੀ ਸਕੂਲ ਗੋਇੰਗ ਗਰਲਸ, ਇੱਥੇ ਬੱਚਿਆਂ ਦੀ ਬੋਇਸ ਦੀ ਬੜੀ ਵੱਡੀ ਰਿਸਪੋਂਸਿਬਿਲਿਟੀ ਆ ਜਾਂਦੀ। ਬੇਟਾ ਬਾਬਾ ਫਰੀਦ ਨੇ ਕਿਹਾ ਕਿ ਅੱਖੀਓ ਤੱਕੋ, ਇਹ ਤੁਹਾਡੇ ਲਈ ਹੈ ਫੋਰ ਬੋਇਸ ਐਂਡ ਈਵਨ ਫੋਰ ਗਰਲਸ। ਅੱਖੀਓ, ਬਾਬਾ ਫਰੀਦ ਆਪਣੇ ਆਪ ਨੂੰ ਸਮਝਾ ਰਹੇ, ਸਾਨੂੰ ਨਹੀਂ ਸਮਝਾ ਰਹੇ, ਪਰ ਜਿਹੜਾ ਪੜ੍ਹ ਕੇ ਉਹਨੂੰ ਆਪ ਸਮਝ ਲਵੇ ਸ਼ਾਇਦ ਉਹਨੂੰ ਜਾਗ ਲੱਗ ਜਾਏ ਇਨਸਾਨੀਅਤ ਹੋਣ ਦੀ। ਆਪਣੇ ਆਪ ਨੂੰ ਬਾਬਾ ਫਰੀਦ ਸਮਝਾ ਰਹੇ, ਅੱਖੀਓ ਤੱਕੋ ਰੱਜ ਰੱਜ ਤੱਕੋ। ਅੱਗੇ ਕੰਡੀਸ਼ਨ ਦਿੱਤੀ ਆਪਣੇ ਆਪ ਨੂੰ, ਪਹਿਲਾਂ ਕੀ ਹੈ, ਅੱਖੀਆਂ ਨੂੰ ਇਜਾਜ਼ਤ ਦਿੱਤੀ, ਅੱਖਾਂ ਨੂੰ ਦੇਖੋ, ਤੁਹਾਨੂੰ ਕੋਈ ਚੀਜ਼ ਖੂਬਸੂਰਤ ਲੱਗ ਰਹੀ, ਤੁਹਾਨੂੰ ਕੋਈ ਇਨਸਾਨ ਖੂਬਸੂਰਤ ਲੱਗ ਰਿਹਾ, ਤੁਹਾਨੂੰ ਕੋਈ ਅਟਰੈਕਟਿਵ ਲੱਗ ਰਿਹਾ, ਦੇਖੋ, ਐਡਮਾਇਰ ਕਰੋ, ਐਪਰੀਸ਼ੀਏਟ ਕਰੋ। ਦੈਟ ਇਜ਼ ਵਾਟ ਹੀ ਮੀਨਸ ਇਨ ਦ ਫਸਟ ਲਾਈਨ, ਅੱਖੀਓ ਤੱਕੋ ਰੱਜ ਰੱਜ ਤੱਕੋ, ਦਿਲ ਭਰ ਕੇ ਦੇਖ ਲਓ। ਪਰ ਅੱਗੇ ਕੰਡੀਸ਼ਨ ਲਾ ਦਿੱਤੀ, ਪਰ ਇਜ਼ ਅ ਕੰਡੀਸ਼ਨ, ਮਹਿਲਾ ਮੂਲ ਨਾ ਥੀ, ਅੱਖਾਂ ਨੂੰ ਕੰਡੀਸ਼ਨ ਦਿੱਤੀ ਕਿ ਮੈਲੇ ਨਹੀਂ ਹੋਣਾ, ਗੰਦੇ ਨਹੀਂ ਹੋਣਾ। ਉੱਧਰ ਜਦੋਂ ਸੋਚ ਗੰਦੀ ਹੋ ਗਈ, ਅੱਖਾਂ ਮੈਲੀਆਂ ਹੋ ਗਈਆਂ, ਜ਼ਿੰਦਗੀ ਸਮਝੋ ਮੈਲੀ ਹੋ ਗਈ, ਉਸ ਇਨਸਾਨ ਦੀ ਜ਼ਿੰਦਗੀ ਮੈਲੀ ਹੋ ਗਈ। ਤਾਂ ਤੁਸੀਂ ਬੜੀਆਂ ਖੂਬਸੂਰਤ ਜ਼ਿੰਦਗੀਆਂ ਹੋ, ਕੱਲ੍ਹ ਦੀ ਜਨਰੇਸ਼ਨ ਹੋ, ਆਉਣ ਵਾਲਾ ਹਿੰਦੁਸਤਾਨ ਹੋ ਤੁਸੀਂ, ਤੁਹਾਡੇ ਨਾਲ ਹਿੰਦੁਸਤਾਨ ਸਾਫ਼ ਸੁਥਰਾ ਹੋ ਸਕਦਾ, ਔਰ ਤੁਹਾਡੇ ਹੀ ਧਰਮ ਦੇ ਕਰਮ ਨਾਲ ਹਿੰਦੁਸਤਾਨ ਮੈਲਾ ਹੋ ਸਕਦਾ। ਆਪਣੇ ਮੁਲਕ ਨੂੰ ਮੈਲਾ ਨਹੀਂ ਕਰਨਾ, ਆਪਣੀ ਮਾਂ ਬੋਲੀ ਨੂੰ ਮੈਲਾ ਨਹੀਂ ਕਰਨਾ। ਇੱਕ ਮੈਂ ਤੁਹਾਨੂੰ ਸਾਰਿਆਂ ਨੂੰ, ਮਾਂ ਬੋਲੀ ਨੂੰ ਤਾਂ ਆਪਾਂ ਰੱਜ ਕੇ ਗਾਉਣ ਕਰਦੇ ਦੋਸਤ, ਤੁਰੇ ਜਾਂਦੇ ਹਾਂ ਪੰਜਾਬੀ, ਕਿ ਪੰਜਾਬੀਆਂ 'ਚ ਸਭ ਤੋਂ ਵੱਡੀ ਮਾਂ ਹੈ। ਪ੍ਰੀਫਿਕਸ ਅਤੇ ਸਫਿਕਸ ਗਾਲ ਦਾ ਹੁੰਦਾ ਮੁੰਡੇ, ਔਰ ਮਾਂ ਔਰ ਭੈਣ ਦਾ ਅਦਬ ਖਤਮ ਹੋ ਜਾਂਦਾ ਹੈ। ਜਿਸ ਕੌਮ 'ਚੋਂ ਅਦਬ ਖਤਮ ਹੋ ਜਾਏ ਮਾਂ ਦਾ ਭੈਣ ਦਾ, ਉਹ ਕੌਮ ਕਦੇ ਕਿਸੇ ਵੀ ਕੌਮ ਦਾ ਜਾਂ ਕਿਸੇ ਵੀ ਇਨਸਾਨ ਦਾ ਅਦਬ ਉਹ ਰੂਹ ਨਹੀਂ ਕਰ ਸਕਦੀ। ਜਦੋਂ ਰੂਹਾਂ ਮਿਲੀਆਂ ਹੋ ਜਾਣ, ਜ਼ੁਬਾਨ 'ਤੇ ਕੋਲ ਵਸਣ ਲੱਗ ਜਾਏ, ਪ੍ਰੀਫਿਕਸ ਸਫਿਕਸਿਸ ਗਾਲਾਂ ਹੋ ਜਾਣ, ਤਾਂ ਮਾਂ ਬੋਲੀ ਨੂੰ ਭ੍ਰਸ਼ਟ ਕਰਤਾ ਤੁਸੀਂ। ਤਾਂ ਮੈਂ ਅੱਜ ਇੱਕ ਸੁਨੇਹਾ ਤੁਹਾਨੂੰ ਇੱਥੇ ਦੇਵਾਂਗੀ, ਆਪਣੀ ਮਾਂ ਬੋਲੀ ਨੂੰ ਭ੍ਰਸ਼ਟ ਨਹੀਂ ਹੋ ਦੇਣਾ। ਆਲੇ ਦੁਆਲੇ 'ਚ ਵੀ ਜੇ ਕੋਈ ਭ੍ਰਿਸ਼ਟਾਚਾਰ ਮਾਂ ਬੋਲੀ 'ਤੇ ਹੁੰਦਾ ਦਿਖੇ, ਉੱਥੇ ਰੋਕੋ, ਉੱਥੇ ਖੜ੍ਹੇ ਹੋਵੋ, ਉਹ ਕਰਮ ਹੈ ਤੁਹਾਡਾ, ਉਹ ਧਰਮ ਹੈ ਤੁਹਾਡਾ। ਸੋ ਮੈਂ ਧਿਆਨ ਨਾ ਬੋਲੂ, ਆਈ ਥਿੰਕ ਜੱਜਿਸ ਦਾ ਬਹੁਤ ਲੰਬੀ ਟਾਈਮ ਹੈ। ਇੱਥੇ ਇੱਕ ਬੱਚੇ ਨੂੰ ਹੋਰ ਪੁੱਛਣਾ, ਛੀਪਾ ਸੰਨ ਸਾਹਿਬ ਸ਼ਿਵ ਕੁਮਾਰ ਸਾਹਿਬ ਦੀ
ਛਿੱਪੇ ਸਨ ਛਿੱਪੇ ਸੱਪ ਵਰਗਾ ਕਵਾ ਹੋਏ ਛਿੱਪਾ ਸੱਪ ਦਾ ਮੈਨੂੰ ਦੱਸ ਪੁੱਤ ਕੀ ਹੁੰਦਾ ਫਿਰ ਮੈਂ ਕਰਦੇ ਹਾਰੇ ਛਿੱਪਾ ਸਾਨੂੰ ਪਤਾ ਸੱਪ ਪਤਾ ਕਿਹੜਾ ਹੁੰਦਾ ਨਹੀਂ ਪਤਾ ਤਾਂ ਘਰ ਜਾ ਕੇ ਲੱਭਿਓ ਛਿੱਪਾ ਸੱਪ ਛਿੱਪਾ ਸੱਪ ਕੀ ਹੁੰਦਾ ਰਿਗਾਰਡਿੰਗ ਦੀ ਕੈਟੇਗਰਾਈਜੇਸ਼ਨ ਆਈ ਵੀ ਯੂ ਨੋ ਟਾਈਮਸ ਆਫ ਦ ਸਨੇਕਸ ਗੋ ਐਂਡ ਰੀਡ ਐਂਡ ਯੂ ਵਿਲ ਗੈਟ ਟੂ ਨੋ ਸਾਰੇ ਲੱਭ ਲਿਓ ਕਿਸੇ ਨੂੰ ਜੇ ਨਹੀਂ ਪਤਾ ਮੈਂ ਕਰਦੇ ਹਾਰੇ ਬੁੱਲੇ ਸ਼ਾਹ ਦਾ ਕਿਨੇ ਇਹ ਲਫ਼ਜ਼ ਵਰਤਿਆ ਪਲੀਜ਼ ਖੜੇ ਹੋ ਦਿਓ ਬੱਚੋ ਇਹ ਲਾਈਨ ਮੇਰੇ ਲਈ ਪੂਰੀ ਕਰ ਦਿਓ ਮੈਡਮ ਤੁਸੀਂ ਬੋਲਿਆ ਸਰ ਬੋਲੋ ਸਰ ਇੱਥੋਂ ਬੋਲੀ ਇੱਥੋਂ ਬੋਲੋ ਤੁਹਾਡੇ ਕੋਲ ਮਾਹਿਕ ਹੈ ਬੋਲੀ ਪਰ ਮਨ ਨੂੰ ਨੀਵਾਂ ਰੱਖਣਾ ਕਹਿੰਦਾ ਤੁਸੀਂ ਦੂਸਰੇ ਨੂੰ ਇੰਪੋਰਟੈਂਸ ਦਿੰਦੇ ਹੋ ਜਦੋਂ ਤੁਸੀਂ ਦੂਸਰੇ ਨੂੰ ਇੰਪੋਰਟੈਂਸ ਦਿੰਦੇ ਹੋ ਸਾਡੀ ਸੰਸਕ੍ਰਿਤੀ ਸਾਡੇ ਵੇਦ ਪੁਰਾਣ ਪੁਰਾਣ ਸਿਖਾਉਂਦੇ ਨੇ ਤੂੰ 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 ਕਰਤਾ ਤੂੰ ਹੁਆ ਮੁਝਨੇ ਰਹਾ ਨਾ ਹੋ ਕਬੀਰ ਸਾਹਿਬ ਕਹਿੰਦੇ ਜਬ ਆਪਾ ਮਨ ਕਾ ਮਿਟ ਗਿਆ ਜਤ ਤੇ ਹੂੰ ਤਤ ਤੂੰ 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 ਕਰਤਾ ਤੂੰ ਉਹਨਾਂ ਦੀ ਤਾਂ ਲੋ ਉੱਪਰ ਲੱਗੀ ਸੀ ਨਾ ਤੂੰ ਤੂੰ ਕਰਤਾ ਤੂੰ ਹੁਆ ਮੁਝਨੇ ਰਹਾ ਨਾ ਹੂ ਉਹਨੇ ਜਿਹੜਾ ਹੂ ਹੈ ਮੈਂ ਜਦੋਂ ਮੈਂ ਇਸ ਅਹੰਕਾਰ ਈਗੋ ਤੋਂ ਬੇਟਾ ਆਪਣੇ ਮਨ ਨੂੰ ਅਸੀਂ ਸਾਫ ਕਰਨਾ ਅਹੰਕਾਰ ਕਿ ਮੈਂ ਤੇਰੇ ਤੋਂ ਅੱਗੇ ਤੂੰ ਕਿੱਦਾਂ ਅੱਗੇ ਚੱਲ ਸਕਦਾ ਸੋ ਇਹ ਚੀਜ਼ਾਂ ਛੋਟੀਆਂ ਛੋਟੀਆਂ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਨੇ ਇੰਡੀਅਨਸ ਦੇ ਰੂਪ ਵਿੱਚ ਲਿਟਰੇਚਰ ਦੇ ਰੂਪ ਵਿੱਚ ਪਰ ਅਫਸੋਸ ਹੈ ਕਿ ਮੈਨੂੰ ਪਤਾ ਮੇਰੀ ਪੰਜਾਬੀ ਜਨਰੇਸ਼ਨ ਕਿਉਂਕਿ ਮੈਂ ਪੰਜਾਬੀ ਹਾਂ ਇਸ ਲਈ ਮੈਡਮ ਤਾਂ ਕਹਿੰਦੇ ਮੇਰਾ ਅੰਗਰੇਜ਼ੀ ਨਾਲ ਤਾਲੁਕ ਸੀ ਪਰ ਮੈਂ ਤਾਂ ਪੰਜਾਬੀ ਮਾਂ ਬਾਪ ਦੀ ਗੱਲ ਕਰ ਰਹੀ ਸੀ ਤਾਂ ਪੂਰੀ ਜਾਣਕਾਰੀ ਇੰਗਲਿਸ਼ ਟੀਚਰ ਬਟ ਪੰਜਾਬੀ ਇਜ਼ ਮਾਈ ਪ੍ਰਾਈਡ ਉਰਦੂ ਇਜ਼ ਮਾਈ ਪ੍ਰਾਈਡ ਆਈ ਲਰਨਡ ਇਟ ਬਿਕੋਜ਼ ਆਈ ਲਵ ਪੋਇਟਰੀ ਸੋ ਲਿੰਗੁਇਸਟ ਹੋਣਾ ਲਾਜ਼ਮੀ ਹੈ ਇੱਕ ਭਾਸ਼ਾ ਨੂੰ ਕਹੋ ਮੈਂ ਇਹਦੇ ਵਿੱਚ ਮਹਾਰਤ ਇੱਕ ਚ ਕਰੋ ਪਰ ਜਾਣੋ ਸਾਰਿਆਂ ਨੂੰ ਕਿਤੇ ਥੋੜ੍ਹਾ ਥੋੜ੍ਹਾ ਤੁਹਾਨੂੰ ਇੰਟਰੈਕਟ ਕਰਨਾ ਪੈ ਜਾਏ ਕਰ ਲਓ ਜਦੋਂ ਕਰਦੇ ਹੋ ਦੈਟ ਇਜ਼ ਯੋਰ ਵਰਸੈਟਿਲਿਟੀ ਤੁਹਾਡੇ ਅੰਦਰ ਕਿੰਨੀ ਕਲਾਕਾਰੀ ਕਿੰਨੇ ਗੁਣ ਹੈ ਕਿੰਨਾ ਤੁਹਾਡੇ ਕੋਲ ਖਜ਼ਾਨਾ ਹੈ ਕਿ ਤੁਸੀਂ ਕਿਤੇ ਵੀ ਚਲੇ ਜਾਓ ਤੁਸੀਂ ਉਸ ਭਾਸ਼ਾ ਨੂੰ ਥੋੜ੍ਹਾ ਜਿਹਾ ਔਰ ਅੱਜ ਦੇ ਜ਼ਮਾਨੇ 'ਚ ਤਾਂ ਬੇਟਾ ਤੁਸੀਂ ਹੱਥਾਂ 'ਚ ਡਿਕਸ਼ਨਰੀਆਂ ਲਈ ਫਿਰਦੇ ਹੋ ਸੋ ਲਰਨ ਐਸ ਮਚ ਐਜ਼ ਯੂ ਕੈਨ Learn one language where you can justify yourself if you want to be a writer. Kavita likhni hai, jo bhi likhna hai, kehdi language likhna, decide on it. And then, first of all, maharat paida karo us zubaan pe. Kyunki koi bhi language any limited nahi hai ki sanu sari aa jaye. Possible nahi. Par jinni maximum aa sake, fir tusi ohnu lafzaan ch ਉਹਨਾਂ ਦਾ ਜਾਮਾ ਪਾ ਕੇ ਉਹਨਾਂ ਨੂੰ ਸਾਹਿਤ ਕ੍ਰੀਏਟ ਕਰ ਇਹ ਗੱਲ ਹੈ ਦੂਜੀ ਗੱਲ ਇਹ ਕਿ ਲਿੰਗੁਇਸਟ ਹੋਣਾ
ਇਜ਼ ਅ ਕੁਆਲਿਟੀ ਵਰਸੈਟੈਲਿਟੀ ਤੋ ਕੁਝ ਲੈਂਗੁਏਜ ਆਪਣੀ ਮਾਂ ਬੋਲੀ 'ਤੇ ਮਾਣ ਕਰੋ ਦੂਜੀਆਂ ਦਾ ਸਤਿਕਾਰ ਕਰੋ ਇਹ ਸਾਨੂੰ ਐਜੂਕੇਸ਼ਨ ਵਿਜ਼ਨ ਸਿਖਾਉਂਦਾ ਹੈ ਸੋ ਬੱਚੋ ਆਈ ਥਿੰਕ ਬੜਾ ਕੁਛ ਕਰਨਾ ਦੇਖ ਰਹੀਆਂ ਜੱਜਿਸ ਸਾਹਿਬਾਨ ਦੇ ਕੋਲ ਰੈਡੀ ਨੇ ਹੁਣ ਮੈਂ ਸਰ ਪਹਿਲਾਂ ਮੈਂ ਤੁਹਾਨੂੰ ਬੁਲਾਉਣਾ ਤੁਸੀਂ ਯੂ ਤੁਹਾਡਾ ਕੁਛ ਸੁਣੀਏ ਪਲੀਜ਼ ਆਓਗੇ ਕੁਛ ਸੁਣਾ ਦਿਓਗੇ ਜਗਜੀਤ ਸਰ ਮੈਂ ਤੁਹਾਡਾ ਸੁਣਨਾ ਚਾਹੁੰਦੀ ਹਾਂ ਜੋ ਰਾਤ ਇਹਨਾਂ ਨੂੰ ਬੁਲਾਓ ਐਸ ਇੱਥੇ ਆ ਜਾਓ ਮੇਰੇ ਕੋਲ ਹੀ ਆਪਾਂ ਬੁਲਾਉਂਦੇ ਸਭ ਤੋਂ ਪਹਿਲਾਂ ਤਾਂ ਮੈਂ ਜ਼ਿਲ੍ਹਾ ਭਾਸ਼ਾ ਅਫਸਰ ਜਸਪ੍ਰੀਤ ਮੈਮ ਨੂੰ ਵਧਾਈ ਦਿੰਦਾ ਕਿ ਕਵਿਤਾ ਉਚਾਰਨ ਤੇ ਸਾਹਿਤ ਸਿਰਜਣ ਦੇ ਇਹਦੇ ਮੁਕਾਬਲੇ ਆ ਕਾਫੀ ਦੇਰ ਤੋਂ ਚੱਲਦੇ ਆ ਰਹੇ ਨੇ ਤੇ ਮੈਨੂੰ ਸੱਦਾ ਦਿੱਤਾ ਜਾਂਦਾ ਹਰ ਵਾਰ ਕਿ ਜੱਜਮੈਂਟ ਦੇ ਲਈ ਤੇ ਮੈਂ ਪਿਛਲੇ ਕੁਝ ਸਾਲਾਂ ਦੀ ਜੇ ਇਹਨਾਂ ਕੰਪੀਟੀਸ਼ਨਾਂ ਦੀ ਗੱਲ ਕਰਾਂ ਤੇ ਮੈਂ ਸ਼ਹਿਬਾਜ਼ ਜੀ ਨਾਲ ਗੱਲ ਕਰ ਰਿਹਾ ਸੀਗਾ ਕਿ ਸਵੇਰੇ ਮੈਂ ਜਦੋਂ ਪੁੱਛਿਆ ਕਿ ਮੈਂ ਕਿੰਨੇ ਕੁ ਪਾਰਟੀਸਪੈਂਟ ਨੇ ਤੇ ਸ਼ਹਿਬਾਜ਼ ਜੀ ਨੇ ਦੱਸਿਆ ਮੈਨੂੰ ਕਹਿੰਦੇ ਕਿ 47 ਦੇ ਕਰੀਬ ਪਾਰਟੀਸਪੈਂਟ ਨੇ ਤੇ ਮੈਂ ਕਿਹਾ ਕਿ ਜਸਪ੍ਰੀਤ ਮੈਡਮ ਵਧਾਈ ਦੇ ਪਾਤਰ ਨੇ ਕਿ ਮੈਂ ਪਹਿਲਾਂ ਵੀ ਕੰਪੀਟੀਸ਼ਨ ਦੀ ਜੱਜਮੈਂਟ ਲਈ ਆਉਂਦਾ ਰਿਹਾ ਪਰ ਇੰਨੀ ਪਾਰਟੀਸਪੇਸ਼ਨ ਹੁੰਦੀ ਨਹੀਂ ਸੀ ਇਟ ਮੀਨਸ ਮੈਂ ਕਿਹਾ ਕੁਛ ਹੋਰ ਇਹਦਾ ਆਪਣੇ ਭਾਸ਼ਾ ਵਿਭਾਗ ਦੇ ਕੰਪੀਟੀਸ਼ਨਸ ਦਾ ਮਿਆਰ ਹੋਰ ਉੱਚਾ ਕਰ ਰਹੇ ਨੇ ਤਾਂ ਕਿ ਇੰਨੇ ਪਾਰਟੀਸਪੇਟ ਕਰਨ ਲਈ ਆ ਰਹੇ ਨੇ ਤੋ ਜਸਪ੍ਰੀਤ ਮੈਮ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਪਿਛਲੇ ਸਾਲ ਦਾ ਤਾਂ ਮੈਨੂੰ ਯਾਦ ਵੀ ਉਸ ਤੋਂ ਪਹਿਲਾਂ ਜਦੋਂ ਕੰਪੀਟੀਸ਼ਨ ਹੋਏ ਤਾਂ ਪਾਰਟੀਸਪੇਸ਼ਨ ਬਹੁਤ ਘੱਟ ਹੁੰਦੀ ਸੀ ਅਤੇ ਬਹੁਤ ਵਧੀਆ ਲੱਗਾ ਕਿ ਬੱਚਿਓ ਤੁਸੀਂ ਵੀ ਵਧਾਈ ਦੇ ਪਾਤਰ ਹੋ ਕਿ ਪਾਰਟੀਸਪੇਟ ਕਰਨ ਆਏ ਹੋ ਤੁਹਾਡੇ ਗਾਈਡ ਟੀਚਰ ਵਧਾਈ ਦੇ ਪਾਤਰ ਨੇ ਅਤੇ ਦੂਸਰੇ ਨੰਬਰ 'ਤੇ ਜਦੋਂ ਮੈਂ ਸਕੂਲ ਦੇ ਵਿੱਚ ਐਂਟਰ ਕੀਤਾ ਅਤੇ ਇੰਨਾ ਨਿੱਘਾ ਸਵਾਗਤ ਉਸ ਤੋਂ ਬਾਅਦ ਜਦੋਂ ਇੱਥੇ ਸਟੇਜ 'ਤੇ ਆਏ ਅਤੇ ਮੈਂ ਜਦੋਂ ਸਟੇਜ ਵੱਲ ਦੇਖਿਆ ਅਤੇ ਮਨ 'ਚ ਆਇਆ ਕਿ ਅੱਜ ਕੰਪੀਟੀਸ਼ਨ ਵੇਖਣ ਦਾ ਮਜ਼ਾ ਇਹ ਸਟੇਜ ਵੀ ਬੜੀ ਖੂਬਸੂਰਤ ਬਣੀ ਹੋਈ ਆ ਬੱਚਿਆਂ ਦੀ ਪਾਰਟੀਸਪੇਸ਼ਨ ਵੀ ਵਧੀਆ ਵਾ ਅਤੇ ਕੰਪੀਟੀਸ਼ਨ ਵੇਖਣ ਦਾ ਮਜ਼ਾ ਆਊਗਾ ਕਿਉਂ ਇੱਕ ਸ਼ਾਇਰ ਦੀਆਂ ਲਾਈਨਾਂ ਨੇ ਕਿ ਮੈਂ ਇੱਕ ਚਿਰਾਗ ਕਈ ਚਿਰਾਗੋਂ ਮੈਂ ਵਟ ਗਿਆ ਮੈਂ ਇੱਕ ਚਿਰਾਗ ਕਈ ਚਿਰਾਗੋਂ ਮੈਂ ਵਟ ਗਿਆ ਰੱਖਾਂ ਜਵਾਈਨੋਂ ਨੇ ਦਰਮਿਆਨ ਚ ਮੈਂ ਜੱਜਮੈਂਟ ਕਰਨ ਨਹੀਂ ਆਇਆ ਮੈਂ ਤਾਂ ਕੁਛ ਨਾ ਕੁਛ ਨਵਾਂ ਸਿੱਖਣ ਆਇਆ ਤੂੰ ਜਦੋਂ ਇੱਥੇ ਇੰਨੇ ਜਾਣੇ ਇੰਨੇ ਸ਼ੀਸ਼ੇ ਮੇਰੇ ਆਲੇ ਦੁਆਲੇ ਤੁਰੇ ਫਿਰਦੇ ਸੀ ਅਤੇ ਮੈਨੂੰ ਲੱਗਾ ਕਿ ਹਾਂ ਵੀ ਮੈਨੂੰ ਇੱਥੇ ਆਹ ਚੀਜ਼ ਵੀ ਸਿੱਖ ਲੈਣੀ ਚਾਹੀਦੀ ਆ ਆਹ ਵਾਲੀ ਤਰਜ਼ ਜਿਵੇਂ ਇੱਥੇ ਕੁਛ ਬੱਚੇ ਆ ਇੱਕ ਲੜਕੀ ਮੈਨੂੰ ਸਕੂਲ ਦਾ ਨਾਮ ਯਾਦ ਭੁੱਲ ਗਿਆ ਕਲਗੀ ਜੁਝਾਰ ਜਿਨ੍ਹਾਂ ਨੇ ਗਾਇਆ ਕਿ ਇਹਨਾਂ ਨੇ ਕਲਾ ਉਤਸਵ ਦੇ ਵਿੱਚ ਵੀ ਇਹੀ ਗੀਤ ਗਾਇਆ ਸੀ ਨੰਦ ਲਾਲ ਗੁਰਮੁਖੀ ਜੀ ਦੀ ਰਚਨਾ ਚੁੰਮ ਚੁੰਮ ਰੱਖੋ ਨੀ ਅਤੇ ਉਹ ਮੈਂ ਉੱਥੇ ਬੈਠਾ ਗੱਲ ਕੀਤੀ ਮੈਂ ਕਿਹਾ ਕਲਾ ਉਤਸਵ ਦੇ ਵਿੱਚ ਵੀ ਬੱਚੇ ਆਏ ਸੀ ਅਤੇ ਇਹਨਾਂ ਨੇ ਇਹ ਹੀ ਤਰੰਨਮ ਦੇ ਵਿੱਚ ਗਾਇਆ ਸੀ ਅਤੇ ਮੈਨੂੰ ਬੰਦਿਸ਼ ਦੁਬਾਰਾ ਯਾਦ ਆ ਗਈ ਅਤੇ ਬਹੁਤ ਵਧੀਆ ਲੱਗਿਆ ਬਾਕੀ ਕੰਪੀਟੀਸ਼ਨ ਆ ਬੇਟਾ ਕਿ ਜਦੋਂ ਪ੍ਰਾਈਜ਼ ਦੀ ਗੱਲ ਆਉਂਦੀ ਆ ਕੋਈ ਮਾੜਾ ਮੋਟਾ ਨੀਤੀ ਦਾ ਫਰਕ ਹੀ ਹੁੰਦਾ ਕਿ ਜਿਹਦਾ ਕਰਕੇ ਕੋਈ ਫਸਟ ਆ ਜਾਂਦਾ ਕੋਈ ਸੈਕਿੰਡ ਆ ਜਾਂਦਾ ਪਰ ਉਸ ਤੋਂ ਵਧੀਆ ਚੀਜ਼ ਆ ਪਾਰਟੀਸਪੇਟ ਕਰਨਾ ਇਹ ਸਾਡੇ ਅੰਦਰ ਇੱਕ ਹੌਸਲਾ ਭਰਦੀ ਆ ਚੀਜ਼ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ 10th ਤੱਕ ਮੈਂ ਇੱਕ ਬੜਾ ਸ਼ਾਈ ਸਟੂਡੈਂਟ ਸੀ ਕਲਾਸ ਦੇ ਵਿੱਚ ਮੈਨੂੰ ਆਨਸਰਸ ਆਉਂਦੇ ਹੁੰਦੇ ਸੀ ਮੈਮ ਨੇ ਹਲੇ
ਸਮ ਜਿਹੜਾ ਬੋਰਡ 'ਤੇ ਲਿਖਣਾ ਸੀ ਅਤੇ ਮੇਰੀ ਕਾਪੀ 'ਤੇ ਸੌਲਵ ਹੁੰਦਾ ਸੀ, ਪਰ ਜੇ ਕਿਸੇ ਟੀਚਰ ਨੇ ਪੁੱਛ ਲਿਆ ਕਿ ਵੀ ਖੜ੍ਹੇ ਹੋ ਕੇ ਆਂਸਰ ਦਿਓ ਅਤੇ ਮੇਰੀਆਂ ਲੱਤਾਂ ਕੰਬਦੀਆਂ ਹੁੰਦੀਆਂ ਸੀ ਕਿ ਹਾਏ ਮੈਂ ਕਿੱਦਾਂ ਬੋਲੂੰਗਾ, ਮੈਂ ਬੋਲਣਾ ਹੀ ਨਹੀਂ, ਉੱਠਣਾ ਹੀ ਨਹੀਂ। ਉਸ ਤੋਂ ਬਾਅਦ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਕਿ ਮੇਰੇ ਅੰਦਰ ਕੀ ਟੈਲੈਂਟ ਆ, ਬਟ ਜਿਵੇਂ ਮੈਂ ਗੱਲ ਕੀਤੀ ਤੁਹਾਡੇ ਨਾਲ ਕਿ ਗਾਈਡ ਟੀਚਰ, 10th ਤੋਂ ਬਾਅਦ ਕੁਛ ਅਧਿਆਪਕ ਅਜਿਹੇ ਮਿਲੇ ਕਿ ਜਿਨ੍ਹਾਂ ਨੇ ਦੱਸਿਆ ਵੀ ਤੇਰੇ ਅੰਦਰ ਟੈਲੈਂਟ ਆ, ਅਤੇ ਇੱਥੇ ਮੇਰੇ ਨਾਲ ਹੀ ਪੜ੍ਹਦੇ ਗਏ ਨੇ ਮੇਰੇ ਕਾਲਜ ਦੇ ਵਿੱਚ ਹੀ, ਅਤੇ ਉਹਨਾਂ ਨੇ ਅਤੇ ਮੇਰੀਆਂ ਪਰਫੋਰਮੈਂਸਿਸ ਵੀ ਦੇਖੀਆਂ ਅਤੇ ਉਹ ਸ਼ਾਇਦ ਵਧੀਆ ਬਿਆਨ ਕਰ ਦੇਣਗੇ ਕਿ, ਪਰ ਮੇਰੇ ਉੱਥੇ ਟੀਚਰਸ ਸੀਗੇ ਕਿ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਅਤੇ ਮੇਰੇ ਟੈਲੈਂਟ ਨੂੰ ਪਛਾਣਿਆ, ਅਤੇ ਉਸ ਤੋਂ ਬਾਅਦ ਉਹਨਾਂ ਅਧਿਆਪਕਾਂ ਦੀ ਬਦੌਲਤ ਅੱਜ ਤੱਕ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ ਹਾਂ ਵੀ ਮੈਂ ਕੋਈ ਸ਼ਾਇਦ ਸਟੂਡੈਂਟ ਸੀ। ਰੰਗਮੰਚ ਨਾਲ ਜੁੜਿਆ, ਸੰਗੀਤ ਦੇ ਨਾਲ ਜੁੜਿਆ, ਹੁਣ ਸ਼ਾਰਟ ਮੂਵੀਜ਼ ਕਰ ਰਿਹਾ, ਮਿਊਜ਼ੀਕਲ ਵੀਡੀਓਜ਼ ਮਿਊਜ਼ਿਕ ਪ੍ਰੋਡਕਸ਼ਨ ਦਾ ਕੰਮ ਕਰ ਰਿਹਾ, ਅਤੇ ਬਹੁਤ ਜਲਦ ਤੁਸੀਂ ਇੱਕ ਪਲੈਟਫਾਰਮ OTT ਆਪਣਾ ਚੌਪਾਲ ਦੇ ਵਿੱਚ ਦੋ ਮੂਵੀਜ਼ ਆ ਰਹੀਆਂ ਜੀ, ਉਹਨਾਂ ਦੇ ਵਿੱਚ ਵੋਇਸ ਓਵਰ ਮੇਰੇ ਦੁਆਰਾ ਕੀਤਾ ਗਿਆ ਹੋਇਆ, ਅਤੇ ਅਸੀਂ ਵੀ ਅੱਗੇ ਨਵਾਂ ਦਾ ਨਵਾਂ ਮੈਂ ਕੁਛ ਸਿੱਖਦਾ ਜਾਂਦਾ, ਉਹ ਚੀਜ਼ਾਂ ਮੈਂ ਕਰਦਾ ਜਾਂਦਾ, ਅਤੇ ਤੁਹਾਨੂੰ ਇੱਕ ਬਹੁਤ ਵਧੀਆ ਪਲੈਟਫਾਰਮ ਮਿਲਦਾ ਕਿ ਜਦੋਂ ਤੁਸੀਂ ਇਹ ਪਾਰਟੀਸਪੇਟ ਕਰਨ ਆਉਂਦੇ ਹੋ, ਅਤੇ ਜਿਵੇਂ ਮੈਮ ਨੇ ਕਿਹਾ ਵਾ ਕਿ ਇੱਕ ਗਰੁੱਪ ਬਣਾ ਦਿੱਤਾ, ਅਤੇ ਕਾਇੰਡਲੀ ਉਹਦੇ ਵਿੱਚ ਜੁੜੋ ਤਾਂ ਕਿ ਇੱਦਾਂ ਦੇ ਹੀ ਵਧੀਆ ਵਧੀਆ ਫੰਕਸ਼ਨਸ ਇਹ ਹੁੰਦੇ ਰਹਿਣੇ ਨੇ, ਕਿਉਂਕਿ ਮੈਡਮ ਦੇ ਮੈਂ ਜਸਪ੍ਰੀਤ ਜੀ ਦੁਆਰਾ ਦੇਖਦਾ ਰਹਿੰਦਾ ਫੰਕਸ਼ਨਸ ਬਹੁਤ ਸਾਰੇ, ਚਾਹੇ ਉਹ ਸਾਵਣ ਕਵੀ ਦਰਬਾਰ ਹੋਵੇ ਜਾਂ ਰੰਗਮੰਚ ਦੀ ਕੋਈ ਇਹਨਾਂ ਨੇ ਪਿਛਲੇ ਸਾਲ ਕਰਵਾਈ ਸੀ ਇੱਕ ਵਰਕਸ਼ਾਪ ਕਰਵਾਈ ਸੀਗੀ, ਉਹ ਬਹੁਤ ਵਧੀਆ ਸੀ, ਅਤੇ ਉੱਥੇ ਬੱਚਿਓ ਤੁਹਾਨੂੰ ਦੇਖੋ ਕੁਝ ਨਵਾਂ ਸਿੱਖਣ ਨੂੰ ਮਿਲੂਗਾ, ਅਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਸਟੇਜ ਮਿਲੂਗੀ। ਅਸੀਂ ਕਈ ਵਾਰੀ ਇੱਕ ਸਟੇਜ ਤੋਂ ਰਹਿ ਜਾਂਦੇ ਹਾਂ ਕਿ ਸਾਨੂੰ ਸਟੇਜ ਨਹੀਂ ਮਿਲਦੀ, ਕਿ ਸਾਨੂੰ ਸਟੇਜ ਮੈਮ ਨੇ ਦਵਾ ਦੇਣੀ ਆ, ਤੁਹਾਨੂੰ ਜ਼ਿੰਦਗੀ 'ਚ ਅੱਗੇ ਵਧਣ ਦਾ ਮੌਕਾ ਮਿਲਣਾ, ਪੜ੍ਹਾਈ ਦੇ ਨਾਲ ਨਾਲ ਇਹ ਐਕਟੀਵਿਟੀਜ਼ ਜਿਹੜੀਆਂ ਨੇ ਇਹ ਤੁਹਾਨੂੰ ਬੂਸਟ ਕਰਦੀਆਂ ਨੇ। ਉਹਦੀ ਛੋਟੀ ਜੀ ਮੈਂ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ, ਉਹ ਬੂਸਟ ਕਿਵੇਂ ਕਰਦੀਆਂ ਨੇ, ਅਤੇ ਕਾਲਜ ਵਿੱਚ ਪੜ੍ਹਦੇ ਹਾਂ, ਐਕਟੀਵਿਟੀਜ਼ ਦੇ ਵਿੱਚ ਥੋੜ੍ਹੀ ਥੋੜ੍ਹੀ ਮੁਹਾਰਤ ਹਾਸਲ ਹੋਣੀ ਸ਼ੁਰੂ ਹੋ ਗਈ, ਅਤੇ ਉਹਦੇ ਨਾਲ ਦੇ ਨਾਲ ਸਾਡੀ ਸਟੱਡੀ ਵੀ ਇੰਪਰੂਵ ਹੋਣ ਲੱਗ ਪਈ ਕਿ ਪਤਾ ਲੱਗਿਆ ਵੀ ਜੇ ਪੜ੍ਹਾਂਗੇ ਤਾਂ ਹੋਰ ਪਰਫੋਰਮ ਕਰਾਂਗੇ। ਫਿਰ ਗ੍ਰੈਜੂਏਸ਼ਨ ਕੀਤੀ, ਗ੍ਰੈਜੂਏਸ਼ਨ ਤੋਂ ਬਾਅਦ ਅਲੱਗ ਅਲੱਗ ਕਾਲਜਾਂ 'ਚ ਜਾ ਕੇ ਸੋਚਿਆ ਫਲਾਣੇ ਕਾਲਜ 'ਚ ਐਡਮਿਸ਼ਨ ਲੈਣਾ, ਫਲਾਣੇ 'ਚ ਲੈ ਲਵਾਂ। ਜਦੋਂ ਉੱਥੇ ਗਏ ਉਹਨਾਂ ਨੇ ਕਿਹਾ ਵੀ ਅਸੀਂ ਆਡੀਸ਼ਨ ਲੈਣਾ, ਪਹਿਲਾਂ ਆਡੀਸ਼ਨ ਦਿਓ। ਜਦੋਂ ਆਡੀਸ਼ਨ ਦਿੱਤਾ, ਜਿਹੜੀ ਮਰਜ਼ੀ ਪੜ੍ਹਾਈ ਸਾਡੇ ਕੋਲ ਕਰੋ, ਫਰੀ ਆਫ ਕੋਸਟ ਆ ਜੀ, ਬਟ ਸਾਡੇ ਲਈ ਤੁਸੀਂ ਪਰਫੋਰਮ ਕਰੋਗੇ। ਅਤੇ ਪਰਫੋਰਮ ਕਰਨ ਲਈ ਕੀ ਕਰਨਾ ਪੈਣਾ, ਦੋਨੋਂ ਬੰਦੇ ਮਿਹਨਤ ਕਰਨੀ ਪੈਣੀ, ਪੜ੍ਹਾਈ ਵੀ ਕਰਨੀ ਪੈਣੀ ਆ, ਅਤੇ ਜਿਹੜੀ ਐਕਟੀਵਿਟੀ ਤੁਸੀਂ ਕਰਦੇ ਹੋ ਉਹ ਵੀ ਕਰਨੀ ਪੈਣੀ ਆ। ਜੇ ਅਸੀਂ ਕਹਿ ਲਈਏ ਕਿ ਮੈਂ ਇਕੱਲੀ ਐਕਟੀਵਿਟੀ ਨੂੰ ਅੱਗੇ ਲੈ ਕੇ ਤੁਰ ਪਵਾਂ, ਨਹੀਂ। ਮੇਰੇ ਕੋਲ ਬੱਚੇ ਮਿਊਜ਼ਿਕ ਸਿੱਖਣ ਆਉਂਦੇ ਨੇ, ਮੇਰੀ ਸਭ ਤੋਂ ਪਹਿਲੀ ਸ਼ਰਤ ਇਹ ਹੁੰਦੀ ਆ, ਜੇ ਤੂੰ ਸਟੱਡੀ 'ਚ ਪਿੱਛੇ ਆ ਤਾਂ ਫਿਰ ਮੇਰੇ ਕੋਲ ਸਿੱਖਣਾ ਹੈ, ਕਿਉਂ? ਮੈਂ ਕਿਹਾ ਮੈਂ ਪੜ੍ਹਾਈ ਦਾ ਕਰਕੇ ਹੀ ਅੱਗੇ ਦੀ ਅੱਗੇ ਆਇਆ, ਇਹ ਐਕਟੀਵਿਟੀਜ਼ ਕਰਕੇ, ਐਕਟੀਵਿਟੀਜ਼ ਪੜ੍ਹਾਈ ਨੇ ਮੈਨੂੰ ਦਿੱਤੀਆਂ, ਜੇ ਮੈਂ ਨਾ ਪੜ੍ਹਦਾ ਤਾਂ ਸ਼ਾਇਦ ਮੇਰੇ ਐਕਟੀਵਿਟੀਜ਼ ਨਾ ਹੁੰਦੀਆਂ। ਕਾਲਜਿਸ ਦੇ ਵਿੱਚ ਜਾਣਾ, ਇੰਟਰਵਰਸਿਟੀ ਯੂਨੀਵਰਸਿਟੀ ਗਿਆ, ਨੈਸ਼ਨਲ ਗਿਆ, ਉਹ ਕਿੱਥੋਂ? ਜੇ ਪੜ੍ਹਦਾ ਸੀ ਤਾਂ ਹੀ ਗਿਆ, ਜੇ ਮੈਂ ਨਾ ਪੜ੍ਹਦਾ ਤਾਂ ਸ਼ਾਇਦ ਮੈਂ ਕਿਤੇ ਪਰਫੋਰਮ ਵੀ ਨਾ ਕਰ ਪਾਉਂਦਾ। ਤਾਂ ਉਹ ਮੋਟੀਵੇਟ ਕਰਦੀਆਂ ਰਹੀਆਂ ਚੀਜ਼ਾਂ, ਸ਼ਾਇਦ ਦੀਆਂ ਲਾਈਨਾਂ ਨੇ, ਜੇ ਕੁਝ ਲੋਚੇ ਮਨ ਵਿੱਚ ਸੱਜਣਾ ਉੱਦਮ ਕਰੀ ਜ਼ਰੂਰ, ਜੇ ਕੁਝ ਲੋਚੇ ਮਨ ਵਿੱਚ ਸੱਜਣਾ ਉੱਦਮ ਕਰੀ ਜ਼ਰੂਰ, ਬਿਨ ਉੱਦਮ ਹੱਥ ਸੱਖਣੇ ਰਹਿ ਸਨ।
ਉਦਮ ਠੀਕ ਭਰਪੂਰ ਬਿਨਾਂ ਉਦਮ ਹੱਥ ਉਦਮ ਦਾ ਕਰਨਾ ਹੀ ਪੈਣਾ, ਮਿਹਨਤ ਤਾਂ ਕਰਨੀ ਹੀ ਪੈਣੀ ਆ, ਜੇ ਮਿਹਨਤ ਕਰੇਗਾ ਤੇ ਫਿਰ ਹੀ ਅੱਗੇ ਵਧੇਗਾ। ਸੋ ਸਾਰੇ ਵਿਦਿਆਰਥੀਆਂ ਨੂੰ ਮੇਰੀ ਇੱਕ ਬੇਨਤੀ ਆ, ਹਦਾਇਤ ਆ ਕਿ ਵੀ ਆਪਣੇ ਫੀਲਡ ਦੇ ਵਿੱਚ ਮਿਹਨਤ ਕਰਦੇ ਰਹੋ। ਫਸਟ ਪ੍ਰੈਫਰੈਂਸ ਤੁਹਾਡੀ ਸਟੱਡੀ, ਸੈਕਿੰਡ ਪ੍ਰੈਫਰੈਂਸ ਤੁਹਾਡੀ ਐਕਟੀਵਿਟੀ, ਕੋਈ ਵੀ ਹੋ ਸਕਦੀ ਆ, ਉਹ ਤੁਸੀਂ ਮਿਊਜ਼ਿਕ ਦੇ ਵਿੱਚੋਂ, ਡਾਂਸ ਦੇ ਵਿੱਚੋਂ, ਡਰਾਮਾ ਦੇ ਵਿੱਚੋਂ, ਪੇਂਟਿੰਗ ਦੇ ਵਿੱਚੋਂ, ਤੁਸੀਂ ਇਹਨੂੰ ਬੂਸਟ ਕਰਦੇ ਰਹੋ, ਅਪਣਾ ਕੇ ਦੇਖੋ। ਤੁਹਾਡੀ ਪੜ੍ਹਾਈ ਦੇ ਵਿੱਚ ਜਿਹੜੀ ਆਪਾਂ ਕਹਿ ਸਕਦੇ ਕੰਸਟਰੇਸ਼ਨ ਪਾਵਰ ਵੱਧ ਜਾਂਦੀ ਆ, ਕਿਸੇ ਵੀ ਚੀਜ਼ ਨੂੰ ਅਡੋਪਟ ਕਰਨ ਦੀ ਪਾਵਰ ਵੱਧ ਜਾਂਦੀ ਆ ਜਦੋਂ ਕਦੀ ਅਸੀਂ ਕੋਈ ਐਕਟੀਵਿਟੀ ਕਰਦੇ ਹਾਂ। ਐਕਟੀਵਿਟੀਜ਼ ਨੇ ਮੈਨੂੰ ਅੱਗੇ ਅੱਗੇ ਪੜ੍ਹਨ ਦਾ ਮੌਕਾ ਦਿੱਤਾ। ਪੋਸਟ ਗ੍ਰੈਜੂਏਸ਼ਨ ਪੰਜਾਬੀ ਦੇ ਵਿੱਚ ਕੀਤੀ, ਹਿਸਟਰੀ ਦੇ ਵਿੱਚ ਕੀਤੀ, ਮਿਊਜ਼ਿਕ ਦੇ ਵਿੱਚ ਕੀਤੀ, ਐਮ ਐਸ ਸੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਕੀਤੀ। ਕਦੇ ਨਹੀਂ ਕੀਤੀ ਸਿਰਫ ਚਸਕਾ ਸੀ ਕਿ ਮੈਨੂੰ ਇਹਨਾਂ ਨੇ ਸਟੇਜ ਦੇਣੀ ਆ, ਮੈਂ ਕਾਲਜ 'ਚ ਪੜ੍ਹਦਾ ਰਹਾਂ ਅਤੇ ਇਹਨਾਂ ਨੇ ਮੈਨੂੰ ਸਟੇਜ ਦਿੰਦੇ ਰਹਿਣਾ, ਅਦਰਵਾਈਜ਼ ਮੇਰੇ ਕੋਲ ਮੌਕਾ ਨਹੀਂ ਸੀ ਸਟੇਜ ਲੈਣ ਦਾ। ਠੀਕ ਹੈ ਜੀ, ਪੜ੍ਹਦੇ ਰਹੇ ਅਤੇ ਬਹੁਤ ਸਾਰੀਆਂ ਸਟੇਜਾਂ 'ਚ ਪਰਫੋਰਮ ਕੀਤਾ, ਬੜਾ ਕੁਝ ਸਿੱਖਣ ਨੂੰ ਮਿਲਿਆ। ਸੋ ਬਹੁਤ ਵਧੀਆ ਲੱਗਾ ਇੱਥੇ ਆ ਕੇ ਕਿ ਮੈਮ ਇਹ ਈਵੈਂਟਸ ਕਿੱਦਾਂ ਹੀ ਕਰਵਾਉਂਦੇ ਰਹੋ, ਕਿਉਂਕਿ ਆਪਾਂ ਮਿਆਦ ਹੋਰ ਉੱਚਾ ਲੈ ਕੇ ਜਾਣਾ ਅਤੇ ਤੁਸੀਂ ਇਸ ਨੂੰ ਅੱਗੇ ਵੱਲ ਤੋਰਿਆ। ਬਹੁਤ ਬਹੁਤ ਧੰਨਵਾਦ। ਸੋ ਜਦੋਂ ਮੈਂ ਸਥਾਨ ਦੇਖਿਆ ਤਾਂ ਫਿਰ ਮੈਨੂੰ ਹੋਰ ਜ਼ਿਆਦਾ ਖੁਸ਼ੀ ਹੋਈ, ਕਿਉਂਕਿ ਇਹ ਸਕੂਲ ਹਮੇਸ਼ਾ ਮੈਨੂੰ ਆਪਣਾ ਦੂਸਰਾ ਘਰ ਲੱਗਦਾ ਹੁੰਦਾ। ਮੈਂ ਇਸ ਸਕੂਲ ਦੇ ਨਾਲ, ਮੈਂ ਅੱਜ ਸਵੇਰੇ ਵੀ ਦੱਸ ਰਿਹਾ ਸੀ ਮੈਮ ਨੂੰ ਕਿ ਮੈਂ ਆਪਣੇ ਵਿਆਹ ਤੋਂ ਵੀ ਪਹਿਲਾਂ ਦਾ ਜੁੜਿਆ ਹੋਇਆ, ਔਰ ਇਹ 1996 ਦੀ ਗੱਲ ਹੈ। 1996 ਦੇ ਵਿੱਚ ਸਾਲਾਨਾ ਸਮਾਗਮ ਸੀ ਇਹਨਾਂ ਦੇ ਸਕੂਲ ਦਾ, ਤਾਂ ਉੱਥੇ ਨਾਟਕ ਇਹਨਾਂ ਨੇ ਤਿਆਰ ਕਰਵਾਇਆ ਸੀ ਚਿੜੀ ਦੇ ਕਾਂ, ਅਤੇ ਮੈਂ ਉਸ ਚਿੜੀ ਦੇ ਕਾਂ ਨੂੰ ਥੋੜ੍ਹਾ ਜਿਹਾ ਉਹਦੇ ਲਈ ਬੱਚਿਆਂ ਨੂੰ ਗਾਈਡ ਕਰਨ ਲਈ ਇੱਥੇ ਆਇਆ। ਔਰ ਮੈਂ ਵਾਕਈ ਮੈਂ ਸਾਰੇ ਸਕੂਲ ਨੂੰ ਆਪਣੀਆਂ ਨਜ਼ਰਾਂ ਸਾਹਮਣੇ ਉਦੋਂ ਤੋਂ ਹੁਣ ਤੱਕ ਜਿਸ ਸਟੇਜ 'ਤੇ ਪਹੁੰਚਿਆ ਮੈਂ ਦੇਖਿਆ। ਸੋ ਮੇਰੀ ਵਾਈਫ ਉਸ ਤੋਂ ਪਹਿਲਾਂ ਵੀ ਇੱਥੇ ਇਹਦੇ ਨਾਲ ਜੁੜੀ ਹੋਈ ਹੈ, ਮੇਰੀ ਬੇਟੀ ਜਿਹੜੀ ਹੈ ਉਹ ਇਸ ਸਕੂਲ ਦੀ ਸਟੂਡੈਂਟ ਹੈ, ਔਰ ਇੱਥੋਂ ਹੀ ਉਹਨੇ And she is a gold medalist, a very proud student, and I was very proud of her, always. So, isliye is school mein vich aana hamesha hi mere layi bahut sahaj cheez hundi hai, koi aisi cheez nahi hai jis ton mainu trapakna pave ya disturb mehsoos hona karna pave, pareshan hona pave, sab mainu hamesha khushi hundi hai jadon vi main is school de vich aunda, aur ਇਸ ਮੁਕਾਬਲੇ ਦੇ ਨਾਲ ਜੁੜਨ ਦਾ ਹੋਰ ਵੀ ਖੁਸ਼ੀ ਦੀ ਗੱਲ ਹੋਰ ਵੀ ਇਸ ਲਈ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਬੜਾ ਨੋਬਲ ਕਾਜ ਹੈ। ਅੱਜ ਦਾ ਸਮਾਂ ਇਸ ਤਰ੍ਹਾਂ ਦਾ ਹੈ ਜਦੋਂ ਅਸੀਂ ਪਦਾਰਥ ਬਾਰੇ ਜ਼ਿਆਦਾ ਸੋਚਣ ਲੱਗ ਪਏ ਹਾਂ, ਵਸਤੂਆਂ ਬਾਰੇ ਜ਼ਿਆਦਾ ਸੋਚਣ ਲੱਗ ਪਏ, ਲੇਕਿਨ ਅੱਜ ਦੇ ਮੁਕਾਬਲਿਆਂ ਦਾ ਜੋ ਸਰੋਕਾਰ ਹੈ ਉਹ ਵਸਤੂਆਂ ਦਾ ਨਹੀਂ ਹੈ, ਉਹ ਸਾਹਿਤ ਦਾ ਹੈ। ਸਾਹਿਤ ਜਾਂ ਸ਼ਬਦ ਸਿਰਜਣਾ ਆਪਣੇ ਆਪ ਦੇ ਵਿੱਚ ਇੱਕ ਆਤਮਿਕ ਗੱਲ ਹੁੰਦੀ ਹੈ, ਇੱਕ ਰੂਹਾਨੀ ਗੱਲ ਹੁੰਦੀ ਹੈ। ਮੈਂ ਇਸ ਨੂੰ ਮਜ਼ਹਬ ਜਾਂ ਉਹਨਾਂ ਸਾਰੀਆਂ ਚੀਜ਼ਾਂ ਨਾਲ ਨਹੀਂ ਜੋੜਦਾ, ਲੇਕਿਨ
ਉਸ ਤੋਂ ਵੱਖਰਾ ਇੱਕ ਜੋ ਮਨੁੱਖ ਹੋਣ ਦਾ ਇੱਕ ਆਭਾ ਮੰਡਲ ਹੈ ਅਸਲ ਦੇ ਵਿੱਚ। ਉਹ ਆਭਾ ਮੰਡਲ ਇਸੇ ਲਈ ਬਣਦਾ ਕਿਉਂਕਿ ਮਨੁੱਖ ਸਾਹਿਤ ਸਿਰਜਣਾ ਕਰਦਾ। ਦੁਨੀਆਂ ਵਿੱਚ ਹੋਰ ਕੋਈ ਵੀ ਪ੍ਰਾਣੀ ਜਿਹੜਾ ਹੈ ਉਹ ਸਾਹਿਤ ਦੀ ਸਿਰਜਣਾ ਨਹੀਂ ਕਰਦਾ। ਜਿਸ ਤਰ੍ਹਾਂ ਦੀ ਭਾਸ਼ਾ ਜਾਂ ਜ਼ੁਬਾਨ ਮਨੁੱਖ ਕੋਲ ਹੈ, ਉਹ ਜ਼ੁਬਾਨ ਜਾਂ ਭਾਸ਼ਾ ਹੋਰ ਕਿਸੇ ਪ੍ਰਾਣੀ ਕੋਲ ਨਹੀਂ ਹੈ। ਹੋਰਨਾਂ ਪ੍ਰਾਣੀਆਂ ਕੋਲ ਵੀ ਜ਼ੁਬਾਨ ਹੈ ਉਹਨਾਂ ਦੀ ਆਪਣੀ, ਲੇਕਿਨ ਬਹੁਤ ਸੀਮਤ ਹੈ। ਸਭ ਤੋਂ ਵੱਧ ਵਿਕਸਿਤ ਜੇ ਕਿਸੇ ਨੇ ਆਪਣੀ ਜ਼ੁਬਾਨ ਨੂੰ ਕੀਤਾ ਤਾਂ ਉਹ ਮਨੁੱਖ ਨੇ ਕੀਤਾ। ਔਰ ਜ਼ੁਬਾਨ ਨੂੰ ਵਿਕਸਿਤ ਕਰਨ ਦੇ ਵਿੱਚ ਸਾਹਿਤ ਦਾ ਰੋਲ ਵੱਡਾ ਇਸ ਲਈ ਹੈ ਕਿਉਂਕਿ ਸਾਹਿਤ ਆਪਣੇ ਆਪ ਦੇ ਵਿੱਚ ਇੱਕ ਨਵੀਂ ਇੱਕ ਮੌਲਿਕ ਚੀਜ਼ ਹੁੰਦੀ ਹੈ। ਅੱਜ ਅਸੀਂ ਸਾਹਿਤ ਸਿਰਜਣਾ ਮੁਕਾਬਲੇ ਇੱਥੇ ਕਰਵਾ ਰਹੇ ਹਾਂ। ਸਵਾਲ ਇਹੀ ਹੈ ਕਿ ਸਾਹਿਤ ਕਿਵੇਂ ਆਮ ਜ਼ੁਬਾਨ ਨਾਲੋਂ ਵੱਖਰੀ ਚੀਜ਼ ਹੁੰਦਾ। ਜਦੋਂ ਮੈਂ ਜੱਜਮੈਂਟ ਕਰ ਰਿਹਾ ਸਾਂ ਬੱਚਿਆਂ ਨੇ ਜੋ ਸਾਹਿਤ ਸਿਰਜਿਆ, ਜਦੋਂ ਮੈਂ ਉਹ ਪੜ੍ਹ ਰਿਹਾ ਸਾਂ ਤਾਂ ਮੇਰੇ ਮਨ ਦੇ ਵਿੱਚ ਇਹੀ ਚੱਲ ਰਿਹਾ ਸੀ ਕਿ ਕੀ ਜੋ ਵੀ ਬੱਚਿਆਂ ਨੇ ਲਿਖਿਆ ਹੋਇਆ ਇਹ ਸਾਹਿਤ ਦੀ ਕਸੌਟੀ ਉੱਤੇ ਪੂਰਾ ਉਤਰਦਾ ਜਾਂ ਨਹੀਂ ਉਤਰਦਾ। ਜਦੋਂ ਅਸੀਂ ਇੱਕ ਆਮ ਅਖਬਾਰ ਪੜ੍ਹਦੇ ਹਾਂ, ਜਦੋਂ ਅਸੀਂ ਇੱਕ ਖਬਰ ਪੜ੍ਹਦੇ ਹਾਂ ਤਾਂ ਉਹ ਖਬਰ ਸਾਹਿਤ ਨਹੀਂ ਹੁੰਦੀ। ਉਸ ਖਬਰ ਦੀ ਉਮਰ ਓਨੀ ਹੁੰਦੀ ਹੈ ਜਦੋਂ ਤੱਕ ਅਸੀਂ ਉਸਨੂੰ ਪੜ੍ਹ ਨਾ ਲਿਆ ਹੋਵੇ ਜਾਂ ਉਸਨੂੰ ਸੁਣ ਨਾ ਲਿਆ ਹੋਵੇ। ਲੇਕਿਨ ਜਦੋਂ ਸ਼ਬਦ ਸਾਹਿਤ ਵਿੱਚ ਵੜ ਜਾਂਦੇ ਹੈ ਤਾਂ ਉਹਦੀ ਉਮਰ ਜਿਹੜੀ ਹੈ ਉਹ ਸੀਮਤ ਨਹੀਂ ਰਹਿੰਦੀ, ਉਹਦੀ ਉਮਰ ਲੰਬੀ ਹੁੰਦੀ ਰਹਿੰਦੀ ਹੈ। ਔਰ ਉਹ ਸਾਹਿਤ, ਉਹ ਸ਼ਬਦ ਆਪਣੇ ਅਰਥ ਲਗਾਤਾਰ ਜਦੋਂ ਅਸੀਂ ਕਹਿੰਦੇ ਹਾਂ ਕਿ ਸਸਪੈਂਡ ਕਰਦੇ ਰਹਿੰਦੇ ਆ, ਸਸਪੈਂਸ਼ਨ ਜਿਹੜੀ ਸ਼ਬਦਾਂ ਦੀ ਹੈ ਉਹ ਹੁੰਦੀ ਰਹਿੰਦੀ ਹੈ। ਔਰ ਇਸੇ ਲਈ ਜਦੋਂ ਵੀ ਅਸੀਂ ਦੁਬਾਰਾ ਕਦੇ ਕਿਸੇ ਵੀ ਸਮੇਂ ਉਸ ਸਾਹਿਤ ਨੂੰ ਜੇ ਪੜ੍ਹਦੇ ਹਾਂ ਤਾਂ ਉਹ ਸਾਹਿਤ ਸਾਨੂੰ ਓਨਾ ਹੀ ਅਰਥ ਪੂਰਨ ਫਿਰ ਲੱਗ ਰਿਹਾ ਹੁੰਦਾ ਕਿਉਂਕਿ ਉਹਦੇ ਵਿੱਚ ਕੁੱਝ ਨਾ ਕੁੱਝ ਅਜਿਹੇ ਅਰਥ ਅਜੇ ਵੀ ਬਚੇ ਹੋਏ ਹੁੰਦੇ ਆ ਜਿਹੜੇ ਸ਼ਾਇਦ ਉਦੋਂ ਵੀ ਪੂਰੇ ਸਾਹਮਣੇ ਨਹੀਂ ਆਉਂਦੇ, ਉਸਦੇ ਅੱਗੇ ਭਵਿੱਖ ਦੇ ਵਿੱਚ ਸਾਹਮਣੇ ਆਉਣਾ ਹੁੰਦਾ। ਇਸ ਲਈ ਅਸੀਂ ਵਾਰ ਵਾਰ ਜਿਹੜੇ ਸਾਰੇ ਸਾਹਿਤਕਾਰਾਂ ਦੇ ਨਾਮ ਇੱਥੇ ਲਿਖੇ ਹੈ ਤੇ ਵੱਡੇ ਸਾਹਿਤਕਾਰ ਇਸੇ ਲਈ। ਅੱਜ ਅਸੀਂ ਬਾਬਾ ਫਰੀਦ ਨੂੰ ਪੜ੍ਹਦੇ ਹਾਂ ਤਾਂ ਅੱਜ ਅਸੀਂ ਬਿਲਕੁਲ ਨਵੇਂ ਤਰੀਕੇ ਨਾਲ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ, ਉਹਦੇ ਵਿੱਚੋਂ ਨਵੇਂ ਅਰਥ ਸਾਡੇ ਤੱਕ ਪਹੁੰਚਦੇ ਨੇ। ਮੈਂ ਜਿਹੜੀਆਂ ਅੱਜ ਬਹੁਤ ਸਾਰੀਆਂ 17 ਕਵਿਤਾ ਦੀਆਂ ਤੁਹਾਡੇ ਸਾਹਮਣੇ ਦੁਬਾਰਾ ਤੁਹਾਡੇ ਸਾਹਮਣੇ ਪੇਸ਼ ਕੀਤੀਆਂ। ਜਦੋਂ ਉਹਨਾਂ ਬੱਚਿਆਂ ਨੇ ਉਹ 17 ਸੁਣਾਈਆਂ ਉਦੋਂ ਵੀ ਅਸੀਂ ਉਹਨਾਂ ਦੇ ਕੁਝ ਅਰਥ ਲਏ, ਜਦੋਂ ਮੈਮ ਨੇ ਉਸ ਤੋਂ ਬਾਅਦ ਫਿਰ ਦੁਬਾਰਾ ਸੁਣਾਇਆ ਹੋਰ ਨਵੇਂ ਅਰਥ ਉਹਨਾਂ ਨੇ ਸਾਡੇ ਤੱਕ ਪਹੁੰਚਾਏ। ਸੋ ਇਸ ਤਰੀਕੇ ਨਾਲ ਇੱਕ ਅਸੀਮਤ ਅਰਥਾਂ ਦੀ ਦੁਨੀਆ ਜਿਹੜੀ ਹੈ ਅਸਲ ਦੇ ਵਿੱਚ ਸਾਹਿਤ ਉਹਨਾਂ ਨੂੰ ਸਿਰਜਦਾ ਹੈ। ਉਹ ਅਰਥ ਕਦੀ ਜਿੱਥੇ ਅਰਥ ਖਤਮ ਹੋ ਜਾਂਦੇ ਹੈ ਉੱਥੇ ਸਾਹਿਤ ਵੀ ਖਤਮ ਹੋ ਜਾਂਦਾ। ਇਹ ਬੱਚੇ ਬਿਲਕੁਲ ਅਜੇ ਉਸ ਸਟੇਜ ਉੱਤੇ ਨਹੀਂ ਹੈ ਜਿਸ ਸਟੇਜ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡਾ ਸਾਹਿਤਕਾਰ ਖੜਾ ਹੁੰਦਾ ਹੈ। ਲੇਕਿਨ ਅੱਜ ਜਦੋਂ ਮੈਂ ਪੜ੍ਹ ਰਿਹਾ ਸਾਂ ਤਾਂ ਮੈਂ ਇਹਨਾਂ ਦੀਆਂ ਰਚਨਾਵਾਂ ਵਿੱਚੋਂ ਉਹੀ ਬੀਜ ਲੱਭ ਰਿਹਾ ਸਾਂ ਕਿ ਕਿੱਥੇ ਕਿੱਥੇ ਉਹ ਬੀਜ ਪਏ ਨੇ ਜਿਹਨਾਂ ਬੀਜਾਂ ਦੇ ਅੱਗੇ ਭਵਿੱਖ ਦੇ ਵਿੱਚ ਇੱਕ ਵੱਡੇ ਬਿਰਗ ਬਣਨ ਦੀਆਂ ਸੰਭਾਵਨਾਵਾਂ ਨੇ। ਸੋ ਉਹਨਾਂ ਕੁਝ ਬੀਜਾਂ ਨੂੰ ਹੀ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤਾ, ਲਿਆ ਕੱਢ ਕੇ ਦਿੱਤਾ। ਮਜਬੂਰੀ ਇਹ ਸੀ, ਵਿਭਾਗ ਦੀ ਭਾਸ਼ਾ ਵਿਭਾਗ ਨੇ ਕਿਹਾ ਹੋਇਆ ਸੀ ਕਿ ਹਰ ਇੱਕ ਵਰਗੀ ਦੇ ਵਿੱਚ ਸਿਰਫ 3 ਇਨਾਮ ਹੀ ਨੇ, 3 ਸਥਾਨ ਹੀ ਨੇ, ਫਸਟ ਸੈਕਿੰਡ ਤੇ ਥਰਡ। ਹਾਲਾਂਕਿ ਮੈਂ ਪੁੱਛਿਆ ਵੀ ਕਿ ਕਿਤੇ ਅਸੀਂ ਜੁਆਇਨ ਕਰ ਸਕਦੇ ਹਾਂ, ਵੱਧ ਕਰ ਸਕਦੇ ਹਾਂ, ਪਰ ਉਹਨਾਂ ਕਿਹਾ ਕਿ ਨਹੀਂ, ਸਾਡੇ ਵਿਭਾਗ ਦੀਆਂ ਜੋ ਡਾਇਰੈਕਸ਼ਨ ਨੇ ਉਹਦੇ ਅਨੁਸਾਰ ਨਹੀਂ ਹੋ ਸਕਦਾ। ਸੋ ਇਸ ਕਰਕੇ ਮੈਂ 3-3 ਵਿਦਿਆਰਥੀਆਂ ਦੇ ਤਾਂ ਨਾਮ ਲੈਣੇ ਨੇ, ਲੇਕਿਨ ਇਸ ਤੋਂ ਬਿਨਾਂ ਵੀ ਕੁਝ ਹੋਰ ਵਿਦਿਆਰਥੀ ਸਨ, ਉਹਨਾਂ ਦੇ ਅੰਦਰ ਵੀ ਮੈਨੂੰ ਉਹ ਬੀਜ ਜਿਹੜੇ ਨੇ ਉਸੇ ਤਰ੍ਹਾਂ ਨਜ਼ਰ ਆਏ। ਮੈਂ ਬੰਦਗੀ ਵਾਈਜ਼ ਹੀ ਗੱਲ ਕਰਾਂਗਾ ਕਿ ਕਵਿਤਾ ਸਿਰਜਣ ਮੁਕਾਬਲਾ ਸੀ। ਕਵਿਤਾ ਕੀ ਹੁੰਦੀ ਹੈ ਕਿ ਅਸੀਂ ਜੋ ਸਭ ਤੋਂ ਸੋਹਣੀ ਗੱਲ ਜੋ ਹੈ
ਉਸਨੂੰ ਸਭ ਤੋਂ ਸੋਹਣੀਆਂ ਸੋਹਣੇ ਸ਼ਬਦਾਂ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਤਾਂ ਉਹ ਕਵਿਤਾ ਬਣ ਜਾਂਦੀ ਹੈ। ਸੋ ਜਿਹੜਾ ਸੁਹੱਪਣ ਹੈ, ਜਿਹੜੀ ਅਸਥੈਟਿਕਸ ਹੈ, ਜਿਹੜੀ ਸੁੰਦਰਤਾ ਹੈ, ਉਹ ਸਾਰਾ ਕੁਝ ਅਸਲ 'ਚ ਭਾਸ਼ਾ ਦੇ ਵਿੱਚ ਜਦੋਂ ਸਾਹਮਣੇ ਆਉਂਦਾ ਹੈ, ਸਭ ਤੋਂ ਸੋਹਣੀ ਜਿਹੜੀ ਚੀਜ਼ ਆਉਂਦੀ ਹੈ ਤਾਂ ਉਹ ਕਵਿਤਾ ਬਣ ਜਾਂਦੀ ਹੈ। ਔਰ ਕਵਿਤਾ ਆਮ ਤੌਰ 'ਤੇ ਜਜ਼ਬਿਆਂ ਦੀ ਗੱਲ ਕਰਦੀ ਹੈ, ਜਿਹਦੇ ਵਿੱਚ ਜਜ਼ਬੇ ਭਾਵ ਹੁੰਦੇ ਨੇ, ਅਸੀਂ ਆਪਣੀਆਂ ਭਾਵਨਾਵਾਂ ਦੀ ਗੱਲ ਕਰਦੇ ਹਾਂ। ਸੋ ਇੱਥੇ ਜਿਹੜਾ ਵਿਦਿਆਰਥੀਆਂ ਨੇ ਵਿਦਿਆਰਥਣਾਂ ਨੇ ਕੁਝ ਕਵਿਤਾਵਾਂ ਲਿਖੀਆਂ, ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਕਿ ਸਾਰਿਆਂ ਕੋਲ ਘੱਟੋ ਘੱਟ ਇੱਕ ਰਿਦਮ ਜਿਹੜਾ ਸ਼ਬਦਾਂ ਦਾ ਹੈ ਉਹ ਮੌਜੂਦ ਸੀ। ਉਹਨਾਂ ਨੇ ਜੋ ਵੀ ਲਿਖਿਆ ਇੱਕ ਰਿਦਮ ਦੇ ਵਿੱਚ ਲਿਖਿਆ, ਔਰ ਕਿਤੇ ਕਿਤੇ ਹੋ ਸਕਦਾ ਕਿਤੇ ਟੁੱਟਦਾ ਵੀ ਹੋਏਗਾ ਉਹ ਰਿਦਮ, ਲੇਕਿਨ ਉਸ ਰਿਦਮ ਨੂੰ ਅੱਗੇ ਹੋਰ ਉਸ ਉੱਪਰ ਪਕੜ ਬਣਾਉਣ ਦੀ ਉਹਨਾਂ ਕੋਲ ਪੂਰੀ ਸਮਰੱਥਾ ਸੀ। ਸੋ ਉਹਨਾਂ ਵਿੱਚੋਂ ਜਿਹੜੇ ਤਿੰਨ ਵਿਦਿਆਰਥੀ ਜਿਹਨਾਂ ਨੇ ਅੱਜ ਪੁਜ਼ੀਸ਼ਨ ਹਾਸਲ ਕੀਤੀਆਂ ਨੇ, ਸੋ ਉਹਨਾਂ ਦਾ ਮੈਂ ਨਾਮ ਲਵਾਂਗਾ। ਉਹਨਾਂ 'ਚ ਤੀਸਰਾ ਸਥਾਨ ਜਿਹੜਾ ਹੈ ਉਹ ਹੈ ਗੁਰਨੂਰ ਢਿੱਲੋਂ, ਕੈਂਬਰਿਜ ਇੰਟਰਨੈਸ਼ਨਲ ਸਕੂਲ ਕਪੂਰਥਲਾ। ਇਹਨਾਂ ਦਾ ਤੀਸਰਾ ਸਥਾਨ ਹੈ। ਦੂਸਰਾ ਸਥਾਨ ਗੌਰਵ ਕੁਮਾਰ ਤਿਵਾਰੀ, ਲਿਟਲ ਇੰਡੀਅਨ ਸਕੂਲ ਐਂਡ ਸਕੂਲ ਕਪੂਰਥਲਾ। ਇਹ ਮੈਮ ਕਵਿਤਾ ਸਿਰਜਣ ਦੇ ਦਾ ਕੀ ਐਲੀਮੈਂਟ ਹੈ ਜਿਹੜੇ ਉੱਧਰ ਮੁਕਾਬਲੇ ਹੋਏ ਨੇ ਕਵਿਤਾ ਸਿਰਜਣ ਮੁਕਾਬਲਾ। ਇਹ ਵਿਦਿਆਰਥੀ ਸਨ ਜਿਹਨਾਂ ਦੇ ਅੰਦਰ ਸਭ ਤੋਂ ਵੱਧ ਸੰਭਾਵਨਾ ਹੈ ਵਧੀਆ ਕਵੀ ਬਣਨ ਦੀ, ਸੋਚਣਾ ਲਈ ਜ਼ਰੂਰ ਕਾਰਨ। ਦੂਸਰਾ ਮੁਕਾਬਲਾ ਸੀ ਕਹਾਣੀ ਸਿਰਜਣ ਮੁਕਾਬਲਾ। ਕਹਾਣੀ ਕਵਿਤਾ ਨਾਲੋਂ ਔਰ ਲੇਖ ਨਾਲੋਂ ਵੱਖਰੀ ਵਿਧਾ ਹੈ। ਸੋ ਕਹਾਣੀ ਦੇ ਵਿੱਚ ਘਟਨਾ ਹੁੰਦੀ ਹੈ, ਕੋਈ ਪਾਤਰ ਹੁੰਦੇ ਨੇ, ਔਰ ਉਹ ਜਿਹੜੀ ਘਟਨਾ ਕਹਾਣੀ ਉਦੋਂ ਬਣਦੀ ਹੈ ਜਦੋਂ ਅਸੀਂ ਆਮ ਇੱਕ ਰੋਜ਼ਮਰਰਾ ਦੇ ਵਿੱਚ ਜੋ ਕੁਝ ਸਾਡੇ ਨਾਲ ਵਾਪਰਦਾ ਉਸ ਤੋਂ ਕੁਝ ਵੱਖਰਾ ਵਾਪਰਦਾ, ਉਸ ਤੋਂ ਕੁਝ ਵੱਖਰਾ ਕੁਝ ਨਵਾਂ ਨਿਆਰਾ ਜਿਹੜੀ ਚੀਜ਼ ਵਾਪਰਦੀ ਹੈ ਉਹ ਕਹਾਣੀ ਬਣਦੀ ਹੈ। ਉਸਨੂੰ ਕਹਾਣੀਕਾਰ ਨੇ ਕਿ ਉਹਦਾ ਹੁਨਰ ਹੁੰਦਾ, ਉਹਦਾ ਕਰਾਫਟ ਹੁੰਦਾ, ਜਿਹਦੇ ਵਿੱਚ ਉਹਦੇ ਵਿੱਚ ਉਤਸੁਕਤਾ ਕਿਵੇਂ ਬਣਾਉਣੀ ਹੈ, ਦਿਲਚਸਪੀ ਪਾਠਕ ਦੀ ਕਿਵੇਂ ਆਖਰ ਤੱਕ ਕਾਇਮ ਰੱਖਣੀ ਹੈ। ਸੋ ਇਸ ਕਹਾਣੀ ਮੁਕਾਬਲੇ ਦੇ ਵਿੱਚ ਮੈਂ ਕੁਝ ਟੌਪਿਕਸ ਜਿਹੜੇ ਦਿੱਤੇ ਸੀ ਬੱਚਿਆਂ ਨੂੰ, ਦਿਲਚਸਪ ਗੱਲ ਇਹ ਹੈ ਕਿ ਇੱਕ ਬੱਚੇ ਨੇ ਦੋਸਤੀ ਦੇ ਉੱਪਰ ਕਹਾਣੀ ਲਿਖੀ ਤੇ ਉਹਨੇ ਉਹੀ ਉਹ ਦੋਸਤਾਂ ਦੋ ਦੋਸਤਾਂ ਦੇ ਭਾਲੂਆਂ ਭਾਲੂ ਵਾਲੀ ਕਹਾਣੀ ਲਿਖੀ। ਇੱਕ ਹੋਰ ਬੱਚੇ ਨੇ ਕਹਾਣੀ ਲਿਖੀ ਇੱਕ, ਉਹ ਹੁਣੇ ਹੁਣੇ ਫਿਲਮ ਆਈ ਹੈ ਬਾਰਵੀਂ ਫੇਲ ਦੀ ਕਹਾਣੀ ਹੀ ਉਹਨੇ ਆਪਣੇ ਸ਼ਬਦਾਂ ਵਿੱਚ ਲਿਖੀ ਹੋਈ। ਸੋ ਮੈਂ ਕੋਸ਼ਿਸ਼ ਕੀਤੀ ਕਿ ਉਹ ਵਿਦਿਆਰਥੀ ਦੇਖਣੇ ਨੇ ਜਿਹਨਾਂ ਨੇ ਸੱਚਮੁੱਚ ਮੌਲਿਕ ਗੱਲ ਕੀਤੀ ਹੈ, ਜਿਸਨੇ ਮੌਲਿਕ ਤਰ੍ਹਾਂ ਦੀਆਂ ਘਟਨਾਵਾਂ ਜਾਂ ਪਾਤਰ ਜਿਹੜੇ ਨੇ ਉਹ ਆਪਣੇ ਕਹਾਣੀ ਦੇ ਵਿੱਚ ਪੇਸ਼ ਕੀਤੇ ਨੇ। ਪਰ ਇਹਦੇ 'ਚ ਹੋਇਆ ਹੈ ਕਿ ਦੋ ਵਿਦਿਆਰਥੀ ਇੱਕੋ ਸਕੂਲ ਦੇ ਨੇ ਪਹਿਲੇ ਤਿੰਨਾਂ ਦੇ ਵਿੱਚ। ਮੈਂ ਸੋਚਿਆ ਕਿ ਇੱਕੋ ਸਕੂਲ ਦੇ ਨੂੰ ਦੋ ਜਿਹੜੇ ਸਥਾਨ ਦੇ ਦਿੱਤੇ ਜਾਣ, ਪਰ ਫਿਰ ਮੈਨੂੰ ਲੱਗਿਆ ਕਿ ਜੇ ਉਹ ਡਿਜ਼ਰਵ ਕਰਦਾ ਤਾਂ ਕਿਉਂ ਨਹੀਂ ਮਿਲਦੇ ਜਾਏ।
ਔਰ ਸਕੂਲ ਦੇ ਉਹ ਵਿਦਿਆਰਥੀ ਹੀ ਉਹ ਡਿਜ਼ਰਵ ਕਰਦੇ ਸਨ, ਦੋਨੋਂ ਹੀ ਇਨਾਮ ਡਿਜ਼ਰਵ ਕਰਦੇ ਸਨ, ਸੋ ਇਸ ਕਰਕੇ ਮੈਂ ਉਹਨਾਂ ਨੂੰ ਇਨਾਮ ਦੇ ਦਿੱਤਾ। ਸੋ ਤੀਸਰਾ ਸਥਾਨ ਹੈ ਇਹਦੇ ਵਿੱਚ ਸ਼ੁਭਮਨਪ੍ਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀਨਾਵਾੜੀ। ਸ਼ੁਭਮਨਪ੍ਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀਨਾਵਾੜੀ। ਦੂਸਰਾ ਇਨਾਮ ਹੈ ਸਿਮਰਨ ਕੌਰ, ਕੈਂਬਰਿਜ ਇੰਟਰਨੈਸ਼ਨਲ ਸਕੂਲ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀਨਾਵਾੜੀ, ਕੁਲਵੀਰ ਕੌਰ। ਕੁਲਵੀਰ ਕੌਰ ਬਹੁਤ ਅੱਛੀ ਬਣਾਈ ਸੀ ਕੁਲਵੀਰ ਕੌਰ ਜੀ। ਸੋ ਹੁਣ ਆਪਾਂ ਆ ਪਾਉਂਦੇ ਹਾਂ ਲੇਖ ਮੁਕਾਬਲੇ ਵਿੱਚ। ਲੇਖ ਮੁਕਾਬਲਾ ਕਵਿਤਾ ਤੇ ਕਹਾਣੀ ਨਾਲੋਂ ਸਾਨੂੰ ਸੌਖਾ ਲੱਗ ਸਕਦਾ ਹੈ, ਕਿਉਂਕਿ ਆਮ ਤੌਰ ਤੇ ਆਪਾਂ ਲੇਖ ਲਿਖਦੇ ਹਾਂ ਬਹੁਤ ਵਾਰ, ਪਰ ਇਹ ਓਨਾ ਹੀ ਔਖਾ ਹੈ ਜਦੋਂ ਅਸੀਂ ਸਾਹਿਤ ਦੇ ਪੈਮਾਨੇ ਤੋਂ ਲੇਖ ਨੂੰ ਲਿਖਦੇ ਹਾਂ, ਕਿਉਂਕਿ ਸਾਹਿਤ ਦੇ ਪੈਮਾਨੇ ਤੋਂ ਦੇਖਦੇ ਹਾਂ ਲਿਖਣ ਵਾਲੇ ਦੀ ਨਵੀਂ ਤਰ੍ਹਾਂ ਦੀ ਭਾਸ਼ਾ ਨੂੰ ਵੀ ਦੇਖਿਆ ਜਾਣਾ ਔਰ ਵਿਚਾਰਾਂ ਦੀ ਮੌਲਿਕਤਾ ਨੂੰ ਵੀ ਦੇਖਿਆ ਜਾਣਾ ਕਿ ਨਵੇਂ ਵਿਚਾਰ ਕਿਵੇਂ ਕਿਸ ਤਰ੍ਹਾਂ ਦੇ ਸਾਹਮਣੇ ਆਏ ਨੇ। ਜੋ ਪੁਰਾਣਾ ਅਸੀਂ ਲਿਖਿਆ ਹੁੰਦਾ, ਜੋ ਪੜ੍ਹਦੇ ਹਾਂ ਅਸੀਂ ਬਹੁਤ ਸਾਰਾ ਰੂਟੀਨ ਦੇ ਵਿੱਚ, ਉਹੀ ਕੁਝ ਨਹੀਂ ਆਉਣਾ ਚਾਹੀਦਾ, ਪਰ ਇਹਦੇ ਵਿੱਚ ਇੱਕ ਟ੍ਰੈਪ ਵੀ ਹੁੰਦਾ। ਜਿਵੇਂ ਮੈਂ ਇੱਕ ਹੋਰ ਵਿਸ਼ਿਆਂ ਦੇ ਨਾਲ ਇੱਕ ਵਿਸ਼ਾ ਦਿੱਤਾ ਸੀ ਕਿ ਮੋਬਾਈਲ ਫੋਨ ਚੰਗਾ ਹੈ ਕਿ ਮਾੜਾ, ਇਸ ਤਰ੍ਹਾਂ ਦਾ ਸੀ ਵਿਸ਼ਾ, ਪਰ ਬਹੁਤ ਸਾਰੇ ਵਿਦਿਆਰਥੀਆਂ ਨੇ ਇਹ ਵਿਸ਼ਾ ਲਿਆ। ਮੈਨੂੰ ਪਤਾ ਵੀ ਸੀ ਕਿ ਇਹ ਲੈਣਾ ਉਹਨਾਂ ਨੇ, ਕਿਉਂਕਿ ਆਪਣੇ ਬਹੁਤ ਕਾਮਨ ਵਿਸ਼ਾ ਹੋ ਗਿਆ, ਪਰ ਇਹ ਆਪਣੇ ਆਪ ਦੇ ਵਿੱਚ ਇੱਕ ਟ੍ਰੈਪ ਵੀ ਬਣ ਜਾਂਦਾ, ਕਿਉਂਕਿ ਜਾਂ ਤਾਂ ਤੁਸੀਂ ਇਹ ਵੀ ਗੱਲ ਕਰਦੇ ਹਾਂ ਤੁਸੀਂ ਬਹੁਤ ਨਵੇਂ ਵਿਚਾਰ ਲੈ ਕੇ ਆਓਗੇ ਤਾਂ ਫੇਰ ਹੈ, ਨਹੀਂ ਤਾਂ ਤੁਸੀਂ ਬਹੁਤ ਇੱਕੋ ਜਿਹਾ ਲਿਖੋਗੇ, ਉਹ ਮੌਲਿਕਤਾ ਜਿਹੜੀ ਹੈ ਉਹ ਗਾਇਬ ਹੋ ਜਾਏਗੀ। ਪਰ ਇਸੇ ਕਰਕੇ ਨਾ ਤਿੰਨਾਂ ਦੇ ਵਿੱਚੋਂ ਦੋ ਇਨਾਮ ਉਹਨਾਂ ਵਿਦਿਆਰਥੀਆਂ ਨੇ ਲਏ ਜਿਹਨਾਂ ਨੇ ਇਹ ਟੌਪਿਕ ਨਹੀਂ ਚੁਣਿਆ, ਉਹਨਾਂ ਨੇ ਵੱਖਰੀ ਤਰ੍ਹਾਂ ਦੇ ਟੌਪਿਕ ਚੁਣੇ ਜਿਹੜੇ ਜ਼ਿਆਦਾ ਇਹਦੇ ਵਿੱਚ ਹੋਰ ਮੌਲਿਕ ਗੱਲਾਂ ਕਰਨੀਆਂ ਸੰਭਵ ਸਨ ਉਹ ਚੁਣੇ। ਲੇਕਿਨ ਇੱਕ ਸਥਾਨ, ਕਿਉਂਕਿ ਬਹੁਤ ਸਾਰਿਆਂ ਨੇ ਲਿਖਿਆ ਸੀ, ਇਸ ਲਈ ਮੈਂ ਸਾਰੇ ਸਾਹਮਣੇ ਰੱਖ ਕੇ ਉਹਨਾਂ ਵਿੱਚੋਂ ਜਿਹੜਾ ਮੈਨੂੰ ਸਭ ਤੋਂ ਵਧੀਆ ਲੱਗਿਆ ਉਹਨਾਂ ਵਿੱਚੋਂ ਇੱਕ ਵਿਦਿਆਰਥੀ ਨੂੰ ਮੈਂ ਇਨਾਮ ਦਿੱਤਾ, ਬਾਕੀਆਂ ਦੇ ਟੌਪਿਕ ਵੱਖਰੇ ਸਨ। ਸੋ ਇਹਦੇ ਵਿੱਚ ਤੀਸਰਾ ਸਥਾਨ ਆਇਆ ਹੈ ਸਮਰੀਨ ਕੌਰ, ਲਿਟਲ ਏਂਜਲ ਸਕੂਅਰ ਸਕੂਲ ਕਪੂਰਥਲਾ। ਦੂਸਰਾ ਸਥਾਨ ਹੈ ਸੋਹਾਨੀ, SBK MD ਸੀਨੀਅਰ ਸੈਕੰਡਰੀ ਸਕੂਲ ਫਗਵਾੜਾ। ਇਸ ਬੱਚੀ ਦਾ ਦੂਸਰਾ ਸਥਾਨ ਹੈ ਤੇ ਹੁਣ ਪਹਿਲਾ ਸਥਾਨ। ਪਹਿਲਾ ਸਥਾਨ ਪਲਕ ਥਾਪਰ, ਸਰਕਾਰੀ ਹਾਈ ਸਮਾਜ ਸਕੂਲ ਭਾਜਵਾ ਦੋਨਾ, ਇਹਨਾਂ ਦਾ ਪਹਿਲਾ ਸਥਾਨ। ਔਰ ਸਾਰੇ ਵਿਦਿਆਰਥੀ ਜਿਹਨਾਂ ਨੇ ਇਨਾਮ ਦਿੱਤੇ ਨੇ ਉਹਨਾਂ ਨੂੰ ਮੁਬਾਰਕਬਾਦ, ਜਿਹੜੇ ਨਹੀਂ ਜਿੱਤ ਸਕੇ ਇਨਾਮ ਲੇਕਿਨ ਉਹਨਾਂ ਨੇ ਵੀ ਬਹੁਤ ਅੱਛਾ ਕੰਮ ਕੀਤਾ, ਬਹੁਤ ਅੱਛਾ ਲਿਖਤਾਂ ਉਹਨਾਂ ਦੀਆਂ ਸਨ। ਪਰ ਇੱਕ ਗੱਲ ਜਿਹੜੀ ਜਿਸ ਤੋਂ ਮੈਨੂੰ ਥੋੜ੍ਹੀ ਜਿਹੀ ਨਿਰਾਸ਼ਾ ਵੀ ਹੋਈ ਕਿ ਬਹੁਤ ਸਾਰੇ ਬੱਚਿਆਂ ਦੀਆਂ ਤੇ ਸਪੈਲਿੰਗਸ ਬਹੁਤ ਮਾੜੇ, ਜਿਹੜੇ ਸ਼ਬਦ ਜੋੜ ਹੈ ਪੰਜਾਬੀ ਦੇ ਉਹਦੀ ਬਹੁਤ ਵੱਡੀ ਸਮੱਸਿਆ ਹੈ। ਪਰ ਹੋ ਸਕਦਾ ਕਿ ਕੁਝ ਬੱਚਿਆਂ ਨੂੰ ਸਿਰਫ ਇਸੇ ਕਰਕੇ ਇਨਾਮ ਨਾ ਮਿਲਿਆ ਹੋਵੇ ਕਿਉਂਕਿ ਉਹਨਾਂ ਦੀ ਲਿਖਤ ਵਿੱਚ ਸ਼ਬਦ ਜੋੜਾਂ ਦੀਆਂ ਬੇਸ਼ੁਮਾਰ ਗਲਤੀਆਂ ਸਨ। ਸੋ ਸਾਨੂੰ ਘੱਟੋ ਘੱਟ ਸ਼ਬਦਾਂ ਨੂੰ ਲਿਖਣਾ, ਉਸਦੇ ਸਹੀ ਸਪੈਲਿੰਗ ਜ਼ਰੂਰ ਸਿੱਖਣੇ ਚਾਹੀਦੇ। ਖੂਬਸੂਰਤ ਫਰਾਂਸ ਦੇ ਵਿੱਚ ਜਿੰਨੇ ਵੀ ਅਧਿਆਪਕ ਸਾਹਿਬਾਨ, ਬੱਚੇ, ਮੈਡਮ ਖਿੰਦਾ ਜੀ ਬੈਠੇ ਨੇ, ਮੈਡਮ ਗਿੱਲ ਬੈਠੇ ਨੇ, ਬਾਕੀ ਜਿੰਨਾ ਵੀ ਸਟਾਫ ਬੈਠਾ ਹੈ, ਹੋਰ ਜਿੰਨੇ ਵੀ ਬੱਚੇ ਨਾਲ
ਮਦਦ ਕਰਵਾ ਰਹੇ ਨੇ ਇਸ ਸਮਾਗਮ ਨੂੰ ਆਰਗਨਾਈਜ਼ ਕਰਨ ਲਈ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਮੇਰੇ ਜੱਜ ਸਾਥੀ ਜਿਹੜੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਔਰ ਮੈਂ ਮੈਡਮ ਜਸਪ੍ਰੀਤ ਜੀ ਨੂੰ ਇਸ ਸਮਾਗਮ ਦੀ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਇੰਨੀ ਖੂਬਸੂਰਤੀ ਦੇ ਨਾਲ, ਇੰਨੀ ਨਫਾਸਤ ਦੇ ਨਾਲ, ਨਜ਼ਾਕਤ ਦੇ ਨਾਲ ਜਿਹੜੇ ਸਮਾਗਮ ਆਰਗਨਾਈਜ਼ ਕਰਵਾਉਂਦੇ ਆ, ਔਰ ਇਹਨਾਂ ਸਮਾਗਮਾਂ ਦਾ ਮਨੋਰਥ ਜਿਹੜਾ ਆ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨਾ, ਪੰਜਾਬੀ ਭਾਸ਼ਾ ਨੂੰ ਹੋਰ ਉੱਪਰ ਲੈ ਕੇ ਜਾਣਾ, ਜਿੱਥੇ ਤੁਹਾਡੇ ਵਰਗੇ ਇੰਨੇ ਜ਼ਹੀਨ ਲੋਕ ਬੋਲ ਜਾਣ, ਮੇਰੇ ਬੋਲਣ ਦਾ ਵੈਸੇ ਕੋਈ ਮਤਲਬ ਨਹੀਂ ਰਹਿ ਜਾਂਦਾ, ਇਹ ਕਦੇ ਵੀ ਪੁੱਛੇ ਕਰਿਆ ਮੈਂ ਤੁਹਾਡੇ ਨਾਲ ਸਮਝੀ ਕਰਨੀ ਚਾਹੁੰਦਾ ਕਿ ਕਵਿਤਾ ਉਚਾਰਨ ਦੀ, ਜਿਵੇਂ ਪੰਡਾਲ ਸਾਹਿਬ ਨੇ ਤੁਹਾਨੂੰ ਲੇਖ ਬਾਣੀ ਬਾਰੇ ਵੀ ਦੱਸਿਆ, ਇਹਨਾਂ ਨੇ ਤੁਹਾਨੂੰ ਅਤੇ ਕਵਿਤਾ ਲਿਖਣ ਬਾਰੇ ਵੀ ਦੱਸਿਆ, ਕਵਿਤਾ ਉਚਾਰਨ ਦੀ ਮੈਂ ਗੱਲ ਕਰਾਂ ਕਿਉਂਕਿ ਮੇਰੀ ਜਜਮੈਂਟ ਜਿਹੜੀ ਸੀ ਕਵਿਤਾ ਉਚਾਰਨ 'ਤੇ ਸੀ। ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਸ਼ਬਦ ਬੋਲਣ ਦੇ ਵਿੱਚ ਬੜੀ ਕਤਾਈ ਕਰਦੇ ਨੇ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦਊਂਗਾ, ਇੱਕ ਸ਼ਬਦ ਹੈ ਪੰਜਾਬੀ ਦਾ ਜੰਗ ਅਤੇ ਇੱਕ ਸ਼ਬਦ ਹੈ ਪੰਜਾਬੀ ਦਾ ਜੰਗ। ਜੰਗ ਲੱਗ ਗਈ, ਲੜਾਈ ਹੋ ਗਈ, ਜੰਗ ਲੱਗ ਗਿਆ, ਲੋਹਾ ਗੜ ਗਿਆ, ਸਿਰਫ ਇੱਕ ਬਿੰਦੀ ਨੇ ਦੋਨਾਂ ਸ਼ਬਦਾਂ ਦੇ ਜਿਹੜੇ ਅੰਕ ਬਦਲ ਦਿੱਤੇ ਨੇ। ਇਹਨੂੰ ਸਜਾ ਦਿਓ, ਇਹਨੂੰ ਸਜ਼ਾ ਦਿਓ, ਸਜਾ ਦਿਓ ਉਹਨੂੰ, ਪਨਿਸ਼ਮੈਂਟ ਕਰ ਦਿਓ ਅਤੇ ਸਜਾ ਦਿਓ ਇਹਨੂੰ, ਡੈਕੋਰੇਟ ਕਰ ਦਿਓ। ਬਿੰਦੀ ਨੇ ਖਾ ਲਿਆ ਨਾ ਅਰਥ। ਸੋ ਇੱਕ ਬਿੰਦੀ ਜਿਹੜੀ ਹੈ, ਇੱਕ ਨੁਕਤਾ ਜਿਹੜਾ ਹੈ, ਉਹਦਾ ਉਚਾਰਨ ਵੀ ਜਿਹੜਾ ਅੱਛੇ ਤਰੀਕੇ ਦੇ ਨਾਲ ਹੋਣਾ ਚਾਹੀਦਾ। ਤੁਸੀਂ ਜ਼ਿੰਦਗੀ ਨੂੰ ਜਿੰਦਗੀ ਕਹਿ ਜਾਂਦੇ ਹੋ, ਗਜ਼ਲ ਨੂੰ ਗਜ਼ਲ ਕਹਿ ਜਾਂਦੇ ਹੋ, ਜ਼ਰੂਰਤ ਨੂੰ ਜ਼ਰੂਰਤ ਕਹਿ ਜਾਂਦੇ ਹੋ। ਇਹ ਗੱਲਾਂ ਬਹੁਤ ਮਾਇਨੇ ਰੱਖਦੀਆਂ ਨੇ ਕਵਿਤਾ ਉਚਾਰਨ ਦੇ ਵਿੱਚ। ਕੱਦੂ ਖਾਣਾ ਕਿਹਨੂੰ ਪਸੰਦ ਹੈ ਪਹਿਲਾਂ ਇਹ ਦੱਸੋ, ਕੱਦੂ ਕੌਣ ਖਾ ਲੈਂਦਾ ਬੱਚਿਆਂ ਵਿੱਚੋਂ? ਬੜੇ ਘੱਟ ਲੋਕ ਹੁੰਦੇ ਨੇ। ਕੱਦੂ ਕੱਚਾ ਵੀ ਕੱਦੂ ਹੈ ਅਤੇ ਪੱਕ ਕੇ ਵੀ ਕੱਦੂ ਹੀ ਹੈ, ਪਰ ਪ੍ਰੈਜੈਂਟੇਸ਼ਨ ਉਹਦੇ 'ਤੇ ਪੂਤਨਾ ਪਾਇਆ, ਤੜਕਾ ਲਾਇਆ, ਥੋੜ੍ਹਾ ਘਿਓ ਪਾਇਆ, ਪ੍ਰੈਜੈਂਟੇਸ਼ਨ। ਕਵਿਤਾ ਸੋਹਣੀ ਹੁੰਦੀ ਹੈ ਬਹੁਤ, ਪਰ ਉਹਨੂੰ ਉਚਾਰਨ ਜਦੋਂ ਆਪਾਂ ਬੜੇ ਅੱਛੇ ਤਰੀਕੇ ਦੇ ਨਾਲ, ਬੜੇ ਸਲੀਕੇ ਨਾਲ ਕਰਦੇ ਨਾ, ਉਹ ਬੜੀ ਕੰਨਾਂ ਨੂੰ ਬਹੁਤ ਅੱਛੀ ਲੱਗਦੀ ਹੈ, ਦਿਲ ਨੂੰ ਬੜੀ ਛੂੰਹਦੀ ਹੈ। ਸੋ ਤੁਸੀਂ ਕਵਿਤਾ ਗਾਇਨ ਕਰਨ ਲੱਗਿਆ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ, ਕਿਉਂਕਿ ਸ਼ਬਦਾਂ ਦਾ ਉਚਾਰਨ ਬਿਲਕੁਲ ਠੀਕ ਹੋਵੇ, ਤੁਹਾਡਾ ਆਈ ਕੰਟੈਕਟ ਵੀ ਥੋੜ੍ਹਾ ਜਿਹਾ ਹੋਵੇ, ਤੁਹਾਡੇ ਜੈਸਚਰ ਅੱਛੇ ਹੋਣ, ਤੁਹਾਡੇ ਜੈਸਚਰ ਪੰਜਾਬੀ ਨੂੰ ਸਮਝੋ। ਕਈ ਬੱਚੇ ਸ਼ਬਦ ਵਿੱਚੋਂ ਕੁਝ ਹੋਰ ਹੀ ਬੋਲੀ ਜਾ ਰਹੇ ਸੀ, ਮੈਂ ਨਾਮ ਵੀ ਲੈਣਾ ਚਾਹੁੰਦਾ, ਨਾਮ ਹੀ ਸ਼ਬਦ ਦੱਸਾਂਗੇ, 4-5 ਬੱਚਿਆਂ ਨੇ ਜੀ ਹਾਂਜੀ, ਜੋ ਉਸ ਕਵਿਤਾ ਦੇ ਵਿੱਚ ਸ਼ਬਦ ਨੇ ਉਹਨਾਂ ਨੂੰ ਆਪਣੇ ਹਿਸਾਬ ਨਾਲ ਉਹਨਾਂ ਨੇ ਬੋਲ ਦਿੱਤਾ, ਜਿਸ ਤਰ੍ਹਾਂ ਵੀ ਉਹਨਾਂ ਦਾ ਇਹ ਘੋੜਾ ਬਣਿਆ। ਖੈਰ ਅਧਿਆਪਕ ਸਾਹਿਬਾਨ ਜਿਹੜੇ ਆ ਇਸ ਗੱਲ ਦੇ ਵਧਾਈ ਦੇ ਹੱਕਦਾਰ ਨੇ, ਜਿਹਨਾਂ ਨੇ ਇੰਨੀ ਮਿਹਨਤ ਕਰਵਾਈ ਹੈ, ਜਿਹੜੇ ਬੱਚਿਆਂ ਨੂੰ ਇਨਾਮ ਮਿਲੇ ਜੇ ਉਹਨਾਂ ਨੂੰ ਵੀ ਮੁਬਾਰਕਾਂ, ਜਿਹਨਾਂ ਨੂੰ ਨਹੀਂ ਮਿਲ ਸਕੇ ਜਿਵੇਂ ਮੈਡਮ ਨੇ ਕਿਹਾ ਕਿ ਸ਼ਾਹ ਸਵਾਰੀ ਜਿਹੜੀ ਹਮੇਸ਼ਾ ਡਿੱਗਦੇ ਹੁੰਦੇ ਆ, ਅਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਕਿ ਉਹ ਵੀ ਇਸ ਮੁਕਾਬਲੇ ਦਾ ਹਿੱਸਾ ਬਣੇ ਨੇ। ਪੰਜਾਬੀ ਭਾਸ਼ਾ ਦੀ ਗੱਲ ਚੱਲਦੀ ਤਾਂ ਮੈਂ ਆਪਣੀ ਇੱਕ ਕਵਿਤਾ ਦੀਆਂ 4 ਲਾਈਨਾਂ ਸੁਣਾਉਣਾ ਚਾਹੁੰਦਾ ਕਿ ਊੜਾ ਐੜਾ ਸਮਝ ਨਾ ਆਵੇ ਫਿਰ ਤੂੰ ਦਿਲੋਂ ਪੰਜਾਬੀ ਨਹੀਂ, ਊੜਾ ਐੜਾ ਸਮਝ ਨਾ ਆਵੇ ਫਿਰ ਤੂੰ ਦਿਲੋਂ ਪੰਜਾਬੀ ਨਹੀਂ, 35 ਪੂਰੀ ਕਰਨਾ ਪਾਵੇਂ ਫਿਰ ਤੂੰ ਦਿਲੋਂ ਪੰਜਾਬੀ ਨਹੀਂ, ਠੇਠ ਪੰਜਾਬੀ ਬੋਲਣ ਲੱਗਿਆ ਤੇਰੀ ਇੱਜ਼ਤ ਹੋਣੀ ਹੈ, ਜੇ ਇਹ ਤੇਰੀ ਸ਼ਾਨ ਘਟਾਵੇ ਫਿਰ ਤੂੰ ਦਿਲੋਂ ਪੰਜਾਬੀ ਨਹੀਂ। ਬਿੰਦੀ ਟਿੱਪੀ ਖਾ ਜਾਂਦਾ ਹੈ ਅੱਖਰਾਂ ਦੇ ਨਾਲ ਖੇਡੇ ਤੂੰ, ਬਿੰਦੀ ਖਾ ਲਈ ਕੋਈ ਨਹੀਂ, ਅੱਖਰ ਤਰੋੜ ਦਿਓ ਮਰੋੜ ਦਿਓ ਕੁਛ ਨਹੀਂ ਹੁੰਦਾ। ਬਿੰਦੀ ਟਿੱਪੀ ਖਾ ਜਾਂਦਾ ਹੈ ਅੱਖਰਾਂ ਦੇ ਨਾਲ ਖੇਡੇ ਤੂੰ, ਮਾਂ ਬੋਲੀ ਨਾਲ ਪਿਆਰ ਨਹੀਂ ਤੇਰਾ ਇਸ ਨੂੰ ਲਾਵੀ ਖੇਡੇ ਤੂੰ, ਇਸੇ ਬੋਲੀ ਦੇ ਕਰਕੇ ਹੀ ਤੇਰੀ ਹਰ ਥਾਂ ਸੋਭਾ ਹੈ, ਜੇ ਨਾ ਤੇਰੇ ਤੋਂ ਬੋਲੀ ਜਾਵੇ ਫਿਰ ਤੂੰ ਤੇਰੇ ਨੂੰ ਪੰਜਾਬੀ ਨਹੀਂ। ਸਾਫ਼ ਸਪਸ਼ਟ
ਵਧੀਆ ਉਚਾਰਨ ਜਿਹੜਾ ਆ ਸਾਡਾ ਪੰਜਾਬੀ ਦਾ ਹੋਣਾ ਚਾਹੀਦਾ। ਜੇ ਸਾਨੂੰ ਅੱਜ ਵੀ ਦੱਸਣਾ ਪਊਗਾ ਪੜ੍ਹੋ ਪੰਜਾਬੀ, ਲਿਖੋ ਪੰਜਾਬੀ, ਬੋਲੋ ਪੰਜਾਬੀ, ਇਹ ਤਾਂ ਸਾਡੇ ਵਾਸਤੇ ਬੜੀ ਮਾੜੀ ਗੱਲ ਹੈ। ਕਿਉਂ ਸਾਨੂੰ ਕਿਉਂ ਕਿਹਾ ਜਾ ਰਿਹਾ? ਮੈਨੂੰ ਕੋਈ ਕਹਿੰਦਾ ਰੋਟੀ ਖਾਓ, ਮੈਨੂੰ ਕੋਈ ਕਹਿੰਦਾ ਸਾਹ ਲਓ, ਮੈਨੂੰ ਕੋਈ ਕਹਿੰਦਾ ਸਮਝ, ਨਹੀਂ, ਇਹ ਮੇਰੀ ਮਰਜ਼ੀ ਹੈ, ਇਹ ਮੇਰੀ ਜ਼ਰੂਰਤ ਹੈ, ਪੰਜਾਬੀ ਬੋਲਣਾ ਸਾਡੀ ਜ਼ਰੂਰਤ ਹੈ, ਸਾਨੂੰ ਸਮਝਣ ਦੀ ਲੋੜ ਨਹੀਂ ਹੋਣੀ ਚਾਹੀਦੀ। ਸੋ ਇਸ ਭਾਸ਼ਾ ਨੂੰ ਜਿੰਨੀ ਮੁਹੱਬਤ ਕਰਾਂਗੇ ਅਸੀਂ, ਜਿੰਨਾ ਪਿਆਰ ਦੇਵਾਂਗੇ, ਸਤਿਕਾਰ ਦੇਵਾਂਗੇ, ਜਿੰਨਾ ਇਹਨੂੰ ਅਸੀਂ ਤਵੱਜੋ ਦੇਵਾਂਗੇ, ਇਹ ਭਾਸ਼ਾ ਓਨੀ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਚੱਲਦੀ ਜਾਣੀ ਹੈ। ਬੱਚਿਆਂ ਨੂੰ ਦਲਜੀਤ ਦੋਸਾਂਝ ਦਾ ਪਤਾ ਹੈ? ਮੇਰਾ ਖਿਆਲ ਇੱਕੋ ਸਿੰਗਰ ਜਿਹੜਾ ਕੁਝ ਬਚ ਗਿਆ ਜੀ। ਸੋ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਕਿੱਥੇ ਤੱਕ ਪਹੁੰਚ ਗਈ ਹੈ? ਮੈਂ ਕਿਸੇ ਹੋਰ ਸਿੰਗਰ ਦੀ ਵੈਸੇ ਗੱਲ ਨਹੀਂ ਕਰਨਾ, ਸਿੱਧੂ ਮੂਸੇ ਵਾਲਾ ਮੈਂ ਸੁਣਿਆ ਕਿ ਆਈਫੋਨ ਸੋਰੀ ਜਿਹੜੀ ਐਪਲ ਵਾਚ ਉਹ 'ਚ ਜਿਹੜਾ ਗਾਣਾ ਸੀ, ਜਦਕਿ ਐਪਲ ਵਾਚ ਨੇ ਇੱਥੇ ਕਿਸੇ ਪੰਜਾਬੀ ਸਿੰਗਰ ਦੇ ਗਾਣੇ ਨੂੰ ਸ਼ਾਮਿਲ ਨਹੀਂ ਕੀਤਾ। ਇਹ ਪੰਜਾਬੀ ਹੈ ਕਿਉਂਕਿ ਪੰਜਾਬੀ ਹੈ ਹੀ ਇੱਦਾਂ ਦੀ ਭਾਸ਼ਾ ਹੈ, ਇਹ ਯੋਧਿਆਂ ਦੀ ਭਾਸ਼ਾ ਹੈ, ਸ਼ੂਰਵੀਰਾਂ ਦੀ ਭਾਸ਼ਾ ਹੈ, ਪੀਰਾਂ ਫਕੀਰਾਂ ਦੀ ਭਾਸ਼ਾ ਹੈ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨੇ ਸਬਰ ਦੇ ਨਾਲ ਬੈਠੇ ਹੋ। ਇਹ ਕਵਿਤਾ ਗਾਇਨ ਦੇ ਜਿਹੜੇ ਮੁਕਾਬਲੇ ਹੋਏ ਸੀ ਉਹਨਾਂ ਵਿੱਚੋਂ ਤੀਸਰਾ ਸਥਾਨ ਹੈ ਬਲਦੀਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਲਾ। ਹੈਰਾਨੀ ਇਹ ਹੋਈ ਹੈ ਸਿਰਫ ਦੋ ਮੁੰਡੇ ਸੀ, 17 ਜਿਹੜੇ ਪਾਰਟੀਸਪੈਂਟ ਸੀਗੇ ਕੁੜੀਆਂ ਸੀ ਸਰ, ਮੈਂ ਬਹੁਤ ਅੱਛੇ ਬੈਠੇ, ਸ਼ਾਬਾਸ਼। ਬਹੁਤ ਅੱਛਾ ਬਣਿਆ। ਦੂਸਰਾ ਸਥਾਨ ਹੈ ਜੀ ਅਮਾਨਤ ਪ੍ਰੀਤ ਪੱਡਾ, ਪਹਿਲਾ ਸਥਾਨ ਹੈ ਜੀ ਦਿਵਲੀਨ ਕੌਰ ਦਾ ਔਲਾਦ ਨਾਲ ਕੰਪਲੀਟ ਸਕੂਲ।